ਤੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਡਾਕਟਰ ਸ਼ਿੰਦਰਪੁਰੇਵਾਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 7:18 ਹੋਏ ਨੇ ਅਤੇ 16 ਦਸੰਬਰ ਦਾ ਦਿਨ ਹੈ, ਵਰ੍ਹਾ 2021 ਦਾ ਵੀਰਵਾਰ ਹੈ। ਦੋ ਪੋ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਆ ਗਿਆ ਮਹੀਨਾ ਪੋ, ਬਚਣਗੇ ਉਹ ਗਾਹਾਂ ਤੁਸੀਂ ਜਾਣੋ। ਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਕੁਛ ਖਬਰਾਂ, ਖਬਰਾਂ ਤੋਂ ਬਾਅਦ ਖਬਰਾਂ ਵੀ ਕਾਹਦੀਆਂ, ਨਾਸਾ ਦਾ ਇੱਕ ਛੱਡਿਆ ਹੋਇਆ ਸਪੇਸ ਕਰਾਫਟ ਸੂਰਜ ਦੇ ਘੇਰੇ ਦੇ ਵਿੱਚ ਜਾ ਵੜਿਆ ਪਹਿਲੀ ਵਾਰ, ਇਸ ਦੀ ਗੱਲਬਾਤ ਤੁਹਾਨੂੰ ਸੁਣਾਵਾਂਗਾ। ਫਿਰ MLA ਸਰਦਾਰ ਜਗਰੂਪ ਸਿੰਘ ਬਰਾੜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ, ਦੱਸਣਗੇ ਕਿ ਕੀ ਹੋ ਰਿਹਾ ਨਵਾਂ, ਕੀ ਹੋ ਰਿਹਾ। $5 ਬਿਲੀਅਨ ਜਿਹੜਾ ਹੜ੍ਹ ਪੀੜਤਾਂ ਲਈ ਦਿੱਤਾ ਹੈ ਕੇਂਦਰ ਦੀ ਸਰਕਾਰ ਨੇ, ਉਹਦਾ ਕੀ ਮਤਲਬ ਹੈ, ਸੂਬੇ ਦੀ ਸਰਕਾਰ ਕਦ ਪੈਕੇਜ ਜਿਹੜਾ ਉਹ ਦੇਵੇਗੀ, ਕਿੰਨਾ ਐਗਰੀਕਲਚਰ ਮਿਨਿਸਟਰ ਕੰਮ ਕਰ ਰਹੇ ਨੇ, ਅਤੇ ਰਾਹਤ ਜਿਹੜੇ ਪੈਕੇਜ ਨੇ ਉਹ ਕੀ, ਅਤੇ ਜਿਹੜੀ ਸੜਕ ਕੋਕਾ ਹਾਲਾ ਖੁੱਲ੍ਹਣ ਜਾ ਰਹੀ ਹੈ ਉਹਦੇ 'ਚ ਸਰਕਾਰ ਦਾ ਕਿੰਨੀ ਉਹਨੇ ਸਰਕਾਰ ਨੇ ਮਿਹਨਤ ਕੀਤੀ, ਇਸ ਦੇ ਬਾਰੇ ਸਭ ਜਾਣਕਾਰੀ ਉਹ ਦੇਣਗੇ। ਅਤੇ ਖੁੱਲ੍ਹੀ ਵਿਚਾਰ ਚਰਚਾ ਤੁਹਾਡੇ ਨਾਲ ਹੋਵੇਗੀ ਇੱਕ ਵਿਸ਼ੇ 'ਤੇ। ਅਤੇ 604-204-600 ਨੰਬਰ ਰਹੇਗਾ। ਇੱਕ ਤੋਪ ਪਿਸਤੌਲ ਬੰਦੂਕ ਤੀਜੀ ਦਬੋ, ਇੱਕ ਤੋਪ ਪਿਸਤੌਲ ਬੰਦੂਕ ਤੀਜੀ ਦੱਬੋ, ਲਿਬਲ ਵੀ ਕਰਨਗੇ ਫੈਰ ਤਿੰਨੇ, ਹੰਸ ਫੀਲ ਮਕਲਾਵੇ ਜੋ ਨਾਰ ਆਈ, ਮੜਕ ਨਾਲ ਅਠਾਮ ਦੇ ਪੈਰ ਤਿੰਨੇ, ਅਗਨ ਬੋਟ ਅਤੇ ਸ਼ੇਰ ਸੰਸਾਰ ਤੀਜਾ, ਸਿੱਧੇ ਜਾਣ ਦਰਿਆ 'ਚੋਂ ਤੈਰ ਤਿੰਨੇ, ਝੂਠ ਬੋਲਦੇ ਬੋਲਦੇ ਸੱਚ ਥੋੜ੍ਹਾ, ਠੇਕੇਦਾਰ ਵਕੀਲ ਅਤੇ ਸ਼ਾਇਰ ਤਿੰਨੇ, ਇੱਕ ਸਿਰਫ ਅਤੇ ਹੋਰ ਵੰਡਿਆਲ ਠੂਹਾਂ, ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇ, ਛਾਲ ਮਾਰ ਕੇ ਦੀਵਾਰ ਨੂੰ ਟੱਪ ਜਾਂਦੇ ਨਾਰ ਚੋਰਟਾ, ਲਲਕਰੀ ਟਾਇਰ, ਲਲਕਰੀ ਟਾਇਰ ਉਹ ਘੋੜਾ ਅਤੇ ਘੋੜੀਆ ਜਿਹੜਾ ਲਲਕਰੇ 'ਤੇ ਲੱਗਿਆ ਹੋਵੇ, ਜਿਹਨੂੰ ਖਬਰਦਾਰ ਕਹੇ ਤੇ ਫਿਰ ਟੱਪ ਜਾਂਦਾ ਉਹ, ਜੂਏਬਾਜ਼ ਅਤੇ ਟਮਟਮਾਂ ਵਾਹੁਣ ਵਾਲਾ ਅਤੇ ਵੇਸਬਾ ਸ਼ਰਮ ਬਗੈਰ ਤਿੰਨੇ, ਨਾਚਾ ਘੁੰਮ ਕੇ ਤੁਰਨ ਵਾਲਾ, ਨਕਲੀਆ ਔਰ ਗਾਮੰਤਰੀ ਵੀ ਜਿੱਥੇ ਖੰਡ ਲਗਾਮ ਦੇ ਲਹਿਰ ਤਿੰਨੇ, ਨਵਾਂ ਆਸ਼ਕੀ ਅਤੇ ਗਧਾ ਗਾਹ ਵਾਲਾ, ਠੀਕ ਭਾਲ ਦੇ ਸਿਖਰ ਦੁਪਹਿਰ ਤਿੰਨੇ, ਸ਼ਾਹੂਕਾਰ ਹਕੀਮ ਕਲਰਕ ਤੀਜਾ, ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ, ਊਠ ਸਾਂ ਅਤੇ ਔਰ ਪਠਾਨ ਤੀਜਾ, ਦਿਲੋਂ ਨਹੀਂ ਗਵਾਮ ਦੇ ਵੈਰ ਤਿੰਨੇ, ਰਾਜਵ ਅਲੀ ਗੁਲਾਮ ਅਤੇ ਜੱਟ ਚੂੜਾ, ਜਦ ਰੱਜ ਜਾਂਦੇ ਨੇ ਨਾ ਫਿਰ ਖੈਰ ਨਹੀਂ, ਰੱਜੇ ਨਹੀਂ ਗੁਜ਼ਾਰਦੇ ਖੈਰ ਤਿੰਨੇ, ਰੱਜੇ ਨਹੀਂ ਗੁਜ਼ਾਰਦੇ ਖੈਰ ਤਿੰਨੇ, ਤਿੰਨ ਦਾ ਬੈਂਤ ਹੈ ਬਾਬੂ ਰਾਜਵ ਅਲੀ ਜੀ ਦਾ। ਖੂਹ ਵਾਲੀ ਪਹੀ 'ਚ ਜਾਂ ਸਵੇਰੇ ਬੁੱਕਲ ਮਾਰ ਕੇ ਜਾਂਦੇ ਹਾਂ, ਹੇ ਭਗਵਾਨ ਤੇਰੀ ਕੁਦਰਤ, ਤਿੱਤਰ ਬੋਲਦਾ। ਸਿਆਣੇ ਬੰਦੇ ਕਹਿੰਦੇ ਕੀ ਕਹਿੰਦਾ ਇਹ, ਕਹਿੰਦਾ ਇਹ ਕਹਿੰਦਾ ਹੇ ਭਗਵਾਨ ਤੇਰੀ ਕੁਦਰਤ, ਸਿਖਾਉਂਦੇ ਹਾਲਾਤ ਸਿਖਾਉਂਦੇ, ਇਹ ਬਣਾਈ ਵੀ ਹੈ ਗੱਲ। ਰੋਹਿਤ ਜੀ ਮਿਲਦੇ ਆ ਸਵੇਰੇ, ਉਹਨਾਂ ਨੂੰ ਪਤਾ ਜੱਟ ਕੀ ਕਹਿੰਦਾ, ਨਮਸਕਾਰ ਜੀ ਪੰਡਿਤ ਜੀ। ਇਹ ਆ ਪਿੰਡਾਂ ਦੀ ਕਹਾਣੀ, ਪਿੰਡ ਆਹ ਦਿਨਾਂ 'ਚ ਬੜਾ ਯਾਦ ਆਉਂਦਾ ਹੈ। ਅਤੇ ਚੱਲਦਿਆਂ ਨਵਕਿਰਨ ਸਿੰਘ ਪੱਤੀ ਨਾਲ ਆ ਜਹਾਜ਼, ਮੈਨੂੰ ਲੱਗਦਾ ਇਹਨਾਂ ਨੇ ਫਿਰ ਥੰਮ ਦੇਣੇ ਨੇ ਜਾਣ ਨੂੰ, ਜਹਾਜ਼ ਕਾਹਦੇ ਥੰਮ ਲੈਣੇ ਨੇ, ਮਿਲੀਅਨਸ ਆਫ ਡਾਲਰ ਏਅਰ ਲਾਈਨਜ਼ ਦੀ, ਏਅਰਲਾਈਨ ਦੇ ਢਿੱਡ 'ਚ ਜਾ ਵੜਨਾ, ਨਾਲ ਫਿਰ ਸਰਕਾਰ ਤੋਂ ਵੀ ਲੈਣਗੇ, ਤੁਹਾਡਾ ਵੀ ਖਾਣਗੇ, ਫਿਰ ਇੱਕ ਗਿੱਦੜ ਪਰਚੀ ਭੇਜਣਗੇ, ਸਾਲ ਦੇ ਵਿੱਚ ਕ੍ਰੈਡਿਟ ਵਰਤ ਲਿਓ, ਮਸਾਂ ਤਾਂ ਬੰਦਾ ਨਿਕਲਦਾ ਹੈ, ਦੋ ਦੋ ਸਾਲ ਦੀਆਂ ਪਲੈਨਿੰਗਾਂ ਕਰਕੇ ਚੱਲਾਂਗੇ ਫਲਾਣੇ ਫਲਾਣੇ ਸਾਲ ਦੇਸ਼ ਨੂੰ, ਉੱਪਰੋਂ ਇਹ ਜਾਂ ਦੱਬ ਦਿੰਦੇ ਆ ਕੰਮ, ਬਸ ਰੁਲ ਜਾਂਦਾ ਬੰਦਾ, ਕ੍ਰੈਡਿਟ ਕਾਰਡ 'ਤੇ ਜਿਹੜਾ ਬਿੱਲ ਆ ਵੜਦਾ ਅਤੇ ਜਹਾਜ਼ ਬੰਦਾ ਚੜ੍ਹਦਾ ਨਹੀਂ, ਕਰਜ਼ੇ 'ਚ ਆ ਜਾਂਦਾ, ਅਤੇ ਇਹਨਾਂ ਦਾ ਸੂਤ ਨਹੀਂ ਆਉਂਦਾ। ਪਰ ਇਹ ਨਹੀਂ ਰੱਜਦੀਆਂ, $1,600 ਦੀ ਟਿਕਟ $3,400 ਨੂੰ ਠੋਕੀ ਬੈਠੇ ਆ, ਹਲੇ ਕਹਿੰਦੇ ਨੈਸ਼ਨਲ ਕੈਰੀਅਰ ਨੇ, ਸੰਗਤਾਂ ਨਹੀਂ ਆਉਂਦੀ। ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ਼੍ਰੀ ਅਕਾਲ।
ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ, ਹੁਣ ਭੂਰੀ ਦੀ ਬੁੱਕਲ ਮਾਰ ਕੇ ਤੇ ਮੂੰਹ ਢੱਕ ਕੇ ਜਿਹੜੇ ਫੌਜ ਚੋਂ ਆਏ ਹੁੰਦੇ ਸੀ ਚਾਚੇ ਤਾਏ, ਉਹ ਮਫਲਰ ਲਪੇਟ ਕੇ ਜਾਂਦੇ ਹੁੰਦੇ ਸੀ ਜਾਂ ਧੁੰਦ ਹੈ। ਧੁੰਦ ਪਈ ਕਿ ਨਹੀਂ ਪੰਜਾਬ ਚ ਹਲੇ? ਗਿੱਲ ਸਾਹਿਬ, ਬਹੁਤ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈ ਰਹੀ ਹੈਗੀ ਔਰ ਅੱਜ ਸਵੇਰੇ ਤਾਂ ਸੂਰਜ ਬਹੁਤ ਲੇਟ ਚੜਿਆ, ਜਿਵੇਂ ਕਹਿਣਾ ਹੋਵੇ ਤਾਂ ਧੂਈਆਂ ਲੱਗੀਆਂ ਹੋਈਆਂ ਸੀ, ਸੇਕ ਰਹੇ ਸੀ ਵਾ ਆਸ ਪਾਸ ਸਾਰੇ ਪੰਜਾਬ ਦੇ ਵਿੱਚ ਸੜਕਾਂ ਦੇ ਲੋਕ, ਔਰ ਸੂਰਜ ਆ ਜਿਹੜਾ ਲਗਭਗ 11:30-12 ਵਜੇ ਚੜਦਾ ਦਿਖਾਈ ਦਿੱਤਾ। ਸੋ ਟੈਂਪਰੇਚਰ ਬਹੁਤ ਡਾਊਨ ਚ ਗਿਆ ਜੀ। ਹੁਣ ਜੇ ਦਸੰਬਰ ਦਾ ਮਹੀਨਾ ਵੀ ਅੱਧ ਨੂੰ ਟੱਪ ਗਿਆ ਜੀ, ਜੇ ਦੇਖਣਾ ਹੋਵੇ ਤਾਂ ਦੇਸੀ ਮਹੀਨਿਆਂ ਦੇ ਤੌਰ ਤੇ, ਕਿਉਂਕਿ ਆਪਣੇ ਠੰਡ ਗਰਮੀ ਆਮ ਤੌਰ ਤੇ ਦੇਸੀ ਮਹੀਨਿਆਂ ਦੇ ਨਾਲ ਮਾਪੀ ਜਾਂਦੀ ਹੈ, ਤਾਂ ਅੱਜ 2 ਪੋਹ ਦਾ ਦਿਨ ਆ ਜਿਹੜਾ ਉਹ ਸੀਗਾ, ਕੱਲ ਨੂੰ 3 ਪੋਹ ਹੋ ਜਾਣਾ ਗਾ ਤੇ ਠੰਡ ਕਾਫੀ ਪੈ ਰਹੀ ਹੈ ਜੀ ਪੰਜਾਬ ਦੇ ਵਿੱਚ। ਘੱਟੋ ਘੱਟ ਤਾਪਮਾਨ 3-4 ਡਿਗਰੀ ਸੈਲਸੀਅਸ ਦੇ ਆਸ ਪਾਸ ਜਾ ਰਿਹਾ ਗਾ ਪੰਜਾਬ ਦਾ, ਔਰ ਇਹਨਾਂ ਦਿਨਾਂ ਦੇ ਵਿੱਚ ਧੁੰਦ ਪੈ ਰਹੀ ਹੈ, ਆਉਣ ਵਾਲੇ ਦਿਨਾਂ 'ਚ ਵੀ ਧੁੰਦ ਪੈਣ ਦੀ ਕਾਫੀ ਸੰਭਾਵਨਾ। ਅੱਜ ਸੰਘਣੀ ਧੁੰਦ ਕਰਕੇ ਪਟਿਆਲਾ ਰਾਜਪੁਰਾ ਰੋਡ ਦੇ ਉੱਤੇ ਕਾਰਾਂ ਦੀ ਟੱਕਰ ਹੋਈ, 3 ਵਿਅਕਤੀ ਜ਼ਖਮੀ ਹੋਏ, ਹੋਰ ਵੀ ਕਈ ਥਾਂ ਜਿਹੜੇ ਹਾਦਸੇ ਨੇ ਉਹ ਧੁੰਦ ਕਰਕੇ ਵਾਪਰੇ ਨੇ ਜੀ ਗੱਲ ਸਾਹਿਬ। ਅੱਛਾ, ਰਾਜਨੀਤੀ ਕੀ ਕਹਿੰਦੀ ਹੈ, ਨਵਾਂ ਜਿਹੜਾ ਕੰਮ ਕੀ ਚੱਲਦਾ ਹੈ? ਧਰਮ ਨਾਲ ਜਦ ਧੁੰਦ ਪੈਂਦੀ ਆ ਪੰਜਾਬ ਦੀ ਬਹੁਤ ਯਾਦ ਆਉਂਦੀ ਹੈ, ਬਸ ਕਰਨ ਨੂੰ ਕੁਛ ਹੈ ਨਹੀਂ, ਬਾਹਰਲੇ ਵਿਹੜੇ 'ਚੋਂ ਅੰਦਰਲੇ ਘਰ 'ਚ ਅੰਦਰਲੀ ਬੈਠਕ 'ਚੋਂ ਬਾਹਰਲੇ, ਤੁਰਦਾ ਫਿਰਦਾ ਬੰਦਾ ਇਉਂ ਤੁਰਿਆ ਜਾਂਦਾ ਜਿਵੇਂ ਸਹੁਰਿਆਂ ਨੂੰ ਜਾਂਦਾ, ਹੌਲੀ ਦੇ ਕੇ ਹਾਰ ਮਾਰ ਕੇ ਚਾਹ ਹੀ ਧਰ ਲਓ, ਬਸ ਇੰਨਾ ਹੀ ਕੰਮ ਹੈ। ਖੇਸੀ ਦੀ ਬੁੱਕਲ ਅਤੇ ਪੈਰਾਂ ਦੇ ਵਿੱਚ ਜਰਾਬਾਂ, ਜਰਾਬਾਂ ਨੂੰ ਵੇਖ ਕੇ ਪਿੰਡ ਵਾਲੇ ਕਹਿੰਦੇ ਇਹਦੇ ਰੱਬ ਭੁੱਲਿਆ ਹੈ, ਦੇਖੋ ਇਹਦੇ ਨਹੀਂ ਜਰਾਬਾਂ ਪਾਈ ਫਿਰਦਾ, ਬਿਨਾਂ ਜਾਣ ਤੋਂ ਜਰਾਬਾਂ ਪਾਈ ਦਾ, ਜਰਾਬਾਂ ਉੱਥੇ ਲਗਜ਼ਰੀ ਆ। ਅੱਛਾ ਦੱਸਿਓ, ਰਾਜਨੀਤੀ ਕੀ ਕਹਿੰਦੀ ਹੈ? ਗਿੱਲ ਸਾਹਿਬ, ਦੇਖੋ ਰਾਜਨੀਤੀ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਆ। ਉਧਰੋਂ ਕਾਂਗਰਸ ਪਾਰਟੀ ਦੇ ਵੱਲੋਂ ਅੰਦਰੋਂ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੇ ਬਾਹਰੋਂ ਹਿੱਲ ਜਾਂਦਾ ਸਿਸਟਮ, ਬਾਹਰੋਂ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਰਾਏਕੋਟ ਦੇ ਵਿੱਚ ਆ ਜਿਹੜਾ ਪਿਛਲੇ ਦਿਨੀ ਆਮ ਆਦਮੀ ਪਾਰਟੀ ਵਾਲਾ MLA ਸ਼ਾਮਲ ਕੀਤਾ ਸੀਗਾ ਜੱਗਾ ਹਿੱਸੋਵਾਲ, ਉਹਨੇ ਰੈਲੀ ਕੀਤੀ, ਰੈਲੀ 'ਚ ਨਵਜੋਤ ਸਿੱਧੂ ਆ ਗਿਆ। ਉੱਥੇ ਨਵਜੋਤ ਸਿੱਧੂ ਨੇ ਕਿਹਾ, ਕਹਿੰਦਾ ਅਸੀਂ ਤਾਂ 2 ਬਲਦਾਂਗੇ, ਮੈਂ ਤੇ ਚਰਨਜੀਤ ਚੰਨੀ, ਕਹਿੰਦਾ ਬਲਦ ਨੀ ਤੁਰਦੇ ਹੁੰਦੇ ਗਿੱਲ ਸਾਹਿਬ, ਐ ਇੱਕ ਬਿਲਕੁਲ ਬਰਾਬਰ, ਕਹਿੰਦਾ ਅਸੀਂ ਇਕੱਠੇ ਤੁਰਾਂਗੇ, ਇਕੱਠੇ ਪੰਜਾਬ ਨੂੰ ਲੈ ਕੇ ਚੱਲਾਂਗੇ। ਉਹਨੇ ਬਾਹਰੋਂ ਸੰਕੇਤ ਦਿੱਤਾ ਵੀ ਅਸੀਂ ਤਾਂ ਇੱਕੋ ਜਿਹੇ ਹਾਂ, ਪਰ ਦੱਸਣ ਵਾਲੇ ਦੱਸਦੇ ਆ ਵੀ ਰਾਤ ਜਿਹੜੀ ਮੀਟਿੰਗ ਸੀਗੀ, ਸੁਨੀਲ ਜਾਖੜ ਸੀ, ਚਰਨਜੀਤ ਚੰਨੀ ਸੀ, ਨਵਜੋਤ ਸਿੱਧੂ ਸੀ, ਔਰ ਪ੍ਰਗਟ ਸਿੰਘ ਸੀ, ਪੰਜਾਬ ਕਾਂਗਰਸ ਦਾ ਇੰਚਾਰਜ ਨਰੀਸ਼ ਚੌਧਰੀ ਸੀ। ਉਸ ਮੀਟਿੰਗ ਦੇ ਵਿੱਚ ਗਿੱਲ ਸਾਹਿਬ ਕਹਿੰਦੇ ਸਿੱਧੂ ਨੇ ਬਹੁਤ ਨਹੋਰੇ ਮਾਰੇ, ਕਹਿੰਦੇ ਜਦੋਂ ਗੱਲ ਸ਼ੁਰੂ ਕੀਤੀ ਤਾਂ ਕਿਹਾ ਵੀ ਆਪਾਂ ਨੂੰ ਚੋਣ ਮੁਹਿੰਮਾਂ ਜਿਹੜੀ ਉਹ ਭਖਾਉਣੀ ਚਾਹੀਦੀ ਆ। ਸਿੱਧੂ ਝਾਕ ਕੇ ਚੰਨੀ ਕਣੀ ਕਹਿੰਦਾ ਚੋਣ ਮੁਹਿੰਮ ਚੱਲ ਤਾਂ ਰਹੀ ਆ। ਔਰ ਉਸ ਤੋਂ ਬਾਅਦ ਗਿੱਲ ਸਾਹਿਬ, ਨਵਜੋਤ ਸਿੰਘ ਸਿੱਧੂ ਨੇ 2-3 ਗੱਲਾਂ ਜਿਹੜੀਆਂ ਕਹੀਆਂ। ਇੱਕ ਤਾਂ ਉਹ ਕਹਿੰਦਾ ਵੀ ਪੋਸਟਰ ਲੱਗੀ ਜਾਂਦੇ ਨੇ ਇਕੱਲੇ ਦੀ, ਲੱਗੀ ਜਾਂਦੇ ਨੇ ਇਹਦੇ, ਮੈਂ ਪ੍ਰਧਾਨ ਆ, ਕੋਈ ਪੁੱਛਦਾ ਹੀ ਨੀ। ਦੂਜੀ ਗੱਲ ਉਹਨੇ ਕਹੀ, ਉਹ ਕਹਿੰਦਾ ਵੀ ਚੱਕਿਆ ਜਹਾਜ਼ ਇੱਧਰ ਨੂੰ, ਚੱਕਿਆ ਜਹਾਜ਼ ਇੱਧਰ ਨੂੰ, ਇਕੱਲੇ ਹੀ ਤੁਰਿਆ ਫਿਰਦਾ ਇਹ, ਹੋਰ ਕਿਸੇ ਨੂੰ ਪੁੱਛਦਾ ਹੀ ਨੀ। ਉਸ ਤੋਂ ਬਾਅਦ ਗਿੱਲ ਸਾਹਿਬ, ਜਦੋਂ ਗੱਲ ਚੱਲੀ, ਪਤਾ ਲੱਗਿਆ ਕਿ ਬੈਠਕ ਦੇ ਵਿੱਚ ਸੂਤਰ ਦੱਸਦੇ ਨੇ ਵੀ ਇਹ ਚੱਲਿਆ ਵੀ ਦਲਿਤ ਚਿਹਰਾ ਹੈਗਾ ਜਿਹੜਾ ਉਹ ਅੱਗੇ ਰੱਖਣ ਦੀ ਲੋੜ ਹੈ, ਤਾਂ ਨਵਜੋਤ ਸਿੰਘ ਸਿੱਧੂ ਨੇ ਆਖ ਦਿੱਤਾ ਕਿ ਇਹਦੇ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਨਾਲ ਹੀ ਕਹਿੰਦੇ ਉਹਨੇ ਤਲਖੀ ਚ ਆਖ ਦਿੱਤਾ, ਕਹਿੰਦਾ ਇੱਥੋਂ ਹੀ ਵੋਟਾਂ ਤਲਾਸ਼ ਲਿਓ ਫਿਰ। ਤਾਂ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਆਪਸ ਦੇ ਵਿੱਚ, ਸਿੱਧੂ ਵਰਸਿਸ ਚੰਨੀ, ਔਰ ਸੁਨੀਲ ਜਾਖੜ ਨੂੰ ਚੰਨੀ ਹੁਰੀ ਮਿਲਣਾ ਚਾਹੁੰਦੇ ਸੀ ਪਿਛਲੇ ਦਿਨੀ, ਔਰ ਚੰਨੀ ਹੁਰਾਂ ਨੂੰ ਸੁਨੀਲ ਜਾਖੜ ਨੇ ਮਿਲਣ ਤੋਂ ਟਾਲਾ ਵੱਟਿਆ। ਤਾਂ ਮੀਟਿੰਗ ਦੇ ਵਿੱਚ ਜਦੋਂ ਜਾ ਕੇ ਬੈਠੇ, ਉੱਥੇ ਮਾਹੌਲ ਤਲਖ ਭਰਿਆ ਇੱਕ ਦੂਜੇ ਦੇ ਨਾਲ ਨਜ਼ਰ ਆਇਆ। ਉਹ ਸਥਿਤੀ ਇਹ ਹੈਗੀ ਕਿ ਕਾਂਗਰਸ ਪਾਰਟੀ ਨੂੰ ਹਾਈ ਕਮਾਂਡ ਕਹਿ ਰਹੀ ਹੈ ਇਕੱਠੇ ਰਹੋ, ਔਰ ਇਹ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੁਣ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਏ ਆਪਣੇ ਹਿਸਾਬ ਨਾਲ ਬਣਾਏ, ਜਿਹੜੀਆਂ ਟਿਕਟਾਂ ਵੰਡਣ ਦੀ ਤਾਕਤ ਹੈ ਉਹ ਆਪਦੇ ਹਿਸਾਬ ਨਾਲ ਹੈ, ਉਹ ਇਨਰ ਸਟਰਕਚਰ ਹੈਗਾ ਜਿਹੜਾ ਉਹ ਆਪਣਾ ਖੜਾ ਕਰ ਰਿਹਾ ਹੈਗਾ, ਜਿਵੇਂ ਹਰਭਜਨ ਸਿੰਘ ਨੂੰ ਵੀ ਲਿਆਉਣ ਦੀ ਤਿਆਰੀ ਆ। ਤਾਂ ਉਹਦੇ ਚੋਂ ਚਰਨਜੀਤ ਚੰਨੀ ਦੇ ਨਾਲ ਨਵਜੋਤ ਸਿੱਧੂ ਦਾ ਖਫਾ ਹੋਣਾ, ਤੇ ਇਹ ਲੱਗਣਾ ਇਹਨਾਂ ਨੂੰ ਵੀ ਚੋਣਾਂ ਤਾਂ ਜਿੱਤੀਆਂ ਹੀ ਪਈਆਂ ਨੇ ਕਾਂਗਰਸ ਨੂੰ ਜਿਵੇਂ ਪਹਿਲਾਂ ਲੱਗਦਾ ਸੀ, ਤਾਂ ਇਹ ਕਾਫੀ ਔਖਾ ਮਾਹੌਲ ਜੀ। ਸੋ ਰਾਜਨੀਤੀ ਇਸੇ ਤਰ੍ਹਾਂ ਚੱਲਦੀ ਹੈ ਜੀ ਸਾਰੇ ਪਾਸਿਓਂ ਜੀ ਗੱਲ ਸਾਹਿਬ। ਨਵਕਿਰਨ ਸਿੰਘ ਜੀ, ਅਜੇ ਮਿਸ਼ਰਾ ਦਾ ਖਲਾਰਾ ਜਿਹੜਾ ਹੁਣ ਯੂਪੀ ਦੇ ਵਿੱਚ ਪੈ ਰਿਹਾ, ਤੇ ਕਹਿ ਕੀ ਰਹੇ ਨੇ ਹੁਣ, ਇਹਨੂੰ ਕੱਢਣਗੇ ਜਾਂ ਨਹੀਂ ਬੰਦੇ ਨੂੰ?
ਦੇਖੋ ਗਿੱਲ ਸਾਹਿਬ, ਇਹਦੇ ਤੇ ਨਾ ਭਾਜਪਾ ਬਹੁਤ ਕਸੂਤੀ ਫਸਦੀ ਨਜ਼ਰ ਆ ਰਹੀ ਆ। ਹੁਣ ਜਿਹੜੀ ਕਿਸਾਨ ਸੰਘਰਸ਼ ਵਾਲੇ ਪਾਸਿਓਂ ਵੀ ਗੱਲ ਨਿਕਲ ਕੇ ਸਾਹਮਣੇ ਆਈ ਆ, ਉਹ ਆਈ ਆ ਵੀ ਲਖੀਮਪੁਰ ਖੀਰੀ ਕਾਂਡ ਤੋਂ ਪਹਿਲਾਂ ਇੱਕ ਚਿੱਠੀ ਲਿਖੀ ਗਈ ਸੀਗੀ, ਹਾਲਾਂਕਿ ਅੰਦਰਲੀਆਂ ਗੱਲਾਂ ਨੇ, ਇੱਕ ਚਿੱਠੀ ਲਿਖੀ ਗਈ ਸੀਗੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ, ਨਰਿੰਦਰ ਮੋਦੀ ਹੋਰਾਂ ਨੂੰ ਔਰ ਰਾਜਿਆਲ ਹੋਰਾਂ ਦੇ ਵੱਲੋਂ। ਔਰ ਉਸ ਚਿੱਠੀ ਦੇ ਵਿੱਚ ਇਹ ਲਿਖਿਆ ਗਿਆ ਸੀ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਕਿ ਕੋਈ ਸਮਝੌਤਾ ਗਾ ਜਿਹੜਾ ਉਹ ਕਰ ਲਈਏ, ਔਰ ਗੱਲ ਨੇੜੇ ਜਾਂਦੀ ਸੀ, ਉਧਰੋਂ ਲਖੀਮਪੁਰ ਖੀਰੀ ਵਾਪਰ ਗਿਆ, ਉਹ ਭਾਰਤੀ ਜਨਤਾ ਪਾਰਟੀ ਦੇ ਲਈ ਵੱਡੀ ਸਿਰਦਰਦੀ ਬਣ ਗਿਆ, ਕਿਸਾਨ ਅੰਦੋਲਨ ਆ ਜਿਹੜਾ ਉਹ ਹੋਰ ਜ਼ਿਆਦਾ ਭੱਗ ਗਿਆ। ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਨੂੰ ਆ ਕੇ ਸਿੱਧਾ ਐਲਾਨ ਕਰਨਾ ਪਿਆ 19 ਅਕਤੂਬਰ ਨੂੰ ਕਿ ਅਸੀਂ ਖੇਤੀ ਕਾਨੂੰਨ ਆ ਜਿਹੜੇ ਵਾਪਸ ਲੈ ਰਹੇ ਹਾਂ, ਸੋਰੀ 19 ਨਵੰਬਰ ਨੂੰ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ। ਤਾਂ ਜਿਹੜਾ ਇਹ ਐਲਾਨ ਕਰਨਾ ਪਿਆ ਨਰਿੰਦਰ ਮੋਦੀ ਹੋਰਾਂ ਨੂੰ, ਉਹਦੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਗਾ ਕਿ ਇਹ ਅਜੇ ਮਿਸ਼ਰਾ ਟੈਣੀ ਜਿਹੜਾ ਇਹਨਾਂ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਕਿ ਉਹਦੇ ਮੁੰਡੇ ਨੇ ਜਿਹੜਾ ਇਹ ਘਟਨਾਕ੍ਰਮ ਕੀਤਾ, ਉਹਦੇ ਨਾਲ ਬੀਜੇਪੀ ਬੈਕਫੁੱਟ ਦੇ ਉੱਤੇ ਗਈ। ਤਾਂ ਉਸ ਤੋਂ ਬਾਅਦ ਗਿੱਲ ਸਾਹਿਬ, ਹੁਣ ਜਿਹੜਾ ਉਹ ਪੱਤਰਕਾਰਾਂ ਦੇ ਨਾਲ ਉਸਨੇ ਬਦਸਲੂਕੀ ਕੀਤੀ, ਉਹਦੇ ਨਾਲ ਫਿਰ ਬੈਕਫੁੱਟ ਦੇ ਉੱਤੇ ਗਈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT ਨੇ ਜਿਹੜੀ ਰਿਪੋਰਟ ਤਿਆਰ ਕੀਤੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਇਹ ਯੋਜਨਾਬੱਧ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਗਈ, ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲ ਆ, ਉਹਦੇ ਨਾਲ ਹੋਰ ਬੈਕਫੁੱਟ ਦੇ ਉੱਤੇ ਗਈ। ਤਾਂ ਉਧਰੋਂ UP ਦੀ ਇਲੈਕਸ਼ਨ ਹੈ, ਇਹਨੂੰ ਸਾਹਮਣੇ ਤਾਂ ਲਿਆਂਦਾ ਸੀ ਕਿਉਂਕਿ ਉੱਥੇ ਬ੍ਰਾਹਮਣਾਂ ਦੀਆਂ ਵੋਟਾਂ ਨੇ ਜਿਹੜੀਆਂ, ਉਹਨਾਂ ਨੂੰ ਕੈਸ਼ ਕਰਨ ਦੇ ਲਈ ਇਹਨੂੰ ਸਿੱਧਾ ਲਿਜਾ ਕੇ ਗ੍ਰਹਿ ਰਾਜ ਮੰਤਰੀ ਬਣਾਇਆ ਸੀ। ਨਹੀਂ ਤਾਂ ਗਿੱਲ ਸਾਹਿਬ, ਇਹ ਤੋਂ ਬਹੁਤ ਸੀਨੀਅਰ ਬੰਦੇ ਬੈਠੇ ਨੇ, ਉਹਨਾਂ ਨੂੰ ਬਣਾਇਆ ਜਾ ਸਕਦਾ ਸੀ, ਐਡੀ ਵੱਡੀ ਕੁਰਸੀ ਦੇ ਉੱਤੇ ਲਿਜਾਣ ਦਾ ਮਤਲਬ ਇਹ ਸੀ। ਤਾਂ ਹੁਣ ਦੇਖੋ, ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਧਰਮ ਜਾਤ ਗੋਤ ਇਹ ਸਾਰੇ ਹਿਸਾਬਾਂ ਨਾਲ ਪੈਂਦੀਆਂ ਨੇ, ਉਹਨਾਂ ਨੂੰ ਹੁਣ ਇਹਨੂੰ ਇਸ ਸਮੇਂ ਬੈਕ ਦੇ ਉੱਤੇ ਲਿਜਾਣਾ, ਨਹੀਂ ਤਾਂ ਇਹਨੂੰ ਬਾਂਹ ਫੜ ਕੇ ਪਾਸੇ ਕਰਦੇ ਭਾਜਪਾ, ਹੁਣ ਇਹਨੂੰ ਬੈਕ ਦੇ ਉੱਤੇ ਲਿਜਾਣਾ ਉਹਨਾਂ ਨੂੰ ਲੌਸ ਲੱਗਦਾ UP ਦਾ, ਤਾਂ ਉਹਨਾਂ ਨੂੰ ਲੱਗਦਾ ਕਿ ਇਹਨੂੰ ਇੱਥੇ ਬਣਾਈ ਰੱਖਣਾ ਪਊਗਾ। ਉਧਰੋਂ ਵਿਰੋਧੀ ਧਿਰਾਂ ਦਾ ਦਬਾਅ ਬਹੁਤ ਆ, ਹੁਣ ਤਾਂ ਕੱਲ ਤੱਕ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਹੀ ਵਿਰੋਧ ਹੋ ਰਿਹਾ ਸੀ, ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਬਹੁਤ ਵਿਰੋਧ ਹੋਇਆ ਗਾ। ਔਰ ਉੱਤਰ ਪ੍ਰਦੇਸ਼ ਦੀ ਕਾਰਵਾਈ ਹੈ ਜਿਹੜੀ ਵਿਧਾਨ ਪਰਿਸ਼ਦ ਦੀ ਜਦੋਂ ਸ਼ੁਰੂ ਹੋਈ ਤਾਂ ਮੁਲਤਵੀ ਕਰਨੀ ਪਈ, ਕਿਉਂਕਿ 11 ਵਜੇ ਸਦਨ ਦੀ ਕਾਰਵਾਈ ਜਦੋਂ ਹੀ ਸ਼ੁਰੂ ਹੋਈ ਤਾਂ ਸਦਨ ਦੇ ਨੇਤਾ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਜਿਹੜਾ ਅਜੇ ਆਪਦਾ ਅੰਤਰਿਮ ਜਿਹੜੀਆਂ ਗ੍ਰਾਂਟਾਂ ਸੀ ਉਹ ਪੇਸ਼ ਹੀ ਕੀਤੀਆਂ ਸੀ, ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੈਂਬਰ ਸਾਹਮਣੇ ਆ ਗਏ ਔਰ ਉਹਨਾਂ ਨੇ ਆ ਕੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਜਿਹੜਾ ਬਰਖਾਸਤ ਕੀਤਾ ਜਾਵੇ, ਤਾਂ ਉਹਦੇ ਤੇ ਫਿਰ ਰੌਲਾ ਪਿਆ। ਸੋ ਉੱਤਰ ਪ੍ਰਦੇਸ਼ ਦੇ ਵਿੱਚ BJP ਦੇ ਲਈ ਕਾਫੀ ਵੱਡੀ ਸਿਰਦਰਦੀ ਬਣ ਚੁੱਕਿਆ ਹੈ ਮੰਤਰੀ ਜੀ। ਇਹ ਅੱਛਾ, ਜਿਹੜੀ ਇਹਦੇ ਨਾਲ ਹੀ ਦੱਸਾਂ, ਜਿਹੜਾ ਨਸ਼ਿਆਂ ਦੇ ਮਾਮਲੇ ਵਿੱਚ ਅਸਲ ਇਹਦੇ ਬਾਰੇ ਤਾਂ ਕਈ ਵਾਰ ਕਚਿਆਣ ਆਉਂਦੀ ਆ ਵੀ ਯਾਰ ਕੀ ਗੱਲ ਕਰਨੀ ਹੈ ਇਹਦੇ ਨਾਲ, ਅਤੇ ਹੁਣ ਨਸ਼ਿਆਂ ਦੇ ਮਾਮਲੇ ਦੇ ਵਿੱਚ ਰਾਜਨੀਤੀ ਹੋ ਰਹੀ ਹੈ, ਉਹ ਚਿੱਠੀ ਉਹਨੀ ਖੁੱਲ੍ਹੀ ਪਿਛਲੇ 5 ਸਾਲ ਹੋ ਗਏ, ਚਾਚਾ ਕਿੰਨਾ ਝੂਠ ਬੋਲਦਾ ਰਿਹਾ, ਮੈਂ ਕਰ ਦੂੰ ਮੈਂ ਖੂੰਡਾ, ਪਹਿਲਾਂ 2 ਵਾਲੀ ਨਾ ਖੂੰਡੇ ਦੇ ਆਸਰੇ ਜਿੱਤ ਗਿਆ, ਐਤਕੀ ਗੁਟਕਾ ਫੜ ਕੇ ਜਿੱਤ ਗਿਆ, ਅਤੇ ਇਹ ਬੰਦਿਆਂ ਦਾ ਹਿਸਾਬ ਕਿਤਾਬ ਜਿਹਦੇ ਗੁਟਕੇ ਫੜ ਕੇ ਅਤੇ ਝੂਠੀਆਂ ਸਹੁੰ ਖਾਧੀਆਂ ਨੇ ਹਿਸਾਬ ਕਿਤਾਬ ਤਾਂ ਕਰੂ ਉਹੀ ਗੁਰੂ, ਪਰ ਜਿਹੜਾ ਹੁਣ ਇਹ ਖਲਾਰਾ ਪਾਤਾ ਇਹ ਨਿਬੜਨਾ ਨਹੀਂ, ਹੁਣ ਨਸ਼ਿਆਂ ਦੇ ਮਾਮਲੇ 'ਚ ਕਾਰਵਾਈ ਜਿਹੜੀ ਨਾ ਨਹੀਂ ਹੋ ਰਹੀ ਉਹਦਾ ਕਾਰਨ ਕੀ ਹੈ ਜੀ? ਜੀ ਜੀ ਗੱਲ ਸਾਹਿਬ, ਦੇਖੋ ਇਹ ਨਾ ਅਸਲ ਦੇ ਵਿੱਚ 4.5 ਸਾਲ ਚੁੱਪ ਰਹੀ ਸਰਕਾਰ, ਉਦੋਂ ਬੋਲੇ ਨੀ, ਹੁਣ ਇਹਨਾਂ ਨੇ ਵਾਅਦੇ ਕਰ ਲਏ ਵੱਡੇ, ਇਹਨਾਂ ਨੇ ਕਿਹਾ ਨਸ਼ਿਆਂ ਦੇ ਮਾਮਲੇ 'ਚ ਕਾਰਵਾਈ ਕਰਾਂਗੇ, ਸਿੱਧੂ ਤਾਂ ਜਦੋਂ ਬੋਲਦਾ ਜੀਜਾ ਸਾਲਾ ਅੰਦਰ ਕਰਾਂਗੇ, ਤਾਂ ਇਹ ਜਿਹੜੀਆਂ ਗੱਲਾਂ ਕਰ ਲਈਆਂ, ਹੁਣ ਇਹਦੇ 'ਚੋਂ ਤਿਆਰੀ ਉਸ ਰੂਪ ਦੀ ਹੈ ਨਹੀਂ ਸੀ, ਦਬਾਅ ਹੁਣ ਅਖੀਰ ਦੇ ਉੱਤੇ ਆ ਕੇ, ਕਿਉਂਕਿ ਚੋਣ ਜਾਬ ਤਾਂ ਕਦੇ ਵੀ ਲੱਗ ਸਕਦਾ, ਦਬਾਅ ਬਣ ਰਿਹਾ ਗਾ ਲੋਕਾਂ ਦਾ, ਤਾਂ ਉਹਦੇ 'ਚੋਂ ਹੁਣ ਇਹ ਪੁਲਿਸ ਅਫਸਰਾਂ ਨੂੰ ਤਿਆਰ ਕਰ ਰਹੇ ਆ ਵੀ ਇਹਨੂੰ ਤਿਆਰ ਕਰ ਲਓ ਇਹਨੂੰ ਤਿਆਰ ਕਰ ਲਓ, ਔਰ 3 ਪੁਲਿਸ ਅਫਸਰ ਨੇ ਜਿਹੜੇ AD GP ਰੈਂਕ ਦੇ ਉਹ ਇਸ ਮਸਲੇ ਦੇ ਉੱਤੇ ਕਾਰਵਾਈ ਕਰਨ ਤੋਂ ਪਿੱਛੇ ਹਟ ਗਏ, ਈਵਨ 2 ਤਾਂ ਪਿੱਛੇ ਹਟੇ, ਔਰ 3 ਗਾ ਜਿਹੜਾ SK ਸਥਾਨਾ ਉਹ ਸਿਰਫ ਪਿੱਛੇ ਹੀ ਨਹੀਂ ਹਟਿਆ, ਉਹਨੇ ਇੱਕ ਨੋਟਿੰਗ ਲਿਖਤੀ, ਉਹ ਨੋਟਿੰਗ ਲੀਕ ਹੋ ਗਈ, ਉਹਦੇ ਨਾਲ ਬਾਕੀ ਅਫਸਰ ਨੇ ਜਿਹੜੇ ਉਹ ਡਰਨ ਲੱਗ ਗਏ। ਤਾਂ ਹੁਣ ਤਾਂ ਗਿੱਲ ਸਾਹਿਬ ਗੱਲ ਇੱਥੋਂ ਤੱਕ ਜਾ ਪਹੁੰਚੀ, ਜਿਵੇਂ ਰਾਤ ਆਪਾਂ ਜ਼ਿਕਰ ਕਰਦੇ ਸੀ ਕਿ ਇਹਨਾਂ ਨੇ ਅਫਸਰ ਲੱਭਿਆ ਗੌਤਮ ਚੀਮਾ, IG ਰੈਂਕ ਦਾ ਅਫਸਰ ਹੈ 1995 ਬੈਚ ਦਾ, ਔਰ ਉਹਨੂੰ ਕਹਿਤਾ ਵੀ ਤੈਨੂੰ AD GP ਬਣਾ ਦਿੰਦੇ ਆ, ਤੂੰ ਕਾਰਵਾਈ ਕਰ। ਉਹਨੇ ਪਹਿਲਾਂ ਤਾਂ ਮਾਰਤੀ ਥਾਪੀ ਵੀ ਠੀਕ ਹੈ ਜੀ ਤਿਆਰ ਆ ਮੈਂ,
ਉਹਦੀ ਸਾਰੀ ਕਾਰਵਾਈ ਉਹਨੂੰ ਪ੍ਰਮੋਸ਼ਨ ਦੇਣ ਦੀ ਤਿਆਰੀ ਸੀ, ਸੈਕਟਰੀ ਦੇ ਵੱਲੋਂ ਪੂਰੀ ਤਿਆਰੀ ਖਿੱਚਤੀ ਸੀ, ਪਰ ਰਾਤ ਉਹਨੇ ਫਿਰ ਪੈਰ ਪਿੱਛੇ ਖਿੱਚ ਲਿਆ। ਉਹ ਕਹਿੰਦਾ ਜੀ ਮੈਂ ਵੀ ਨੀ ਕਾਰਵਾਈ ਕਰ ਸਕਦਾ, ਮੈਨੂੰ ਤਾਂ ਆਈ ਜੀ ਵੀ ਰਹਿਣ ਦਿਓ, ਆਈ ਜੀ ਰਿਟਾਇਰ ਹੋ ਜੂੰਗਾ ਪਰ ਮੈਂ ਮੈਥੋਂ ਨੀ ਮਤਲਬ ਐਡੇ ਪੰਗੇ ਚ ਪਿਆ ਜਾਂਦਾ। ਉਹਦੀ ਨੋਟਿੰਗ ਦੇਖ ਕੇ ਐਸ ਕੇ ਅਸਥਾਨਾ ਦੀ ਕਹਿੰਦੇ ਉਹ ਵੀ ਪਿੱਛੇ ਹਟ ਗਿਆ। ਤਾਂ ਇਹ ਜਿਹੜੀਆਂ ਗੱਲਾਂ ਹੁਣ ਹੋ ਰਹੀਆਂ ਨੇ ਸਰਕਾਰ ਦੇ ਵੱਲੋਂ ਕਿ ਕੀ ਇਹਨਾਂ ਨੂੰ ਕੋਈ ਅਫਸਰ ਨੀ ਥਿਆ ਰਿਹਾ, ਔਰ ਦੂਸਰਾ ਇਹ ਕਿ ਹੁਣ ਡੀ ਜੀ ਪੀ ਰੈਂਕ ਦੇ ਅਧਿਕਾਰੀਆਂ ਦੇ ਨਾਲ ਇਹਨਾਂ ਨੇ ਗੱਲ ਚਲਾ ਲਈ। ਉਧਰੋਂ ਪੰਜਾਬ ਦੇ ਵਿੱਚ ਅਜੇ ਤੱਕ ਪਰਮਾਨੈਂਟ ਡੀ ਜੀ ਪੀ ਦੀ ਨਿਯੁਕਤੀ ਨੀ ਹੋਈ। ਹੁਣ ਪਤਾ ਲੱਗਿਆ ਗਾ ਕਿ ਯੂ ਪੀ ਐਸ ਸੀ ਦੀ ਮੀਟਿੰਗ ਆ ਜਿਹੜੀ 21 ਦਸੰਬਰ ਨੂੰ ਹੋਊ, ਔਰ 21 ਦਸੰਬਰ ਦੀ ਮੀਟਿੰਗ ਦੇ ਵਿੱਚ ਉਹ 3 ਨਾਂ ਫਾਈਨਲ ਕਰ ਸਕਦੇ ਨੇ ਕਿ ਆਹ 3 ਜਣੇ ਡੀ ਜੀ ਪੀ ਬਣਨ ਦੇ ਯੋਗ ਨੇ। ਉਸ ਤੋਂ ਬਾਅਦ ਉਹ 3 ਨਾਂ ਪੰਜਾਬ ਸਰਕਾਰ ਕੋਲ ਭੇਜਣਗੇ, ਫਿਰ ਉਹ 3 ਨਾਵਾਂ ਦੇ ਵਿੱਚੋਂ 1 ਨਾਂ ਪੰਜਾਬ ਸਰਕਾਰ ਸਿਲੈਕਟ ਕਰੂ। ਜਿਸ ਦਿਨ ਤੱਕ ਸਿਲੈਕਟ ਕਰਨਾ ਉਸ ਦਿਨ ਤੱਕ ਚੋਣ ਜ਼ਾਬਤਾ ਲੱਗ ਚੁੱਕਾ ਹੋਊਗਾ, ਜਾਂ ਲੱਗਣ ਚ 2-4 ਦਿਨ ਬਾਕੀ ਰਹਿੰਦੇ ਹੋਣਗੇ, ਇਹ ਨੌਬਤ ਆ ਜਾਣੀ ਹੈ। ਤਾਂ ਉਹਦੇ ਚੋਂ ਹੁਣ ਗਿੱਲ ਸਾਹਿਬ ਸਥਿਤੀ ਇਹ ਹੈ ਵੀ ਇਹਨਾਂ ਨੇ ਲੱਗਦਾ ਹੀ ਡੰਗ ਟਫਾਈ ਕਰਨੀ ਆ, ਔਰ ਫਿਰ ਕਹਿਣਗੇ ਵੀ ਸਾਨੂੰ 5 ਸਾਲ ਹੋਰ ਦਿਓ, ਫਿਰ ਅਸੀਂ ਨਸ਼ਿਆਂ ਦੇ ਮਸਲੇ ਚ ਵੀ ਕਾਰਵਾਈ ਕਰਾਂਗੇ। ਕੱਲੇ ਨਸ਼ਿਆਂ ਦਾ ਮਸਲਾ ਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮਸਲਾ, ਬਾਇਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦਾ ਮਸਲਾ, ਔਰ ਇਹ ਜਿਹੜੇ ਮਸਲੇ ਨੇ ਅੱਜ ਇੱਕ ਮਸਲੇ ਦੇ ਵਿੱਚ ਤਾਂ ਜਿਹੜਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਇਆ ਸੀ ਕ੍ਰਿਸ਼ਨ ਭਗਵਾਨ ਸਿੰਘ, ਉਹਦਾ ਬੇਟਾ ਉਹ ਗਿੱਲ ਸਾਹਿਬ ਧਰਨੇ ਤੇ ਬੈਠ ਗਿਆ, ਔਰ ਉਹਨੂੰ ਹੁਣ ਤੱਕ ਪਰਿਵਾਰਾਂ ਨੂੰ ਇਹ ਕਹਿੰਦੇ ਰਹੇ ਸੀ ਇਨਸਾਫ ਦੇਵਾਂਗੇ, ਲੇਕਿਨ ਇਨਸਾਫ ਨਹੀਂ ਦੇ ਪਾਏ। ਸੋ ਇਹ ਤਮਾਮ ਮਸਲੇ ਨੇ ਜਿਹੜੇ ਉੱਥੇ ਦੇ ਉੱਥੇ ਖੜੇ ਨੇ। ਮਸਲਾ ਇਹਨਾਂ ਨੇ ਹੱਲ ਕਿਹੜਾ ਕੀਤਾ ਹੈ? ਘਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਕਿਸੇ ਦੇ ਘਰੇ ਰੁਜ਼ਗਾਰ ਨੀ ਦਿੱਤਾ, ਬੇਅੰਤ ਸਿੰਘ ਦੇ ਪੋਤੇ ਨੂੰ DSP ਲਾਤਾ, ਫਲਾਨੇ MLA ਦੇ ਮੁੰਡੇ ਨੂੰ ਲਾਤਾ, ਧਿਉਂਕੇ MLA ਦੇ ਜਮਾਈ ਨੂੰ ਲਾਤਾ, ਇਦੋਂ ਬਿਨਾਂ ਇਹ ਕਿਸੇ ਦੇ ਘਰੇ ਰੁਜ਼ਗਾਰ ਨੀ ਪਹੁੰਚਿਆ। ਕੱਚੇ ਕੰਮ ਪੱਕੇ ਕਰਨ ਦੀ ਗੱਲ ਕੀਤੀ ਸੀ, 36,000 ਕੱਚਾ ਕੰਮ ਪੱਕਾ ਕਰਾਂਗੇ, ਪੰਜਾਬ ਵਿਧਾਨ ਸਭਾ 'ਚ ਵੀ ਪਾਸ ਕਰਤਾ, ਪਰ ਅਜੇ ਤੱਕ ਕੋਈ ਕੱਚੇ ਕੰਮ ਪੱਕੇ ਨੀ ਕੀਤੇ, 36,000 ਤਾਂ ਦੂਰ ਦੀ ਗੱਲ, 36 ਨੀ ਕੀਤੇ ਪੱਕੇ। ਸੋ ਇਹ ਜਿੱਥੇ ਕਹਾਣੀਆਂ ਅੜੀਆਂ ਖੜੀਆਂ ਉੱਥੇ ਹੀ ਅੜੀਆਂ ਖੜੀਆਂ ਨੇ ਜੀ। ਔਰ ਦੂਸਰਾ ਇਹ ਹੈਗਾ ਕਿ ਉਹਨਾਂ ਦੀ ਸਰਕਾਰ ਬਾਦਲਾਂ ਦੀ ਲੰਬਾ ਸਮਾਂ ਰਹੀ ਆ, ਔਰ ਜਦੋਂ ਉਹਨਾਂ ਦੀ ਸਰਕਾਰ ਰਹੀ ਆ ਤਾਂ ਇਹ ਸੀਗਾ ਕਿ ਉਹ ਅਫਸਰਾਂ ਨੂੰ ਵੀ ਮਾਲੋਮਾਲ ਕਰੀ ਰੱਖਿਆ ਪੰਜਾਬ ਦੇ ਵਿੱਚ। ਹੁਣ ਜਿਹੜਾ ਇਹ ਚੱਲਦਾ ਹੀ ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਉਹਦੇ 'ਚ ਠੀਕ ਆ ਉਹ ਆਪਦੇ ਘਰ ਵੀ ਭਰ ਗਏ, ਪਰ ਅਫਸਰਾਂ ਨੇ ਵੀ ਭਰੇ ਨੇ, ਤੇ ਹੁਣ ਉਹ ਅਫਸਰ ਇਸ ਕਰਕੇ ਕਾਰਵਾਈ ਤੋਂ ਵੀ ਹਿਚਕਦੇ ਨੇ ਜੀ। ਗੱਲ ਸਾਹਿਬ ਅੱਛਾ, ਕੇਜਰੀਵਾਲ ਨੂੰ ਹੀ ਕਰਕੇ ਗਏ ਕੁਛ ਗੱਲਬਾਤ CM ਦੀ, ਭਗਵੰਤ ਮਾਨ ਹਲੇ ਵੀ ਉਦਾਸ ਹੈ ਗਿੱਲ ਸਾਹਿਬ, ਅਜੇ ਵੀ ਉੱਠਦਾ ਬੁੱਲ ਨਹੀਂ ਡਿੱਗਿਆ ਭਗਵੰਤ ਮਾਨ, ਅਜੇ ਵੀ ਉਦਾਸ ਹੈ, ਅਜੇ ਵੀ ਉਹੀ ਗੱਲਾਂ ਤੇ ਉਹੀ ਬਾਤਾਂ। ਬਸ ਇੰਨਾ ਕੁ ਜ਼ਰੂਰ ਹੈਗਾ ਕਿ ਕੇਜਰੀਵਾਲ ਸਾਹਿਬ ਪਹਿਲਾਂ ਜਲੰਧਰ ਆਏ, ਜਲੰਧਰ 'ਚ ਗੇੜਾ ਦਿੱਤਾ, ਤਿਰੰਗਾ ਯਾਤਰਾ ਕੱਢੀ, ਔਰ ਉਸ ਤੋਂ ਬਾਅਦ ਉਹਨਾਂ ਨੇ ਲੰਬੀ ਹਲਕੇ ਦੇ ਵਿੱਚ ਅੱਜ ਖੁੱਡੀਆਂ ਪਿੰਡ ਦੇ ਵਿੱਚ ਜਿਹੜਾ ਬਾਦਲਾਂ ਦਾ ਗੜ੍ਹ ਹੈਗਾ ਲੰਬੀ ਹਲਕਾ, ਉਸ ਹਲਕੇ ਦੇ ਗੁੱਡੀਆਂ ਪਿੰਡ ਦੇ ਵਿੱਚ ਰੈਲੀ ਕੀਤੀ, ਰੈਲੀ ਨੂੰ ਸੰਬੋਧਨ ਕੀਤਾ। ਸੰਬੋਧਨ ਕਰਦਿਆਂ ਉਹਨਾਂ ਨੇ ਅਕਾਲੀ ਦਲ ਔਰ ਕਾਂਗਰਸ ਪਾਰਟੀ ਦੋਨਾਂ ਨੂੰ ਸਿਆਸੀ ਰਗੜੇ ਨੇ ਜਿਹੜੇ ਉਹ ਲਾਏ ਨੇ, ਉਹਨਾਂ ਨੇ ਬਾਦਲਾਂ ਦੇ ਉੱਤੇ ਵੀ ਨਿਸ਼ਾਨੇ ਲਾਏ ਔਰ ਕਾਂਗਰਸ ਦੇ ਉੱਤੇ ਵੀ ਨਿਸ਼ਾਨੇ ਲਾਏ, ਔਰ ਵਾਅਦੇ ਕੀਤੇ। ਵਾਅਦੇ ਆਪਾਂ ਨੂੰ ਪਤਾ ਹੀ ਹੈਗਾ ਕਿ ਚੋਣ ਵਾਅਦੇ ਹਰ ਰਾਜਨੀਤਿਕ ਪਾਰਟੀ ਹੈ ਜਿਹੜੀ ਉਹ ਕਰਦੀ ਹੈ, ਉਸੇ ਤਰ੍ਹਾਂ ਦੇ ਵਾਅਦੇ ਨੇ ਜਿਹੜੇ ਉਹ ਅਰਵਿੰਦ ਕੇਜਰੀਵਾਲ ਜਿਹੜੇ ਉਹ ਕਰ ਰਹੇ ਨੇ। ਪਰ ਐਤਕੀ ਉਹਨਾਂ ਦਾ ਗਿੱਲ ਸਾਹਿਬ ਥੋੜਾ ਜਿਹਾ ਫਰਕ ਲੱਗਦਾ। ਪਿਛਲੀ ਵਾਰ ਉਹਨਾਂ ਦੀ ਮੁੱਖ ਟੇਕ ਆ ਜਿਹੜੀ ਉਹ ਗਰਮ ਖਿਆਲੀ ਸਿੱਖ ਭਾਈਚਾਰੇ ਦੇ ਉੱਤੇ ਰੱਖ ਰਹੇ ਸੀ, ਐਤਕੀ ਜਿਸ ਤਰ੍ਹਾਂ ਦੀਆਂ ਤਿਰੰਗਾ ਯਾਤਰਾਵਾਂ ਜਿਸ ਤਰੀਕੇ ਦੇ ਦੁਆਬੇ 'ਚ ਗੇੜੇ ਕੱਢੇ ਜਾ ਰਹੇ ਨੇ, ਉਹਦੇ 'ਚੋਂ ਲੱਗਦਾ ਗਾ ਕਿ ਉਹਨਾਂ ਦੀ ਮੁੱਖ ਟੇਕ ਆ ਜਿਹੜੀ ਉਹ ਹਿੰਦੂ ਵੋਟ ਦੇ ਉੱਤੇ ਨਜ਼ਰ ਆ ਰਹੀ ਆ। ਤਾਂ ਇਹ ਥੋੜਾ ਜਿਹਾ ਮਤਲਬ ਉਹਨਾਂ ਦਾ ਟਰਨਿੰਗ ਪੁਆਇੰਟ ਆ ਜਿਹੜਾ ਉਹ ਨਜ਼ਰ ਜ਼ਰੂਰ ਆ ਰਿਹਾ। ਪਰ ਉਹ ਐਲਾਨ ਇਹ ਕਰ ਹੀ ਚੁੱਕੇ ਨੇ ਕਿ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਉਹ ਸਿੱਖ ਭਾਈਚਾਰੇ ਦੇ ਵਿੱਚੋਂ ਹੋਊਗਾ, ਔਰ ਭਗਵੰਤ ਮਾਨ ਨੂੰ ਕੋਲੇ ਬਹਾ ਕੇ ਜਦੋਂ ਕਹਿੰਦੇ ਨੇ ਨਾ ਵੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਉਹ ਬਹੁਤ ਵਧੀਆ ਹੋਊਗਾ, ਉਹ ਬਹੁਤ ਇਮਾਨਦਾਰ ਹੋਊਗਾ, ਔਰ ਉਹਦੇ ਤੇ ਤੁਸੀਂ ਸਾਰੇ ਮਾਣ ਕਰੋਗੇ, ਤਾਂ ਉਦੋਂ ਭਗਵੰਤ ਮਾਨ ਦੇਖਣ ਵਾਲਾ ਹੁੰਦਾ ਜੀ। ਉਹ ਵੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਭਗਵੰਤ ਮਾਨ ਮਨ ਸੋਚਦਾ ਉਹ ਮੇਰੇ 'ਚ ਹੈਗੀਆਂ ਹੀ ਨੇ, ਤਾਂ ਫਿਰ ਇਹ ਹੋਰ ਮੈਥੋਂ ਬਿਨਾਂ ਕਿਹਨੂੰ ਲਿਆਉਣਾ ਚਾਹੁੰਦੇ ਨੇ। ਸੋ ਇਸ ਕਰਕੇ ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਅਜੇ ਤੱਕ ਅਰਵਿੰਦ ਕੇਜਰੀਵਾਲ ਲੁਕੋ ਕੇ ਰੱਖਦੇ ਨੇ। ਸੋ ਹਜੇ ਦੇਖਦੇ ਹਾਂ ਜੀ, ਉਹ ਵੀ ਬੜਾ ਮਤਲਬ ਜਿਵੇਂ ਮਾਰਕੀਟਿੰਗ ਵਾਲੇ ਕਰਦੇ ਹੁੰਦੇ ਨੇ ਵੀ 100 ਰੁਪਏ ਦੀ ਚੀਜ਼ ਆ ਜਿਹੜੀ 99.9 ਕਹਿ ਕੇ ਇਹ ਮਾਰਕੀਟਿੰਗ ਦੇ ਅਸੂਲ ਨੇ, ਤਾਂ ਉਹ ਵੀ ਕਹਿੰਦੇ ਵੀ ਮੈਂ ਮਤਲਬ ਉਦੋਂ ਅਨਾਊਂਸ ਕਰੂੰਗਾ ਜਦੋਂ ਇਲੈਕਸ਼ਨ ਬਿਲਕੁਲ ਜਿਹੜੀ ਆ ਉਹ ਤਿਆਰੀ ਦੇ ਵਿੱਚ ਹੋਊਗੀ, ਔਰ ਉਹ ਭਖਾਉਣੀ ਚਾਹੁੰਦੇ ਨੇ ਇਲੈਕਸ਼ਨ ਜੀ। ਅੱਛਾ, ਜਿਹੜਾ ਕਾਸ਼ੀ ਵਿਸ਼ਵਨਾਥ ਧਾਮ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਕੀਤਾ ਹੈ, ਉਹਦੇ ਬਾਰੇ SGPC ਨੇ ਕੀ ਕਿਹਾ ਜੀ?
जी जी गिल साहब, देखो वो जिहड़ा उद्घाटन भी किया नरेंद्र मोदी होरां ने, काफी उहदे पैसा भी लग्या, काफी उथों घरां नूं भी जिहड़ा होर पासे बसाउणा पिया गल जाके, तां उस संबंधी एक उत्तर प्रदेश की सरकार दे वल्लों किताबचा जारी किया गया गा। उस किताबचे का श्रोमणी गुरद्वारा प्रबंधक कमेटी ने विरोध किया और कहा कि इहनूं रोकिया जाए, क्योंकि जिहड़ा श्री काशी विश्वनाथ धाम का उन्होंने एक गौरवशाली इतिहास लिखा गा, उस इतिहास के गल साहब जिहड़ा सिख धर्म के बारे ने वह कुछ गल्लां ने जिहड़ियां वह इदां दियां लिखियां गईयां ने जिहड़ियां हकीकत दे विच नहीं है, बल्कि तोड़ मरोड़ के जिहड़ियां वह पेश कीतियां गईयां ने। और उत्तर प्रदेश की बीजेपी सरकार का जिहड़ा सूचना ते जन संपर्क विभाग आ, उहदे वल्लों प्रसाद दे वजों श्री काशी विश्वनाथ धाम का गौरवशाली इतिहास नाम का एक किताबचा रिलीज करके वंडिया गया गा। और इहदे च सिख धर्म का काशी दे नाल संबंध दसते हुए इतिहास नूं तोड़ मरोड़ के पेश किया गया। और इहदे च गिल साहब दस्सिया गया गा, उहदे च लिखिया इन्होंने कि श्री गुरु गोबिंद सिंह जी वल्लों जिन्हां पंज प्यारियां द्वारा खालसा पंथ की साजना की गई सी, उन्हां पंज प्यारियां नूं पहला काशी भेजा गया सी तां जो सनातन धर्म के पूर्ण तत् ज्ञान प्राप्त करते हुए उसकी राखी लई तत्पर हो सकन। और गिल साहब इस किताबचे दे विच इह वी लिखिया गया गा कि सिख धर्म की स्थापना जिहड़ी ਉਹ ਮੁਗਲਾਂ ਤੋਂ ਸਨਾਤਨ ਧਰਮ ਦੀ ਰੱਖਿਆ ਵਾਸਤੇ ਹੋਈ ਸੀ। ਇਹ ਦੋਵੇਂ ਜਿਹੜੇ ਬਿਆਨ ਨੇ, ਜਿਹੜੇ ਦੋਵੇਂ ਗੱਲਾਂ ਲਿਖੀਆਂ ਹੋਈਆਂ, ਇਹ ਤੱਥ ਤਾਂ ਹੈ ਨਹੀਂ ਹੁਣ। ਔਰ ਭਰਮ ਪਜਾਊ ਮਨਸ਼ਾ ਦੇ ਸਿੱਖੀ ਦੇ ਮਿਸ਼ਨ ਬਾਰੇ ਜਿਹੜਾ ਉਹ ਇਹ ਚੀਜ਼ਾਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਪੇਸ਼ ਕੀਤੀਆਂ ਨੇ। ਔਰ ਅਸਲ 'ਚ ਖਾਲਸਾ ਪੰਥ ਦੀ ਸਾਜਨਾ ਜਿਹੜੀ ਕੀਤੀ, ਆਪਾਂ ਨੂੰ ਤਾਂ ਪਤਾ ਹੈ ਕਿ ਉਹ ਜਬਰ ਜ਼ੁਲਮ, ਅਨਿਆਂ ਵਿਰੁੱਧ ਔਰ ਧਾਰਮਿਕ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੇ ਲਈ ਰਾਖੀ ਦੇ ਲਈ ਹੋਈ ਸੀਗੀ। सिख धर्म की साजना सनातन धर्म को बचाने खातर थोड़ी ना हुई थी, सिख धर्म की साजना तो जिहड़ी है वह मनुखता बचाने खातर हुई थी, जबर जुलम के खिलाफ लड़न के लिए कौम की सिरजना जिहड़ी वह खालसा पंथ के वजों कीती सी, और इन्होंने इस तरीके दे नाल पेश किया। इस तों इलावा पौंटा साहब विखे जब पंडित रघुनाथ ने शूदर श्रेणी के नाल संबंधित कुछ विद्यार्थियों देव भाषा संस्कृत पढ़ाने तों इनकार कर दिता, तो गुरु गोबिंद सिंह जी वालों वक् वक् जातां नाल संबंधित ते पंज सिंघ संस्कृत भाषा सीखने के उद्देश नाल काशी भेजे गए थे, ना कि सनातन धर्म की सिखलाई दवाउण के मकसद के नाल भेजे गए थे। तो इहदे च काफी कुछ अजिहा गल साहब जिहड़ा भरम पाउंदा है। जी धन्नवाद जी, ते कल सवेरे फिर गलबात होएगी। 7:20 ते शुभ शाम। शुक्रिया गिल साहब, तुहाडा ते सारे स्रोतियां दा बहुत बहुत धन्नवाद जी। सर परमिंदर सिंह थिंद थिंक इंश्योरेंस तो हुण गलबात करनगे, ते नवा की चल रहा इंडस्ट्री च इस दे बारे। धन्नवाद जी, स्वागत, सत श्री अकाल। सत श्री अकाल गिल साहब, तुहानूं ते सारे सुणन वालों मेरे वल्लों प्यार भरी सतिकार भरी सत श्री अकाल जी। सुपर वीजे दी इंश्योरेंस दे कुछ रूल बदले आ जी? हाँ जी, सुपर वीजा की आप जो गल करते हैं, सुपर वीजा जिन्ना महंगा होंदा सीगा जी, अपने पेरेंट्स या ग्रैंड पेरेंट्स नूं बुलाउण वास्ते, पहली गल तो आपां नूं लख डालर की रिक्वायरमेंट हैगी जी, मैनूं मोह लैना पैंदा सीगा जी, फिर उस तों बाद सारे पैसे इकट्ठे भरने पैंदे सीगे, कई बार वीजे का बिल चंगा मोटा आ जाता है जी, एज ते डिपेंड करदा जी। हुण उह चीज़ां जी सौखियां हो गईयां, हुण तां इक पहली गल तां है हुण किश्तां च हो जांदा जी, किश्तां च भी दो किश्तां इक वारी देणियां ने, ਉਦੋਂ ਬਾਅਦ ਜਦ ਹੋਣਗੇ ਫਿਰ ਉਦੋਂ ਬਾਅਦ ਕਿਸ਼ਤਾਂ ਸ਼ੁਰੂ ਹੋਣਗੀਆਂ। ਐਗਜ਼ਾਮਪਲ ਜੇ ਹੁਣ ਆਪਾਂ ਦਸੰਬਰ 'ਚ ਆਪਾਂ ਫਾਈਲ ਲਾ ਤੀ, ਆਉਣਾ ਉਹਨਾਂ ਨੇ ਮਾਰਚ 'ਚ ਅਪ੍ਰੈਲ 'ਚ ਆ, ਅਤੇ ਹੁਣ ਕਿਸੇ ਦੀ ਏਜ 50 ਸਾਲ ਹੈਗੀ, ਉਹਨਾਂ ਨੇ ਬੁਲਾਉਣਾ ਕਿਸੇ ਨੂੰ ਪੇਰੈਂਟਸ ਨੂੰ ਦੋਵਾਂ ਨੂੰ, ਅਤੇ $92 ਮਹੀਨੇ ਦੀ ਕਿਸ਼ਤ ਬਣਦੀ ਹੈ, $234 ਦੇ ਕੇ ਉਹਨਾਂ ਨੇ ਇੱਥੇ ਆ ਜਾਣਾ ਜੀ, ਫਿਰ ਉਦੋਂ ਬਾਅਦ ਜਦ ਆਉਣਗੇ ਉਦੋਂ ਕਿਸ਼ਤ $92 ਮਹੀਨੇ ਦੀ ਸ਼ੁਰੂ ਹੋਊਗੀ। ਪਰ ਇਹ ਵੀ ਇੱਕ ਤਾਂ ਬਹੁਤ ਸੌਖਾ ਹੋ ਗਿਆ ਜੀ, ਸਸਤਾ ਹੋ ਗਿਆ ਵੀ ਇੱਕੋਦਮ, ਇਹ ਨਹੀਂ ਵੀ ਇਕੱਠੇ ਬਿੱਲ ਦੇਣਾ, ਅਤੇ ਕਿਸ਼ਤਾਂ ਜਿੰਨਾ ਚਿਰ ਰਹਿੰਦੇ ਨੇ ਉਦੋਂ ਬਾਅਦ ਉੱਠ ਕੇ ਵਾਪਸ, ਅਤੇ ਉਹੀ ਆਪਣੇ ਪੈਸੇ ਵਰਕੇ ਕਾਟ ਲੱਗਣੀ ਬੰਦ ਹੋ ਜਾਣੀ ਹੈ, ਇੱਕ ਇਹ ਸੌਖਾ ਹੋ ਗਿਆ। ਨਾਲ ਦੀ ਨਾਲ ਹੈ ਵੀ ਜਿੱਦਾਂ ਜਿੱਦਾਂ ਚੇਂਜਿਸ ਆਉਂਦੀਆਂ ਰਹਿੰਦੀਆਂ ਨੇ, ਕਿਉਂਕਿ ਪਹਿਲਾਂ ਬਹੁਤ ਆਉਂਦਾ ਸੀ ਵੀ ਇੱਕ ਵਾਰੀ ਕਲੇਮ ਹੋ ਗਿਆ, ਬਾਅਦ 'ਚ ਬਹੁਤ ਕੰਪਨੀਆਂ ਹਾਲੇ ਵੀ ਇੱਦਾਂ ਹੀ ਨੇ ਵੀ ਹਮੇਸ਼ਾ ਇਹੀ ਰਿਕਮੈਂਡ ਕਰਦੇ ਆ, ਜਦੋਂ ਕਲੇਮ ਹੋਏ ਵੀ ਉਦੋਂ ਬਾਅਦ ਜਿਹੜਾ ਫੋਲੋ ਅਪ ਹੈ ਬਹੁਤ ਘੱਟ ਕੰਪਨੀਆਂ ਪੇ ਕਰਦੀਆਂ ਨੇ ਜਾਂ ਕੈਪ ਲਾ ਲੈਂਦੀਆਂ ਨੇ। ਇਸੇ ਕਰਕੇ ਆਪਾਂ ਕਹਿੰਦੇ ਵੀ ਜਾਂ ਇੱਦਾਂ ਦੀ ਕੰਪਨੀ ਹੋਵੇ, ਅਨਲਿਮਿਟਿਡ ਵਿਜ਼ਿਟ ਹੋਵੇ। ਕਈ ਵਾਰੀ ਹੁਣ ਜੇ ਬਿਮਾਰ ਠਮਾਰ ਹੋ ਗਏ, ਡਾਕਟਰ 'ਤੇ ਜਿੰਨੀ ਵਾਰੀ ਮਰਜ਼ੀ ਜਾਣਾ, ਉਹ ਸੇਮ ਇਸ਼ੂ ਵਾਸਤੇ ਹੁਣ ਆਪਣੇ ਕੋਲ ਇੱਦਾਂ ਦੀਆਂ ਆਪਸ਼ਨਸ ਹੈਗੀਆਂ ਨੇ, ਉਹ ਲੋੜ ਨਹੀਂ ਵੀ ਜਿੰਨੀ ਕਵਰੇਜ ਆ ਉਹ ਕਵਰ ਫੁੱਲ ਕਵਰੇਜ ਦੀ ਹੋਊਗੀ।
ਇਸ ਕਰਕੇ ਸਿਹਤ ਦੇ ਹਿਸਾਬ ਨਾਲ ਕਵਰੇਜ ਲਓ, ਨਾ ਕਿ ਇਹ ਨਾ ਹੋਵੇ ਆਪਾਂ ਪੈਸੇ ਬਚਾਈਏ ਇੱਧਰ, ਹੁਣ ਤਾਂ ਕਿਸ਼ਤਾਂ ਵਾਲਾ ਬਚਾਉਣ ਵਾਲਾ ਕੰਮ ਹੀ ਰਹਿ ਗਿਆ, ਸਸਤਾ ਨਾਲੇ ਵਧੀਆ ਹੈ ਸੁਪਰ ਵੀਜ਼ਾ ਵਾਸਤੇ, ਇਹ ਆਪਣੇ ਕੋਲ ਥਿੰਕ ਇੰਸ਼ੋਰੈਂਸ ਦੇ ਆਪਸ਼ਨ ਅਵੇਲੇਬਲ ਹੈ ਜੀ। ਅੱਛਾ, ਨਾਲ ਜਿਹੜੀ ਟਰਮ ਇੰਸ਼ੋਰੈਂਸ ਆ, ਟਰਮ ਇੰਸ਼ੋਰੈਂਸ ਦੇ ਵਿੱਚ ਸਪੈਸ਼ਲ ਕੀ ਚੱਲ ਰਿਹਾ, ਅਤੇ ਨਾਲ ਇੱਕ ਜਿਹੜੀ ਡਿਸੇਬਿਲਟੀ ਦੀ ਇੰਸ਼ੋਰੈਂਸ ਦੀ ਤੁਸੀਂ ਗੱਲ ਕਰਦੇ ਹੋ, ਪ੍ਰੋਫੈਸ਼ਨਲਸ ਦੇ ਲਈ ਇੰਜੀਨੀਅਰਸ ਨੇ, ਮਸਾਜ ਥਰੈਪਿਸਟ ਨੇ ਅਤੇ ਆਪਟੋਮੈਟ੍ਰਿਸਟ ਨੇ, ਇਹਨਾਂ ਦੇ ਲਈ ਖਾਸ ਚੱਲ ਰਹੀ ਹੈ ਇੱਕ ਤੁਹਾਡੀ ਡੀਲ, ਇਹਦੇ ਬਾਰੇ ਵੀ ਦੱਸਿਓ। ਹਾਂਜੀ, ਪਹਿਲੀ ਗੱਲ ਤਾਂ ਜੇ ਆਪਾਂ ਟਰਮ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਹਮੇਸ਼ਾ ਹੀ ਕਹਿਣਾ ਵੀ ਇੰਸ਼ੋਰੈਂਸ ਲਈਦੀ ਹੈ ਸਾਰੀ ਰਿਸਕ ਕਵਰ ਕਰਨ ਵਾਸਤੇ, ਨਾ ਕਿ ਸਾਡੇ ਹੋਵੇ ਵੀ $1,000,000 ਹੋਜੂ, $5,00,000 ਹੋਜੂਗਾ, ਸਾਡਾ ਫੋਕਸ ਨਾ ਚੇਂਜ ਹੋਵੇ। ਪਹਿਲੀ ਗੱਲ ਤਾਂ ਜਿਸ ਕਾਰਨ ਦੀ ਚੀਜ਼ ਲੈ ਰਿਹਾ ਸਾਡਾ ਕੰਮ ਉਹ ਹੋਵੇ। ਟਰਮ ਇੱਕ ਇੱਦਾਂ ਦੀ ਚੀਜ਼ ਹੈ ਜੀ, ਤੁਸੀਂ ਕਦੀ ਇਸ 'ਚ ਗਲਤ ਨਹੀਂ ਹੋ, ਜਿੱਦਣ ਚੀਜ਼ ਲੈ ਲਈ ਉੱਦਣ ਹੀ ਸਸਤੀ, ਕਿਉਂਕਿ ਏਜ ਦੇ ਹਿਸਾਬ ਨਾਲ ਹੈ। ਹੁਣ ਸਪੈਸ਼ਲੀ ਜਦੋਂ ਸਪੈਸ਼ਲ ਲੱਗਿਆ ਹੋਇਆ, ਕਿਉਂਕਿ 10% ਤੁਸੀਂ ਲੈ ਸਕਦੇ ਹੋ ਆਫ, ਜੇ ਤੁਹਾਡੇ 20 ਸਾਲਾਂ ਵਾਲੇ 30 ਸਾਲਾਂ ਦੇ ਟਰਮ, ਜਿੱਦਾਂ ਦੀ ਵੀ ਟਰਮ ਲੈਣੀ ਹੈ, ਜੇ 10 ਸਾਲ ਦੀ ਲੈਣੀ ਤਾਂ 15% ਤੱਕ ਆਫ ਲੈ ਸਕਦੇ ਹੋ। ਪਰ ਇਹ ਜਿਹੜਾ ਆਫ ਆ, ਇਹ ਨਹੀਂ ਹੈਗਾ ਵੀ 1 ਸਾਲ ਵਾਸਤੇ ਹੈ, ਵੀ ਗੋਲੀ ਪਾਉਣ ਵਾਸਤੇ ਹੈ, ਵੀ ਇਹ ਹੈਗਾ ਵੀ ਉਨਾ ਚਿਰ ਪੱਕਾ ਚੱਲੀ ਜਾਊਗਾ ਜਿੰਨਾ ਚਿਰ ਤੁਸੀਂ ਪੋਲਿਸੀ ਰੱਖਣੀ ਹੈ। ਤੁਸੀਂ $1,000 ਸੇਵ ਕਰ ਸਕਦੇ ਹੋ, ਜੇ ਕਿਸੇ ਨੇ $20 ਵੀ ਇੱਕ ਪਰਿਵਾਰ ਦੇ ਮੈਂਬਰ ਨੇ ਸੇਵ ਕਰ ਲਿਆ, ਦੋਵਾਂ ਦੇ $40 ਹੋ ਗਏ, 20 ਜਾਂ 30 ਸਾਲ ਦੀ ਟਰਮ ਹੈਗੀ ਆ, ਇਹ ਉਨਾ ਚਿਰ ਉਸ 'ਤੇ ਤੁਸੀਂ ਟਰਮ 'ਤੇ ਸੇਵ ਕਰੀ ਜਾਓਗੇ। ਜੇ ਸਿਹਤ ਵਧੀਆ ਤਾਂ ਹੋਰ ਰੇਟ ਵਧੀਆ ਹੋ ਜਾਊਗਾ ਜੀ, ਉਸ 'ਤੇ 10% ਆਫ ਮਿਲ ਜੂਗਾ। ਟਰਮ ਹੈ, ਮੋਰਗੇਜ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਬੈਂਕਾਂ ਤੋਂ, ਬਰਡੇਦਾਰਿਆਂ ਤੋਂ, ਇਹ ਵੀ ਸਾਨੂੰ ਪਤਾ ਵੀ ਚੀਜ਼ ਸਾਡੇ ਕੋਲ ਹੈਗੀ ਹੈ ਉਨੇ ਚਿਰ ਵਾਸਤੇ ਸਾਡੇ ਕੋਲ, ਅਤੇ ਅਸੀਂ ਉਹਨੂੰ ਉਨਾ ਚਿਰ ਯੂਜ਼ ਕਰਨਾ ਹੈ। ਉਦੋਂ ਬਾਅਦ ਟਰਮ ਹੈਗੀ, ਉਹਨੂੰ ਵਧਾਓ, ਘਟਾ ਲਓ, ਪਰਮਾਨੈਂਟ ਚੇਂਜ ਕਰ ਲਓ, ਜਿੱਦਾਂ ਸਾਡੀਆਂ ਸਿਚੁਏਸ਼ਨ ਚੇਂਜ ਹੁੰਦੀਆਂ ਨੇ। ਇਸੇ ਕਰਕੇ ਟਰਮ ਹੈ ਇਜ਼ ਵੇ ਟੂ ਗੋ, ਨੰਬਰ 1। ਉਦੋਂ ਬਾਅਦ ਹਰੇਕ ਦੀਆਂ ਜ਼ਰੂਰਤਾਂ ਡਿਫਰੈਂਟ ਡਿਫਰੈਂਟ ਨੇ, ਨੰਬਰਾਂ ਦੇਖ ਕੇ ਇਹਨਾਂ ਦੀ ਚੀਜ਼ ਫਤੀ ਹੈ ਵੀ ਇੰਨੇ ਮਿਲੀਅਨ ਹੋ ਜੂ, ਇੰਨਾ $5,00,000 ਹੋ ਜੂ, ਪਰ ਉਹਦੇ ਵਿੱਚ ਜਿਹੜਾ ਦੇਣਾ ਪੈਣਾ ਕਮਿਟਮੈਂਟ ਜਿਹੜੀ ਬਹੁਤ ਲੰਮੀ ਹੋ ਜਾਂਦੀ। ਕਈ ਵਾਰੀ ਇਹ ਜ਼ਰੂਰ ਹੋਇਆ, ਬਹੁਤ ਸਾਡੇ ਕੋਲ ਕਲਾਇੰਟ ਆਉਂਦੇ, ਉਦੋਂ ਬਾਅਦ ਵੀ 6 ਮਹੀਨੇ ਪੈਸੇ ਦੇ ਕੇ ਅੱਕ ਜਾਂਦੇ, ਕਹਿੰਦੇ ਵੀ ਹੁਣ ਪੈਸੇ ਕੁਛ ਹੈਗੇ ਨਹੀਂ। ਕਈਆਂ ਪੋਲਸੀਆਂ ਜਿਹੜੀਆਂ ਨੇ ਉਹਨਾਂ ਵਿੱਚ ਪੈਸੇ ਕੁਛ ਨਹੀਂ ਹੁੰਦਾ, 6-6, 7-7, ਜੇ ਮਹਿੰਗੇ ਪੈਸੇ ਤੁਸੀਂ ਪਰਮਾਨੈਂਟ ਲੈਂਦੇ ਹੋ, ਤਾਂ ਜ਼ਰੂਰ ਦੇਖ ਕੇ ਟਰਮ ਇਜ਼ ਨੰਬਰ 1 ਆਪਸ਼ਨ, ਉਦੋਂ ਬਾਅਦ ਜ਼ਰੂਰਤਾਂ ਦੇ ਹਿਸਾਬ ਨਾਲ ਚੀਜ਼ ਲਓ ਜੀ। ਜੇ ਡਿਸੇਬਿਲਿਟੀ ਦੀ ਗੱਲ ਕਰਦੇ ਹਾਂ ਆਪਾਂ, ਸਪੈਸ਼ਲੀ ਜਿੰਨੇ ਵੀ ਹੁਣ ਪ੍ਰੋਫੈਸ਼ਨਲ ਨੇ, ਡਿਸੇਬਿਲਿਟੀ ਤਾਂ ਨੰਬਰ 1 ਹਰੇਕ ਨੂੰ ਚਾਹੀਦੀ ਚਾਹੀਦੀ ਹੈ, ਕਿਉਂਕਿ ਅਸੀਂ ਡਿਸੇਬਲ ਹਾਂ ਤਾਂ ਸਾਡੇ ਖਰਚੇ ਕੌਣ ਕਰੂਗਾ? ਭਾਵੇਂ ਅਸੀਂ ਪ੍ਰੋਫੈਸ਼ਨਲ ਹਾਂ, ਡਾਕਟਰ ਹਾਂ, ਲਾਇਰ ਹਾਂ, ਅਕਾਊਂਟੈਂਟ ਹਾਂ, ਜੇ ਹੁਣ ਆਪਾਂ ਸਪੈਸ਼ਲੀ ਹੁਣ ਜੇ ਜਿੰਨੇ ਵੀ ਨਰਸਿਸ ਨੇ ਉਹਨਾਂ ਵਾਸਤੇ ਵੀ ਸਪੈਸ਼ਲ ਹੈਗਾ, ਕੋਈ ਵੀ ਵੈਟ ਨੇ ਜਿਹੜੇ ਉਹਨਾਂ ਵਾਸਤੇ ਸਪੈਸ਼ਲ ਹੈ ਹੁਣ, ਕਿਉਂਕਿ ਡਿਸੇਬਿਲਿਟੀ ਹੈ ਤੁਹਾਡਾ ਪੇਚੈੱਕ ਪਲੱਸ ਤੁਹਾਡੇ ਬਿਜ਼ਨਸ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਹੈ। ਹੁਣ ਬਿਜ਼ਨਸ ਦੀ ਪ੍ਰੋਟੈਕਸ਼ਨ ਦੇਖਦੇ ਹਾਂ, ਲੀਜ਼ ਦੀਆਂ ਪੇਮੈਂਟ ਨੇ, ਗੱਡੀਆਂ ਦੀਆਂ ਪੇਮੈਂਟ ਨੇ, ਕਿੰਨੇ ਦੇਣੀਆਂ ਨੇ, ਜਸਟ ਇਨ ਕੇਸ ਕੋਈ ਪ੍ਰੋਫੈਸ਼ਨਲ ਸਿੱਕ ਹੋ ਜਾਂਦਾ, ਭਾਵੇਂ ਇੰਜਰੀ ਹੋਵੇ, ਤੁਸੀਂ ਇੰਜਰੀ ਨਾ ਸਿੱਕਨੈਸ ਵੀ, ਸਿੱਕਨੈਸ ਇਹਦੇ 'ਚ ਕੇਅਰ ਸਾਹਿਬ ਚੀਜ਼ ਮੈਂ ਜ਼ਰੂਰ ਐਡ ਕਰਨਾ ਚਾਹੁੰਦੇ, ਜੇ ਮੈਂਟਲ ਦੀ ਕੋਈ ਹੈਲਥ ਇਸ਼ੂਜ਼ ਨੇ ਉਹ ਵੀ ਡਿਸੇਬਿਲਿਟੀ 'ਚ ਕਵਰ ਹੋ ਜਾਂਦੇ ਨੇ, ਦੈਟਸ ਨੰਬਰ 1 ਕੋਜ਼। ਇਸੇ ਕਰਕੇ ਪ੍ਰੋਫੈਸ਼ਨਲ ਜਿੰਨੇ ਵੀ ਨੇ ਤੇ ਆਪਦੇ ਉਸੇ ਹਿਸਾਬ ਨਾਲ ਡਿਸੇਬਿਲਿਟੀ, ਕਿਉਂਕਿ ਹਰੇਕ ਚੀਜ਼ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਕੰਮ ਦਾ ਪ੍ਰੈਸ਼ਰ, ਬਿਜ਼ਨਸ ਦਾ ਪ੍ਰੈਸ਼ਰ, ਅਤੇ ਆਪਦੀ ਤੁਸੀਂ ਪ੍ਰੋਟੈਕਸ਼ਨ ਕਰ ਰਹੇ, ਸਪੈਸ਼ਲੀ ਜਿਹੜੇ ਹੁਣ ਬਲੂ ਕਾਲਰ ਨੇ, ਹੁਣ ਅਲਬਰਟਾ, BC ਕਿਤੇ ਵੀ ਤੁਸੀਂ ਸੁਣ ਰਹੇ ਹੋ ਕਿ ਜਿਹੜਾ ਹੁਣ ਸਨੋਅ ਪਈ ਹੋਈ ਹੈ, ਸਲਿਪ ਫਾਲ ਜਿਹੜਾ ਸਭ ਨਾਲ ਵੱਡਾ ਕਾਰਨ ਹੁੰਦਾ ਜੀ, ਉਹ ਹੈ ਵੀ ਡਿਸੇਬਿਲਿਟੀ। ਹੁਣ ਤੁਸੀਂ ਇਹ ਨਾ ਹੋਵੇ ਔਖੇ ਹੋ ਕੇ ਜੀ ਕੰਮ 'ਤੇ ਜਾਈਏ, ਜੇ ਤੁਸੀਂ ਹੁਣ 0 ਦੇਣ ਤੋਂ ਸ਼ੁਰੂ ਹੋ ਜਾਂਦੀ ਹੈ, ਵੀ ਜਿੰਨਾ ਚਿਰ ਅਸੀਂ ਕੰਮ 'ਤੇ ਨਹੀਂ ਜਾਂਦੇ ਸਾਡੇ ਪੈਸੇ, ਐਟਲੀਸਟ ਸਾਨੂੰ ਕੁਛ ਨਾ ਕੁਛ ਤਾਂ ਹੁੰਦਾ ਆ। ਤਾਂ ਡਿਸੇਬਿਲਿਟੀ ਇਜ਼ ਨੰਬਰ 1 ਚੀਜ਼ ਜਿਹੜੀ ਆਪਾਂ ਨੂੰ ਜ਼ਰੂਰ ਚਾਹੀਦੀ, ਕਿਉਂਕਿ ਇਹੀ ਮਸ਼ੀਨ ਜਿਹੜੀ ਆਪਾਂ ਭੱਜੇ ਫਿਰਦੇ ਹਾਂ ਸਾਰਾ ਦਿਨ ਪੈਸੇ ਕਮਾਉਂਦੇ ਹਾਂ, ਐਟਲੀਸਟ ਉਹਨੂੰ ਤਾਂ ਪ੍ਰੋਟੈਕਟ ਕਰੋ। ਜੇ ਡਿੱਗ ਪਏ ਤਾਂ ਕੀ ਹੋਊਗਾ? ਕੁਛ ਵੀ ਹੋ ਸਕਦਾ, ਕਿਉਂਕਿ ਸੁਪਰਮੈਨ ਤਾਂ ਆਪਾਂ ਹੈਗੇ ਨਹੀਂ। ਜਦੋਂ ਵੀ ਸਲਿਪ ਫਾਲ ਹੋ ਗਈ, ਐਟਲੀਸਟ ਡਿਸੇਬਿਲਿਟੀ ਦਾ ਸਾਨੂੰ ਪੀਸ ਆਫ ਪ੍ਰੋਟੈਕਸ਼ਨ ਹੈਗੀ ਹੈਗੀ ਆ। ਇਸੇ ਕਰਕੇ ਵੀ ਜੇ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਫਿਰ ਸਾਨੂੰ ਥਿੰਕ ਇੰਸ਼ੋਰ ਨੂੰ ਫੋਨ ਕਰ ਸਕਦੇ ਹੋ। ਕੋਈ ਵੀ ਇਹ ਆਪਾਂ ਜੇ ਪੋਲਸੀਆਂ ਦੀ ਗੱਲ ਕਰਦੇ ਹਾਂ, ਸੇਵਿੰਗ ਵਾਲੇ ਨੰਬਰ ਇੰਨੇ ਹੋ ਜਾਣਗੇ, ਇੰਨੇ ਹੋ ਜਾਣਗੇ, ਉਹਨਾਂ ਚੀਜ਼ਾਂ 'ਚ ਆਪਾਂ ਨਾ ਫਸੀਏ, ਪਰ ਆਪਣਾ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਲਈਏ ਜੀ। ਹੁਣ ਪਿਛਲੇ ਵੀਕ ਹੁਣ ਜੇ ਨਾਇਮੋ ਅਤੇ ਓਕਨਾ ਕਨ ਗੇੜਾ ਲਾਇਆ ਸੀਗਾ ਜੀ, ਹੁਣ ਆਉਣ ਵਾਲੇ ਵੀਕ ਦੇ ਵਿੱਚ ਅਸੀਂ, ਮੈਂ ਜਾਣਾ ਜੀ ਉੱਥੇ, ਹੁਣ ਅਲਬਰਟਾ ਦੇ ਵਿੱਚ ਕਿਤੇ ਵੀ ਸੁਣਨ ਵਾਲੇ ਹੈਗੇ ਜੀ, ਮੈਨੂੰ ਹੁਣ ਉੱਥੇ ਫੋਨ ਕਰ ਸਕਦੇ, ਅਲਬਰਟਾ ਦੇ ਵਿੱਚ, ਐਡਮੰਟਨ ਅਤੇ ਕੈਲਗਰੀ ਦੇ ਵਿੱਚ, ਜੇ ਕਿਸੇ ਨੇ ਮਿਲਣਾ ਉਹ ਵੀ ਜੀ, ਅਤੇ ਕੋਈ ਕੁਐਸਚਨ ਹੋਵੇ ਫੋਨ 'ਤੇ ਹਮੇਸ਼ਾ ਹਾਜ਼ਰ ਹਾਂ ਜੀ। ਪਹਿਲਾਂ ਆਪਾਂ ਮੋਢੀਆਂ ਜੀ ਔਨਲਾਈਨ ਸ਼ੁਰੂ ਕੀਤਾ, ਕਿਸੇ ਦਾ ਇੰਸ਼ੋਰੈਂਸ ਦਾ ਓਲਾ ਹੀ ਚੱਕਤਾ ਜੀ, ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਬਿਲਕੁਲ ਸੌਖੀ, ਆਪਦੀ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਲਓ। ਅਤੇ ਸਾਡੇ 4 ਆਫਿਸ ਨੇ ਜੀ, ਇੱਕ ਸਰੀ, ਐਬਰਟਸਫੋਰਡ, ਕੈਲਗਰੀ ਅਤੇ ਐਡਮੰਟਨ। ਅਤੇ ਕੋਈ ਵੀ ਕੁਐਸਚਨ ਹੈ ਥਿੰਕ ਇੰਸ਼ੋਰੈਂਸ ਦੀ ਫੋਨ ਕਰ ਸਕਦੇ ਜੀ, ਮੈਨੂੰ ਪਰਮਿੰਦਰ ਸਿੰਘ ਸਿੰਘ ਨੂੰ, 604-8072-13, ਤਾਂ ਜਾਂ ਸਾਡੇ ਖੁਸ਼ਦੀਪ ਸਿੰਘ ਸਰਾਂ ਹੈਗੇ ਨੇ ਐਬਰਟਸਫੋਰਡ, ਅਤੇ ਰਮਨਦੀਪ ਸਿੰਘ ਸੋਤਾ ਹੈਗੇ ਨੇ ਅਲਬਰਟਾ ਦੇ ਵਿੱਚ ਜੀ। ਅਤੇ ਹਾਂਜੀ,
ਧੰਨਵਾਦ ਜੀ, ਸ਼ੁਭ ਸ਼ਾਮਾਂ ਅਤੇ ਵੀਕਐਂਡ ਦਾ ਤੁਹਾਡਾ ਟ੍ਰਿਪ ਜਿਹੜਾ ਅਲਬਰਟਾ ਦਾ ਵਧੀਆ ਰਹੇ ਅਤੇ ਅਗਲੇ ਹਫ਼ਤੇ ਫਿਰ ਗੱਲਬਾਤ ਕਰਦੇ। ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ ਗਿਲ ਸਾਹਿਬ, ਸਾਰਿਆਂ ਨੂੰ ਇੱਕ ਵਾਰੀ ਫਿਰ ਮੈਂ ਛੁੱਟੀਆਂ ਦਾ ਦਿਨ ਹੈ ਜੀ, ਹੁਣ ਸਾਰਿਆਂ ਨੂੰ ਸੰਭਲ ਕੇ ਜਿਹੜੇ ਖਰਚੇ ਨੇ ਵੀ ਆਪਦੀ ਜੇਬ ਦੇ ਹਿਸਾਬ ਨਾਲ ਕਰਨ, ਕਿਉਂਕਿ ਇਹ ਵੀ ਸਰਵੇ ਆਇਆ ਜੀ ਜਿਹੜਾ ਹੁਣ ਆਪਾਂ ਕੈਰਿਡ ਵੇਅਰ ਹੋ ਜਾਈਏ, ਕਿਉਂਕਿ ਛੁੱਟੀਆਂ ਦਿਨ ਨੇ ਆਪਦੇ ਬਜਟ ਦੇ, ਇਹ ਨਹੀਂ ਗਿਫਟ ਆਪਾਂ ਮਹਿੰਗੇ ਲੈਣਾ, ਗਿਫਟ ਤੁਸੀਂ ਛੋਟਾ ਵੀ ਲੈ ਸਕਦੇ ਹੋ, ਪਰ ਜ਼ਰੂਰ ਫਾਈਨੈਂਸ਼ਲੀ ਆਪਣੇ ਖੇਤਰ ਇਹ ਨਾ ਕ੍ਰੈਡਿਟ ਕਾਰਡਾਂ ਦੇ ਆਪਾਂ ਪੈਸੇ ਛੁਡਾ ਕੇ ਬਾਅਦ 'ਚ ਦੇ ਦਾਂਗੇ, ਇਸ ਚੀਜ਼ ਜ਼ਰੂਰ ਖਿਆਲ ਕਰੋ। ਧੰਨਵਾਦ ਗਿਆ ਜੀ ਗਿਲ ਸਾਹਿਬ, ਥੈਂਕ ਯੂ ਸੋ ਮਚ, ਧੰਨਵਾਦ ਸਰ। ਪਰਮਿੰਦਰ ਸਿੰਘ ਥਿੰਦ 604-800-2813 ਥਿੰਕ ਇਨਸ਼ੋਰੈਂਸ ਡੋਟ ਸੀ ਏ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਦਸਤਾਰ ਅਤੇ ਦਮਾਲਾ ਮੁਕਾਬਲੇ ਜਿਹੜੇ ਨਿਸ਼ਾਨੇ ਸਿੱਖੀ 18 ਦਸੰਬਰ ਨੂੰ, ਪਰਸੋਂ ਨੂੰ, ਸੈਟਰਡੇ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਉਹ ਕਰਵਾਏ ਜਾ ਰਹੇ ਨੇ। ਦਮਾਲਾ ਮੁਕਾਬਲੇ ਬੀਬੀਆਂ ਦੇ, ਦਮਾਲਾ ਦਸਤਾਰ ਮੁਕਾਬਲੇ ਸਿੰਘਾਂ ਦੇ 18 ਦਸੰਬਰ ਨੂੰ ਸੈਟਰਡੇ ਨੂੰ 10 ਵਜੇ ਤੋਂ 5 ਵਜੇ ਤੱਕ, ਅਤੇ ਤੁਸੀਂ 604-598-1300 'ਤੇ 604-598-1300 'ਤੇ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਅਤੇ ਇਸ ਨੰਬਰ 'ਤੇ ਪਤਾ ਕਰ ਸਕਦੇ ਹੋ। ਇਸ ਸੈਟਰਡੇ ਨੂੰ 10 ਵਜੇ ਤੋਂ 5 ਵਜੇ ਤੱਕ ਦਸਤਾਰ ਅਤੇ ਦਮਾਲਾ ਮੁਕਾਬਲੇ ਜਿਹੜੇ ਨੇ ਉਹ ਹੋ ਰਹੇ ਨੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ। ਹੁਣ ਮੇਰੇ ਨਾਲ MLA ਸਰਾਰ ਜਗਰੂਪ ਸਿੰਘ ਬਰਾੜ ਨੇ ਹੜ੍ਹ ਪੀੜਤਾਂ ਦੇ ਬਾਰੇ ਲੇਟੈਸਟ ਕੀ ਹੈ, ਸੂਬੇ ਦੇ ਹਾਈਵੇ ਜਿਹੜਾ ਕੋਕਾਹਲਾ ਖਾਸ ਤੌਰ 'ਤੇ ਉਹ ਕਦ ਖੁੱਲ੍ਹ ਰਿਹਾ, ਇਸ ਦੇ ਬਾਰੇ ਉਹ ਗੱਲਬਾਤ ਕਰਨਗੇ। ਬਰਾੜ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ ਨਿੱਘੀ ਸਤਿ ਸ਼੍ਰੀ ਅਕਾਲ ਜੀ ਅਤੇ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ, ਅਤੇ ਕੱਲ੍ਹ ਦੀ ਖਬਰ ਜਿਹੜੀ $5 ਬਿਲੀਅਨ ਜਿਹੜਾ ਫੈਡਰਲ ਗਵਰਨਮੈਂਟ ਨੇ ਦਿੱਤਾ ਸਾਡੇ ਫਲੱਡ ਵਿਕਟਮਸ ਨੂੰ, ਇਹਦੇ ਬਾਰੇ ਸਮਝਾਇਓ ਜੀ, ਅਤੇ ਸੂਬਾ ਕੀ ਕਰ ਰਿਹਾ, ਰਾਹਤ ਪੈਕੇਜ ਕਦ ਤੱਕ ਅਨਾਊਂਸ ਹੋਣਗੇ ਜੀ ਅੱਗੇ? ਜੀ ਗਿੱਲ ਸਾਹਿਬ, ਆਪਾਂ ਨੂੰ ਜਿਵੇਂ ਸਾਰਿਆਂ ਨੂੰ ਪਤਾ ਕਿ ਹੜ੍ਹਾਂ ਅਤੇ ਤੂਫਾਨ ਦੇ ਕਰਕੇ BC ਦੇ ਵਿੱਚ ਬਹੁਤ ਭਾਰੀ ਨੁਕਸਾਨ ਜਿਹੜਾ ਹੋਇਆ, ਲੋਕਾਂ ਦਾ ਹਾਈਵੇ ਸਾਡੇ ਟੁੱਟ ਗਏ ਸੀਗੇ, ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਉਹਦੇ ਪ੍ਰਤੀ ਜਿਹੜੇ ਅਜੇ ਦੋਨੇ ਸਰਕਾਰਾਂ ਮੋਢੇ ਨਾਲ ਮੋਢਾ ਲਾ ਕੇ ਬੜੀ ਸੰਜੀਦਗੀ ਦੇ ਨਾਲ ਕੰਮ ਕਰ ਰਹੀਆਂ ਤਾਂ ਕਿ ਜਿਹੜਾ ਹੜ੍ਹਾਂ ਦੇ ਸੰਬੰਧੀ ਰਿਲੀਫ ਲੋਕਾਂ ਨੂੰ ਦਿੱਤਾ ਜਾ ਸਕੇ। ਉਹਦੇ 'ਚ ਜਿਹੜੀ ਪਹਿਲੀ ਅਨਾਊਂਸਮੈਂਟ ਜਿਹੜੀ ਹੋਈ ਹੈ ਜੀ, ਫੈਡਰਲ ਸਰਕਾਰ ਵੱਲੋਂ $5 ਬਿਲੀਅਨ ਦਾ ਐਲਾਨ ਕੀਤਾ ਗਿਆ। ਇਹ ਪਹਿਲਾ ਐਲਾਨ ਹੈ ਜੀ, ਅਸੀਂ ਹੋਰ ਵੀ ਉਮੀਦ ਕਰਦੇ ਹਾਂ, ਬਟ ਇਹ ਪਹਿਲਾ ਐਲਾਨ, ਅਸੀਂ ਧੰਨਵਾਦ ਕਰਦੇ ਹਾਂ ਫੈਡਰਲ ਸਰਕਾਰ ਦਾ। ਔਰ ਇਹ ਇਸ ਗੱਲ ਦਾ ਸਬੂਤ ਵੀ ਹੈ ਜੀ ਕਿ ਪਹਿਲੇ ਦਿਨ ਤੋਂ ਜਿਹੜੀ ਫੈਡਰਲ ਸਰਕਾਰ ਅਤੇ ਜਿਹੜੀ ਲੋਕਲ ਸਾਡੀ BC ਸਰਕਾਰ ਹੈ ਜੀ, ਇਹ ਹੜ੍ਹਾਂ ਦੀ ਰਿਕਵਰੀ ਸੰਬੰਧੀ ਇੱਕ ਦੂਜੇ ਨਾਲ ਮਿਲ ਕੇ ਕੰਮ ਕਰ ਰਹੀਆਂ ਜੀ। ਕੱਲ੍ਹ ਜਿਹੜੇ ਅਪਡੇਟ ਦਿੱਤੇ ਗਏ ਜੀ, ਉਹਦੇ 'ਚ ਸਾਡੇ ਵੱਲੋਂ ਉਹਦੇ 'ਚ ਪਹਿਲੀ ਤਾਂ ਜਿਹੜੇ ਹਾਈਵੇ ਸੰਬੰਧੀ ਮੈਂ ਜਿਹੜੇ ਅਪਡੇਟ ਦੇਣਾ ਚਾਹੁੰਦਾ ਜੀ, ਉਹਦੇ 'ਚ ਜਿਹੜਾ ਕੋਕਾਹਲਾ ਹਾਈਵੇ ਜਿਹਦੀ ਪਹਿਲਾਂ ਉਮੀਦ ਸੀਗੀ ਕਿ ਸ਼ਾਇਦ ਕਾਫ਼ੀ ਸਮਾਂ ਲੱਗ ਜਾਏ ਜਨਵਰੀ ਦੇ ਐਂਡ ਤੱਕ ਖੁੱਲ੍ਹੇ, ਉਹ ਹੁਣ ਜੀ ਸੋਮਵਾਰ ਨੂੰ ਦੀ ਸ਼ਾਮ ਤੱਕ ਉਹ ਜਿਹੜਾ ਅਸੈਂਸ਼ੀਅਲ ਟਰੈਵਲ ਵਾਸਤੇ, ਜਿਹੜੀ ਜ਼ਰੂਰੀ ਬੱਸਾਂ ਦੀ ਢੋਆ ਢੁਆਈ ਵਾਸਤੇ ਖੁੱਲ੍ਹ ਜਾਏਗਾ। ਔਰ ਇਹਦੇ ਨਾਲ ਜਿਹੜੀ ਹੋਰ ਤਬਦੀਲੀਆਂ ਹੋਣੀਆਂ ਉਹਦੇ ਨਾਲ ਇਹ ਹੈ ਜੀ, ਜਦੋਂ ਵੀ ਕੋਕਾਹਲਾ ਖੁੱਲ੍ਹ ਜਾਣਾ, ਪਹਿਲੀ ਗੱਲ ਤਾਂ ਇਹਦੇ 'ਤੇ ਜਿਹੜੀ ਹਲੇ ਟ੍ਰੈਫਿਕ ਚੱਲਣੀ ਹੈ ਉਹ ਸਿਰਫ ਕਮਰਸ਼ੀਅਲ ਵਹੀਕਲ ਅਤੇ ਇੰਟਰਸਿਟੀ ਬੱਸਾਂ ਜਿਹੜੀਆਂ ਉਹ ਚੱਲ ਸਕਦੀਆਂ, ਪਹਿਲਾਂ ਆਮ ਲੋਕ ਇਹਦੇ 'ਤੇ ਨਹੀਂ ਚੱਲ ਸਕਣਗੇ, ਤਾਂ ਕਿ ਜ਼ਰੂਰੀ ਬੱਸਾਂ ਦੀ ਢੋਆ ਢੁਆਈ ਸਾਡੇ ਤੱਕ ਜਿਹੜੀ ਹੈਗੀ ਹੈ ਉਹ ਯਕੀਨੀ ਬਣਾਈ ਜਾ ਸਕੇ। ਪਰ ਜਦੋਂ ਇਹ ਖੁੱਲ੍ਹ ਜਾਂਦਾ ਜੀ, ਉਦੋਂ ਹਾਈਵੇ 3 'ਤੇ ਇਸ ਵੇਲੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਕਿ ਉੱਥੇ ਸਿਰਫ ਜਿਹੜੇ ਕਮਰਸ਼ੀਅਲ ਵਹੀਕਲ ਜਾਂ ਅਸੈਂਸ਼ੀਅਲ ਟਰੈਵਲ ਹੀ ਜਿਹੜੀ ਉੱਥੇ ਹੋ ਸਕਦੀ ਹੈ, ਉਸ ਨੂੰ ਖੋਲ੍ਹ ਦਿੱਤਾ ਜਾਏਗਾ ਜੀ ਅਗਲੇ ਹਫ਼ਤੇ, ਜਿਹੜਾ ਹਾਈਵੇ 3 'ਤੇ ਫਿਰ ਆਮ ਲੋਕ ਉਹ ਸਫ਼ਰ ਕਰ ਸਕਣਗੇ। ਇਸੇ ਤਰੀਕੇ ਨਾਲ ਜਿਹੜਾ ਹਾਈਵੇ 99 ਹੈ, ਜਦੋਂ ਕੋਕਾਹਲਾ ਖੁੱਲ੍ਹ ਜਾਂਦਾ ਉਹਦੇ 'ਤੇ ਵੀ ਇਸ ਵੇਲੇ ਜਿਹੜਾ ਪੈਂਬਰਟਨ ਅਤੇ ਲਿਲੋਇਟ ਦੇ ਦਰਮਿਆਨ ਜਿਹੜਾ ਹੈਗਾ ਆਮ ਲੋਕਾਂ ਲਈ ਉਹ ਖੁੱਲ੍ਹਿਆ, ਇਸ ਵੇਲੇ ਨਹੀਂ ਖੋਲ੍ਹਿਆ ਗਿਆ, ਪਰ ਜਦੋਂ ਹਾਈਵੇ ਜਿਹੜਾ ਹੈਗਾ ਕੋਕਾਹਲਾ ਖੁੱਲ੍ਹ ਜਾਂਦਾ ਉਦੋਂ ਇਹ ਪੈਂਬਰਟਨ ਅਤੇ ਲਿਲੋਇਟ ਦੇ ਦਰਮਿਆਨ ਜਿਹੜਾ 99 ਵੀ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਊਗਾ। ਹਾਈਵੇ 1 ਜੀ, ਉਹਦੇ 'ਤੇ ਰਿਪੇਅਰ ਦਾ ਕੰਮ ਬੜੀ ਤੇਜ਼ੀ ਨਾਲ ਗਿਲ ਸਾਹਿਬ ਚੱਲ ਰਿਹਾ। ਇਹ ਹੋਪ ਅਤੇ ਸਪੈਂਸਰ ਬ੍ਰਿਜ ਦੇ ਦਰਮਿਆਨ 15 ਥਾਵਾਂ ਤੋਂ ਟੁੱਟਿਆ ਸੀ, 12 ਥਾਵਾਂ ਤੋਂ ਰਿਪੇਅਰ ਕਰਕੇ ਜਿਹੜਾ ਹੈਗਾ ਉਹ ਦੁਬਾਰਾ ਓਪਨ ਕਰ ਦਿੱਤੀਆਂ ਗਈਆਂ, ਪਰ 3 ਜਿਹੜੀਆਂ ਥਾਵਾਂ ਜਿੱਥੇ ਵੱਡੀ ਬਹੁਤ ਵੱਡਾ ਡੈਮੇਜ ਹੋਇਆ ਉਹਨਾਂ 'ਤੇ ਰਿਪੇਅਰ ਦਾ ਕੰਮ ਬੜੀ ਤੇਜ਼ੀ ਦੇ ਨਾਲ ਉਹ ਚੱਲ ਰਿਹਾ ਜੀ। ਇਸੇ ਤਰੀਕੇ ਨਾਲ ਜੀ ਐਗਰੀਕਲਚਰ ਸੰਬੰਧੀ ਸਾਡੇ ਫਾਰਮਰਸ ਨੇ ਉਹਨਾਂ ਸੰਬੰਧੀ ਜਿਹੜੇ ਅਪਡੇਟ ਇਹ ਨੇ ਜੀ, ਕੱਲ੍ਹ ਤੱਕ ਜਿਹੜਾ ਸੀਗਾ ਜਾਣੀ ਪਰਸੋਂ ਤੱਕ ਹੁਣ
मैं कह सकता कि सिर्फ 30 फार्म इसे रह गए जिहड़े हले एवैकुएशन ऑर्डर थले ने, बाकी दे सारे फार्म एवैकुएशन ऑर्डर दे विचों कढ़ दित्ते गए है। जिहड़े फार्मर्स नूं सफाई करन दे लई जिहड़े मरे हुए पशु है जी उन्हां दे डिस्पोजल दा जिहड़ा कम है जी, वह जिहड़ियां संबंधित फार्मर जथेबंदियां ने उन्हां नाल मिलके इस वेले सरकार वह कर रही है। असीं इस वेले दो प्रोग्राम जिहड़े इसे उहदे ते कम कर रहे हैं, जिन्हां दे नाल जिहड़ा फार्मर दा इस वेले सब तों वड्डी समस्या जिहड़े जिन्हां दे कोले लाइव स्टॉक हैगा जिहड़ा गऊआं वगैरह ने उन्हां नूं फीड नहीं मिल रही ਤੇ ਉਹ ਮੁਹੱਈਆ ਕਰਨ ਵਾਸਤੇ ਅਸੀਂ ਦੋ ਪ੍ਰੋਗਰਾਮ ਤੇ ਕੰਮ ਕਰ ਰਹੇ ਜਿਹਨਾਂ ਦੀ ਅਨਾਊਂਸ ਜਿਹੜੀ ਹੈ ਤਫਸੀਲ ਆਉਣ ਵਾਲੇ ਦਿਨਾਂ ਵਿੱਚ ਦੇ ਦਿੱਤੀ ਜਾਊਗੀ ਜੀ। ਇਸ ਵੇਲੇ ਜੀ ਖਾਸ ਕਰਕੇ ਜਿਹੜੇ ਬਲੂ ਬੇਰੀ ਫਾਰਮਰ ਨੇ ਜਾਂ ਬਾਕੀ ਦੇ ਫਾਰਮਰ ਨੇ, ਕੋਈ ਕਈ ਕਿਸਮ ਦੇ ਫਾਰਮਰ ਉੱਥੇ ਹੋਏ ਜਿਹਨਾਂ ਦਾ ਨੁਕਸਾਨ ਹੋਇਆ, ਉਹਨਾਂ ਨੂੰ ਮੈਂ ਸੰਬੋਧਿਤ ਕਰਕੇ ਗੱਲ ਕਹਿਣੀ ਚਾਹੁੰਦਾ ਕਿ ਫੈਡਰਲ ਸਰਕਾਰ ਤੇ ਜਿਹੜਾ ਸੂਬਾ ਸਰਕਾਰ ਰਲ ਕੇ ਬੜੀ ਤੇਜ਼ੀ ਦੇ ਨਾਲ ਜਿਹੜੀ ਹੈਗੀ ਫਾਰਮਰ ਦਾ ਲਾਸ ਕਿੰਨਾ ਹੋਇਆ ਤੇ ਕਿੱਥੇ ਹੋਇਆ ਉਹਦੀ ਅਸੈਸਮੈਂਟ ਕਰੀਏ ਤਾਂ ਕਿ ਅਸੀਂ ਜਿਹੜੀ ਪਲਾਨ ਤਿਆਰ ਕਰਕੇ ਅਨਾਊਂਸ ਕਰੀਏ ਉਹ ਬੜੀ ਕੰਪਰੀਹੈਂਸਿਵ ਹੋਵੇ ਤੇ ਜਿਹੜੀ ਸਾਰਿਆਂ ਦੇ ਲਈ ਢੁਕਵੀਂ ਹੋਵੇ ਜੀ। ਆਖਿਰ ਦੇ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੀ ਕਿ ਕੱਲ ਜਿਹੜਾ ਨਾ ਕੱਲ ਤੱਕ ਜਿਹੜੀਆਂ ਲੋਕਲ ਸਰਕਾਰਾਂ ਲੋਕਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈਗੀ ਹੈ, ਲੋਕਲ ਸਰਕਾਰਾਂ ਮਦਦ ਕਰ ਰਹੀਆਂ ਸੀਗੀਆਂ ਕਿਸੇ ਨੂੰ ਥੋੜ੍ਹੀ ਬਹੁਤੀ ਫਾਈਨੈਂਸ਼ੀਅਲ ਲੋੜ ਹੈਗੀ ਹੈ, ਪਰ ਕੱਲ ਤੋਂ ਰੈੱਡ ਕਰਾਸ ਨੇ ਉਹ ਟੇਕ ਓਵਰ ਕਰ ਲਿਆ। ਉਹਦੇ 'ਤੇ ਜਿੰਨੇ ਵੀ ਲੋਕਾਂ ਨੂੰ ਇਵੈਕੂਏਟ ਆਰਡਰ ਹਾਲੇ ਵੀ ਹੈਗੇ ਆ ਜਿਹੜੇ ਲੋਕਾਂ ਤੋਂ ਬਾਹਰ ਬੈਠੇ ਆ ਉਹ ਰੈੱਡ ਕਰਾਸ ਤੋਂ ਮਦਦ ਲੈ ਸਕਦੇ ਆ। ਉਹਦਾ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉਹਦਾ ਫੋਨ ਨੰਬਰ ਹੈਗਾ ਜੀ 1-800-863-6582। ਇੱਥੇ ਮਦਦ ਆਪਣਾ ਫੋਨ ਕਰਕੇ ਉਹ ਮਦਦ ਲੈ ਸਕਦੇ ਜੀ। ਕੱਲ੍ਹ ਤੱਕ ਜਿਹੜੇ ਅਪਡੇਟ ਸੀਗੇ ਗਿੱਲ ਸਾਹਿਬ ਇਹ ਨੇਗੇ ਜੀ। ਤੇ ਬਰਾੜ ਸਾਹਿਬ ਇਹ ਹੁਣ ਜਿਹੜਾ ਆਪਾਂ ਅਕਸਰ ਡਿਸਕਸ ਇਹ ਕਰਦੇ ਹਾਂ ਤੇ ਜਿਹੜੇ ਹੁਣ ਘਰੋਂ ਬੇਘਰ ਹੋਏ ਪਰਿਵਾਰ ਨੇ ਉਹ ਇਸ ਵੱਲ ਝਾਕ ਵੀ ਰਹੇ ਨੇ, ਮਨ ਦੇ ਵਿੱਚ ਇਹ ਮਲਾਲ ਵੀ ਹੁੰਦਾ ਵੀ ਕਿਉਂ ਨਹੀਂ ਹੁੰਦਾ, ਕਦ ਨਹੀਂ ਹੁੰਦਾ। ਸਰਕਾਰਾਂ ਹਲੇ ਕਿੰਨਾ ਕੁ ਸਮਾਂ ਲਾਉਣਗੀਆਂ, ਜਾਂ ਜਿਹੜਾ ਸੈਂਟਰ ਦਾ$5 ਬਿਲੀਅਨ ਆਇਆ ਉਹ ਡਿਸਟ੍ਰੀਬਿਊਟ ਕਿਸ ਤਰ੍ਹਾਂ ਹੋਊਗਾ, ਉਹ ਖੈਰ ਜਿੰਨੀ ਕੁ ਤੁਹਾਡੇ ਕੋਲ ਜਾਣਕਾਰੀ ਆ ਉਹ ਦੱਸੋ ਜੀ, ਇਹ ਵੀ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਪੈਕੇਜ ਜੀ? ਗੱਲ ਸਾਹਿਬ ਬਿਲਕੁਲ ਜਿਹੜਾ ਹੈਗਾ ਦੇਖੋ ਇਹਦੇ 'ਚ ਮੋਟੇ ਤੌਰ ਦੇ ਉੱਤੇ 3-4 ਸਾਡੇ ਮਹਿਕਮੇ ਇਨਵੋਲਵ ਹੈਗੇ ਆ, ਔਰ ਵੱਡੇ ਜਿਹੜੇ ਵੱਡੇ ਮਹਿਕਮੇ ਨੇ ਜੀ ਉਹ ਹੈਗਾ ਖੇਤੀਬਾੜੀ ਦਾ ਮਹਿਕਮਾ, ਐਗਰੀਕਲਚਰ ਦਾ ਤੇ ਜਿਹੜੀ ਟਰਾਂਸਪੋਰਟੇਸ਼ਨ ਦਾ। ਸੋ ਉਹ ਜਿਹੜਾ $5 ਬਿਲੀਅਨ ਹੈਗਾ ਬੇਸਿਕਲੀ BC ਦੇ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਉਹਦੇ 'ਤੇ ਲੱਗਣਾ, ਉਹਦੇ 'ਚ ਮੈਂ ਸਮਝਦਾ ਕਿ ਸੂਬਾ ਸਰਕਾਰ ਵੀ ਕੋਈ ਹਿੱਸਾ ਪਾਊਗੀ। ਉਹਦੇ 'ਚ ਜੀ ਜਿਹੜੇ ਹਾਈਵੇ ਸਾਡੇ ਟੁੱਟ ਚੁੱਕੇ ਨੇ ਜੀ ਉਹਦੇ 'ਤੇ ਇਨਫਰਾਸਟਰਕਚਰ ਜਿਹੜੀ ਕੋਸਟ ਹੈਗੀ ਹੈ ਬਹੁਤ ਵੱਡੀ ਹੈ, ਉਹਦੇ 'ਚ ਹਿੱਸਾ ਪੈਣਾ। ਉਹਦੇ 'ਚ ਦੂਜਾ ਜਿਹੜਾ ਵੱਡਾ ਹਿੱਸਾ ਜਿਹੜਾ ਫਾਰਮਰਸ ਦਾ ਨੁਕਸਾਨ ਹੋਇਆ ਉਹਦੇ ਪ੍ਰਤੀ, ਪਰ ਜਿਹੜੀ ਹਾਈਵੇ ਪ੍ਰਤੀ ਤਾਂ ਸੌਖਾ ਕੰਮ ਹੈ ਕਿਉਂਕਿ ਜਿਹੜਾ ਨਾਲ ਦੀ ਨਾਲ ਕੰਪਨੀਆਂ ਨੂੰ ਜਿਹੜਾ ਹੈਗਾ ਕੰਟਰੈਕਟ ਜਿਹੜੀਆਂ ਆਲਰੇਡੀ ਸਟੈਂਡਲ ਕੰਪਨੀਆਂ ਹੈਗੀਆਂ ਜਿੱਥੇ ਵੀ ਟੁੱਟੇ ਹੋਏ ਨੇ ਉਹ ਲਾ ਦਿੱਤੇ, ਉਹਦਾ ਪਤਾ ਹੈ ਵੀ ਕਿੰਨੀ ਕੋਸਟ ਆਊਗੀ ਵਗੈਰਾ ਵਗੈਰਾ, ਉਹਦੇ ਮੁਤਾਬਕ ਕੰਮ ਹੋਊਗਾ। ਜਿਹੜਾ ਫਾਰਮਰਸ ਦਾ ਹੈਗਾ ਜੀ ਵੱਖਰੀ ਵੱਖਰੀ ਕਿਸਮ ਦੇ ਫਾਰਮਰਸ ਨੇਗੇ, ਡੇਅਰੀ ਫਾਰਮਰ ਨੇਗੇ, ਚਿਕਨ ਫਾਰਮਰਸ ਨੇ ਸਾਡੇ, ਬਲੂ ਬੇਰੀ ਫਾਰਮਰਸ ਜਿਹੜੇ ਪੰਜਾਬੀ ਜ਼ਿਆਦਾ ਹੈਗੇ ਆ, ਉਹਦਾ ਨੁਕਸਾਨ ਕਿਹਦਾ ਕਿੰਨਾ ਹੋਇਆ ਉਹਦੇ ਮੁਤਾਬਕ ਜਿਹੜਾ ਹੈਗਾ ਜਿਹੜੀ ਇਸ ਵੇਲੇ ਅਸੈਸਮੈਂਟ ਜਿਹੜੀ ਉਹ ਚੱਲਦੀ ਹੈ ਨੁਕਸਾਨ ਦੇ ਮੁਤਾਬਕ। ਹਲੇ ਕਿਸੇ ਵਾਸਤੇ ਵੀ ਕੋਈ ਅਨਾਊਂਸਮੈਂਟ ਜਿਹੜੀ ਨਹੀਂ ਹੋਈ, ਪਰ ਮੈਂ ਉਮੀਦ ਕਰਦਾ ਵੀ ਉਹ ਜਿਹੜੀ ਛੇਤੀ ਅਸੀਂ ਅਨਾਊਂਸਮੈਂਟ, ਡਿਪੈਂਡ ਕਰਦਾ ਵੀ ਕਿਹੜਾ ਫਾਰਮਰ ਹੈ, ਕਿਸੇ ਦੀ ਅਸੈਸਮੈਂਟ ਬਹੁਤ ਕੁਇਕਲੀ ਹੋ ਸਕਦੀ ਹੈ, ਕਿਸੇ ਦੀ ਅਸੈਸਮੈਂਟ 'ਤੇ ਟਾਈਮ ਲੱਗ ਸਕਦਾ ਕਿਉਂਕਿ ਹਰ ਫਾਰਮਰ ਦੀ ਸਿਚੁਏਸ਼ਨ ਵੱਖਰੀ ਹੈਗੀ ਹੈ। ਪਰ ਸਰਕਾਰ ਦੀ ਕੋਸ਼ਿਸ਼ ਇਹ ਹੈਗੀ ਹੈ ਜੀ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਹਰ ਅਦਾਰੇ ਦੀਆਂ ਜਥੇਬੰਦੀਆਂ ਨੇ, ਜਿਵੇਂ ਬਲੂਬੇਰੀ ਕੌਂਸਲ ਹੋ ਗਈ ਜਾਂ ਚਿਕਨ ਫਾਰਮਰ ਦੀ ਆਪਣੀ ਕੌਂਸਲ ਹੈਗੀ ਹੈ, ਡੇਅਰੀ ਫਾਰਮਰ ਦੀ ਆਪਣੀ ਐਸੋਸੀਏਸ਼ਨ ਹੈਗੀ ਹੈ, ਉਹਨਾਂ ਦੇ ਨਾਲ ਉਹਨਾਂ ਤੋਂ ਅਸੀਂ ਮੰਗ ਰਹੇ ਹਾਂ ਵੀ ਤੁਹਾਡਾ ਨੁਕਸਾਨ ਦੱਸੋ ਕਿਵੇਂ ਹੋਇਆ, ਉਹਨੂੰ ਆਪਾਂ ਕਿਵੇਂ ਅਸੈਸ ਕਰ ਸਕਦੇ ਹਾਂ, ਜਲਦੀ 'ਚ ਕਿਵੇਂ ਕਰ ਸਕਦੇ ਹਾਂ। ਉਹਨਾਂ ਨਾਲ ਮਿਲ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜੀ, ਅਤੇ ਉਹ ਜਿੰਨੀ ਵੀ ਸਹਿਯੋਗ ਜ਼ਿਆਦਾ ਜਲਦੀ ਹੋਊਗਾ ਉਹਨਾਂ ਅਸੀਂ ਛੇਤੀ ਜਿਹੜਾ ਉਹਦਾ ਅਸੈਸਮੈਂਟ ਕਰਕੇ ਤਾਂ ਉਹਦੇ ਅੱਗੇ ਆਪਾਂ ਤੁਰ ਸਕਦੇ ਹਾਂ। ਧੰਨਵਾਦ ਜੀ, ਅਤੇ ਤੁਹਾਡੇ ਸਿਰ ਤੋੜ ਯਤਨਾਂ ਦੇ ਤੌਰ 'ਤੇ ਤੁਸੀਂ, ਹਾਲਾਂਕਿ ਕੰਸਟੀਚੁਐਂਸੀ ਤੁਹਾਡੀ ਨਹੀਂ ਹੈ ਅਤੇ ਮਹਿਕਮਾ ਨਹੀਂ ਹੈ, ਪਰ ਫਿਰ ਵੀ ਭਾਈਚਾਰਾ ਇਹ ਗੱਲ ਦਾ ਮਾਣ ਕਰਦਾ ਕਿ ਸਾਰੇ MLA ਦੇ ਵਿੱਚੋਂ ਤੁਸੀਂ ਇਹਦਾ ਅਗਾਊਂ ਰੋਲ ਲਿਆ। ਉਹ ਵੀ ਕੰਮ ਕਰਦੇ ਹੋਣਗੇ ਪਰ ਭਾਈਚਾਰੇ ਨਾਲ ਮੀਟਿੰਗਸ 'ਤੇ ਜਾਣਾ ਆਉਣਾ, ਇਕੱਠਾਂ 'ਚ ਜਾਣਾ ਅਤੇ ਦੁੱਖ 'ਚ ਜਦ ਬੰਦੇ ਹੁੰਦੇ ਨੇ ਸੁਣਨੀ ਵੀ ਪੈਂਦੀ ਆ ਗੱਲ, ਪਰ ਫਿਰ ਵੀ ਤੁਸੀਂ ਇਸ 'ਤੇ ਮਿਹਨਤ ਕਰ ਰਹੇ ਹੋ ਅਤੇ ਕਰਦੇ ਰਹਿਣਾ ਜੀ ਜਦ ਤੱਕ ਆਪਾਂ ਨੂੰ ਇਸਦਾ ਨਤੀਜਾ ਨਹੀਂ ਮਿਲ ਸਕਦਾ। ਬਰਾੜ ਸਾਹਿਬ ਧੰਨਵਾਦ ਬਹੁਤ ਬਹੁਤ ਤੁਹਾਡਾ। ਬਹੁਤ ਸ਼ੁਕਰੀਆ ਜੀ। ਸਰਕਾਰ ਮੁਕੰਮਲ ਤੌਰ 'ਤੇ ਵਚਨਬੰਧ ਹੈਗੀ ਹੈ ਲੋਕਾਂ ਦੇ ਨਾਲ। ਪਹਿਲਾਂ ਆਪਾਂ ਦੇਖਿਆ ਆਪਣੀ ਚਾਹੇ COVID-19 ਦੇ ਵਿੱਚ ਸੀਗਾ, ਸਰਕਾਰ ਜਿਹੜੀ ਜਿੱਥੇ ਵੀ ਕੋਈ ਬਿਜ਼ਨਸ ਨੂੰ ਵੀ ਬੰਦ ਕੀਤਾ ਨਾਲ ਖੜੀ ਹੈ ਜੀ, ਅਤੇ ਉਸੇ ਤਰੀਕੇ ਨਾਲ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿੱਥੇ ਵੀ ਕੋਈ ਨੁਕਸਾਨ ਹੋਇਆ ਉਹਦਾ ਜਿਹੜਾ ਉਹਦਾ ਬਣਦਾ ਉਹਨਾਂ ਨੂੰ ਹੱਕ ਮਿਲੇ। ਧੰਨਵਾਦ ਜੀ, ਸ਼ੁਭ ਸ਼ਾਮਾਂ। ਮਿਹਰਬਾਨੀ ਜੀ, ਥੈਂਕ ਯੂ ਜੀ। ਸਰਜਗਰੂਪ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ ਅਤੇ
ਸਮਾਂ ਲੱਗ ਸਕਦਾ ਥੋੜ੍ਹਾ ਬਹੁਤ, ਕਿਉਂਕਿ ਸਾਰੀ ਚੀਜ਼ ਦਾ ਮੁਲਾਂਕਣ ਕਰਨਾ ਚਾਹੁੰਦੇ ਨੇ, ਫਸਲਾਂ ਘਰ ਕੀ ਹੋ ਰਿਹਾ, ਪੈਕੇਜ ਜਿਹੜਾ ਜਾਂ ਸੂਬਾ ਸਰਕਾਰ ਤੋਂ ਪਹਿਲਾਂ ਫੈਡਰਲ ਸਰਕਾਰ ਨੇ $5 billion ਕਿਹਾ, ਸੂਬਾ ਸਰਕਾਰ ਕੰਮ ਕਰ ਰਹੀ ਹੈ ਅਤੇ ਆਪਾਂ ਥੋੜ੍ਹਾ ਜਿਹਾ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਆਪਣਾ ਖਿਆਲ ਆਪਣਾ ਰੱਖਣਾ, ਸਿਹਤ ਦਾ ਰੱਖਣਾ ਅਤੇ ਚੀਜ਼ਾਂ ਹੋ ਜਾਣੀਆਂ ਨੇ ਅਤੇ ਇਹਦੇ 'ਤੇ ਪਹਿਰਾ ਜਿਹੜਾ ਪੂਰਾ ਠੋਕ ਕੇ ਦੇਵਾਂਗੇ। ਇਹ ਵਾਅਦਾ ਪਹਿਲੇ ਦਿਨੋਂ ਸਾਰੇ ਜਿੰਨੇ ਵੀ ਹੜ੍ਹ ਪੀੜਤ ਸੀ ਉਹਨਾਂ ਨਾਲ ਕੀਤਾ ਅਤੇ ਇਸ ਗੱਲ 'ਤੇ ਸ਼ੇਰੇ ਪੰਜਾਬ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ, ਇਹਦੇ ਵਿੱਚ ਦੂਸਰੀ ਰਾਏ ਨਹੀਂ ਕੋਈ। ਕਿਸਾਨ ਫਤਿਹ ਦਿਵਸ ਕਿਸਾਨਾਂ ਦੀ ਮੋਰਚੇ ਦੀ ਜਿਹੜੀ ਜਿੱਤ ਹੋਈ ਹੈ ਅਤੇ ਸਰਕਾਰ ਇਸ ਗੱਲ 'ਤੇ ਮੰਨੀ ਆ ਕਿ ਜੇ ਤੁਹਾਨੂੰ ਨਹੀਂ ਪਸੰਦ ਇਹ ਕਾਨੂੰਨ ਅਸੀਂ ਰੱਦ ਕਰ ਦਿੰਦੇ ਹਾਂ, ਅਤੇ ਇਸ ਇਤਿਹਾਸਿਕ ਜਿੱਤ 'ਤੇ ਸਰੀ ਦੇ ਵਿੱਚ ਕਿਸਾਨ ਫਤਿਹ ਦਿਵਸ ਮਨਾਇਆ ਜਾ ਰਿਹਾ ਜੀ। ਇੰਪਾਇਰ ਬੈਂਕਟ ਹਾਲ ਹੈ ਜਿਹੜਾ, ਜਿਹਦਾ ਨਾਂ ਪਹਿਲਾਂ ਕ੍ਰਿਸਟਲ ਬੈਂਕਟ ਹਾਲ ਸੀ ਯੋਰਕ ਸੈਂਟਰ ਦੇ ਵਿੱਚ, ਹੁਣ ਨਵੀਂ ਮੈਨੇਜਮੈਂਟ ਦੇ ਥੱਲੇ ਹੈ। ਜਵਾਹਰ ਸਿੰਘ ਪੱਡਾ ਗੇਟਵੇ ਪੀਸਾ ਤੋਂ ਅਤੇ ਸਰਦਾਰ ਕੁਲਵੰਤ ਸਿੰਘ ਢੇਸੀ ਉੱਘੇ ਕਾਰੋਬਾਰੀ, ਉਹਨਾਂ ਨੇ ਇਹ ਜਿਹੜਾ ਬੈਂਕਟ ਹਾਲ ਖਰੀਦਿਆ, ਇਹਦਾ ਨਾਂ ਹੁਣ ਇੰਪਾਇਰ ਬੈਂਕਟ ਹਾਲ ਹੈ। ਉੱਥੇ ਇਸ ਐਤਵਾਰ ਨੂੰ 12 to 3 PM ਤੱਕ ਖੁੱਲ੍ਹਾ ਸੱਦਾ ਸਾਰਿਆਂ ਨੂੰ ਦਿੱਤਾ ਜਾਂਦਾ ਹੈ ਕਿ ਉੱਥੇ ਪਹੁੰਚਿਓ ਤਾਂ ਇਹ ਕਿਸਾਨ ਫਤਿਹ ਦਿਵਸ ਮਨਾਇਆ ਜਾਵੇ। ਅਤੇ ਇਹਦੇ ਵਿੱਚ ਸੁਰਿੰਦਰ ਸਿੰਘ ਢੇਸੀ, ਸਰਦਾਰ ਕੁਲਵੰਤ ਸਿੰਘ ਢੇਸੀ ਅਤੇ ਇਸ਼ਵਿੰਦਰ ਸਿੰਘ, ਸਰਦਾਰ ਤਜਿੰਦਰ ਸਿੰਘ ਔਜਲਾ, ਪ੍ਰਿਤਪਾਲ ਸਿੰਘ ਧਾਲੀਵਾਲ ਅਤੇ ਰਾਜਾ ਬੁੱਕਣਾਲੀਆ, ਇਹ ਸਾਰੇ ਔਰਗੇਨਾਈਜ਼ਰ ਨੇ। 604-780-6115 ਨੰਬਰ ਹੈ ਸਰਦਾਰ ਕੁਲਵੰਤ ਸਿੰਘ ਢੇਸੀ ਦਾ, ਗੱਲਬਾਤ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ। ਅਤੇ ਇਹ ਕਿਸਾਨ ਫਤਿਹ ਦਿਵਸ ਹੈ ਜਿਹੜਾ ਇਸ ਐਤਵਾਰ ਨੂੰ 12 to 3 PM ਤੱਕ ਇੰਪਾਇਰ ਬੈਂਕਟ ਹਾਲ, ਜਿਹਦਾ ਨਾਂ ਕ੍ਰਿਸਟਲ ਬੈਂਕਟ ਹਾਲ ਸੀ ਯੋਰਕ ਸੈਂਟਰ ਦੇ ਵਿੱਚ, ਇੱਕੋ ਇੱਕ ਬੈਂਕਟ ਹਾਲ ਹੈ, ਉਹਦੇ ਵਿੱਚ ਇਹ ਮਨਾਇਆ ਜਾ ਰਿਹਾ, ਸਭ ਨੂੰ ਖੁੱਲ੍ਹਾ ਸੱਦਾ। ਇੱਕ ਤਾਂ ਮੈਂ ਗੱਲ ਇਹ ਕਰਨੀ ਹੈ ਕਿ ਪਲੀਜ਼ ਡਰਾਈਵ ਕੇਅਰਫੁਲੀ ਵਿੰਟਰ ਦੇ ਵਿੱਚ, ਸਮਰ ਠੰਡ ਦੇ ਵਿੱਚ ਹਨੇਰਾ ਬਹੁਤ ਹੁੰਦਾ ਹੈ ਅਤੇ ਸਮਾਂ ਲੈ ਕੇ ਚੱਲੋ। ਖਾਸ ਤੌਰ 'ਤੇ ਐਲੈਕਸ ਫਰੇਜ਼ਰ ਜਾਂ ਚੜ੍ਹਨਾ, ਹਰ ਰੋਜ਼ ਹਜ਼ਾਰਾਂ ਬੰਦਿਆਂ ਦਾ ਸਵੇਰ ਦਾ ਸਫ਼ਰ ਦੀ ਬਰਬਾਦੀ ਹੁੰਦੀ ਹੈ, ਜਦ ਗਲਤੀ ਨਾਲ, ਆਪਣੀ ਗਲਤੀ ਹੈ, ਐਕਸੀਡੈਂਟ ਹਰ ਰੋਜ਼ ਹੁੰਦਾ। 72 ਤੋਂ ਜਿੱਥੇ ਆ ਕੇ ਮਿਲਦੇ ਹਾਂ ਜਾਂ ਨੋਡਲ ਤੋਂ ਮਿਲਦੇ ਹਾਂ, ਉੱਪਰ 4 ਲੇਨਾਂ ਤੋਂ ਅੱਗੇ 3 ਹੁੰਦੀਆਂ ਨੇ ਜਦ ਆਉਂਦੇ ਹਾਂ ਆਪਾਂ ਨੌਰਥ ਬਾਉਂਡ, ਪਤਾ ਨਹੀਂ ਕਾਰਨ ਕੀ ਹੈ। ਘੱਟੋ ਘੱਟ ਤੁਸੀਂ ਹਰ ਰੋਜ਼ ਦੇ ਸਫ਼ਰ ਦੇ ਵਿੱਚ 10 to 20 ਕਾਰਾਂ 10-15 ਕਿਲੋਮੀਟਰ 'ਚ ਇਹ ਵੇਖੋਗੇ ਜਿਹਦੀਆਂ ਲਾਈਟਸ ਆਨ ਨਹੀਂ ਹੈ, ਹੈੱਡਲਾਈਟਸ ਆਨ ਨਹੀਂ, ਉਹ ਡੇ ਲਾਈਟ ਦੇ ਥੱਲੇ ਹੀ ਉਹਨਾਂ ਨੂੰ ਚਲਾਈ ਫਿਰਦੇ ਆ, ਪਿੱਛੋਂ ਲਾਈਟਸ ਆਨ ਨਹੀਂ, ਬ੍ਰੇਕਸ ਜਦ ਲੱਗਦੇ ਨੇ ਬ੍ਰੇਕ ਵੇਲੇ ਆਨ ਹੁੰਦੀਆਂ ਨੇ ਅਤੇ ਉਸ ਤਰ੍ਹਾਂ ਉਹ ਆਨ ਨਹੀਂ ਹੁੰਦੀਆਂ। ਘੱਟੋ ਘੱਟ ਤੁਸੀਂ ਸੀਟ 'ਤੇ ਬਹਿੰਦੇ ਹੋ, ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਮੈਂ ਗੱਡੀ ਦੀਆਂ ਲਾਈਟਾਂ ਆਨ ਕਰਨੀਆਂ ਨੇ। ਉਹਦਾ ਕਾਰਨ ਇਹ ਆ ਵੀ ਅੰਦਰ 20 ਲਾਈਟਸ ਤੁਹਾਡੀ ਮੀਟਰ ਜਿਹੜਾ ਕੰਸੋਲ ਏਰੀਆ ਉਹਦੇ 'ਚ ਵੀ ਜਗ ਜਾਂਦੀਆਂ ਨੇ ਡੇ ਲਾਈਟਸ ਕਰਕੇ, ਅਤੇ ਫਰੰਟ 'ਤੇ ਵੀ ਜਗ ਜਾਂਦੀਆਂ ਨੇ, ਅਗਲਾ ਭੁੱਲ ਜਾਂਦਾ। ਨਿਊ ਡਰਾਈਵਰਸ ਨੂੰ ਖਾਸ ਤੌਰ 'ਤੇ ਜਿਹੜਾ ਇਹਦੀ ਜ਼ਰੂਰਤ ਹੈ, ਅਤੇ ਸਮਾਂ ਲੈ ਕੇ ਚੱਲੋ, ਹਰ ਰੋਜ਼ ਐਕਸੀਡੈਂਟ ਹੈ, ਹਰ ਰੋਜ਼ 12-12, 13-13 ਕਿਲੋਮੀਟਰ ਦਾ ਸਫ਼ਰ 40-40 ਮਿੰਟ ਲੱਗਦੇ ਆ, ਅਤੇ ਰੋਡ ਰੇਜ ਜਿਹੜੀ ਹੈ, ਸੜਕ ਦੀ ਜਿਹੜੀ ਕਹਾਣੀ ਹੈ, ਉਹ ਪਤਾ ਹੀ ਨਹੀਂ ਤੁਹਾਨੂੰ ਕਿੱਥੇ ਜਿਹੜਾ ਬੰਦੇ ਨੇ ਟੱਕਰ ਜਾਣਾ। ਸੰਦੇਹਾਂ ਹੀ ਅੱਜ ਹਲੇ ਘਰੋਂ ਹੀ ਨਿਕਲੇ ਅਤੇ ਅੰਦਰ ਹੁਣ ਅੰਦਰਲੀਆਂ ਸੜਕਾਂ 30-40 ਕਿਲੋਮੀਟਰ ਦੀਆਂ ਨੇ, ਸਪੀਡ ਬੰਪ ਬਣੇ ਹੋਏ ਨੇ। ਇੱਕ ਕਾਕਾ ਜੀ ਆਪਣਾ ਸਵੇਰੇ ਹੁੱਡੀ ਲਈ ਹੋਈ ਅਤੇ ਕਦੇ ਖੱਬੇ ਕਦੇ ਸੱਜੇ ਗੱਡੀ ਦੇ 'ਤੇ, ਮਤਲਬ ਲਾਈਟਾਂ ਸਿਰ 'ਤੇ ਅਤੇ ਮੂਹਰੇ ਸੈਟਅਪ ਲਾਈਟ 'ਤੇ ਰੋਕ ਕੇ ਸ਼ੀਸ਼ਾ ਡਾਊਨ ਕਰ ਕਹਿੰਦਾ, ਅੰਕਲ ਬਲੇਕ ਮਾਲੀ ਜਾਂਦਾ ਸਵੇਰੇ ਸਵੇਰੇ ਅਰਲੀ ਮੋਰਨਿੰਗ। ਦੱਸ ਹੁਣ ਕੀ ਸਮਝਾਓ, ਜਦ ਕਨਸਲਾਂ ਤੁਹਾਡੇ ਸਵੇਰੇ ਹੀ ਪੱਲੇ ਪੈ ਜਾਣ, ਹੁਣ ਪਤਾ ਨਹੀਂ ਕੀ ਸੱਜ ਰਹੀ ਛਕਿਆ ਹੋਇਆ ਸੀ ਅਤੇ ਮੈਂ ਨਾ ਕੋਈ ਪਤਾ ਲੱਗਣਾ ਨਾ ਕੋਈ, ਹੁਣ ਤੁਸੀਂ ਉੱਥੇ ਜੇ ਲੜਦੇ ਹੋ ਸੱਜ ਰਹੀ ਤਾਂ ਉਹ ਰੋਡ ਰੇਜ ਹੈ, ਗੁੱਸੇ 'ਚ ਤੁਸੀਂ ਕੁਛ ਕਰੋਗੇ ਉਹ ਕੁਛ ਕਰੂ, ਸੱਜ ਰਹੀ ਅਤੇ ਤੁਹਾਡੇ ਦਿਨ ਦਾ ਸੱਤਿਆਨਾਸ਼ ਹੁੰਦਾ। ਸਮਾਂ ਲੈ ਕੇ ਚੱਲੋ ਅਤੇ ਆਪਣੇ ਆਪ ਨੂੰ ਸਾਂਭ ਕੇ ਚੱਲੋ, ਅਤੇ ਇਹਨਾਂ ਦਾ ਜਿਨ੍ਹਾਂ ਦੀ ਟਿਊਨ ਅਪ ਆਪਣੇ ਨਾਲ ਨਹੀਂ ਮਿਲਦੀ ਬਈ ਗੱਲ ਕੀ ਕਰਨੀ ਹੈ, ਕਿਵੇਂ ਕਰਨੀ ਹੈ, ਕਿਵੇਂ ਬੋਲਣਾ, ਅਤੇ
ਇਹਨਾਂ ਦਾ ਔਖਾ ਹੈ, ਸਾਡਾ ਵੀ ਔਖਾ ਹੀ ਹੈ, ਅਸੀਂ ਇਹਨਾਂ ਨਾਲ ਨਹੀਂ ਫਿੱਟ ਹੋਏ, ਇਹ ਸਾਡੇ ਨਾਲ ਨਹੀਂ ਫਿੱਟ ਹੋਏ, ਘਰ ਦੇ ਚੋਂ ਗੁੜਤੀਆਂ ਨਹੀਂ ਮਿਲੀਆਂ, ਅਕਲਾਂ ਨਹੀਂ ਦਿੱਤੀਆਂ ਵੀ ਗੱਲ ਕਿਵੇਂ ਕਰਨੀ ਆ, ਕਿਵੇਂ ਸਮਾਂ ਲੈ ਕੇ ਚੱਲਣਾ ਹੈ, ਅਤੇ ਸੋ ਆਪਣਾ ਖਿਆਲ ਰੱਖੋ। ਦੂਜੀ ਗੱਲ, ਭਾਈਚਾਰੇ ਦੇ ਵਿੱਚ ਬਹੁਤ ਚੀਜ਼ਾਂ ਬਹੁਤ ਸਡਨ ਆਪਾਂ ਜਦ ਦੇਖਦੇ ਹਾਂ ਕਿਤੇ ਵੀ ਕਮਿਊਨਿਟੀ ਨੂੰ ਮੁਸ਼ਕਲ ਦੇ ਵਿੱਚ, ਹੁਣ ਟੂਲ ਬਹੁਤ ਹੋ ਗਏ, ਟੂਲ ਕੀ ਨੇ, ਟਿਕਟੋਕ, ਸਨੈਪਚੈਟ, ਉਵੇਂ ਉਸੇ ਸਮੇਂ ਟਿਕਟੋਕ ਲਾਈਵ, ਆ ਦੇਖੋ ਜੀ ਮੈਂ ਇੱਥੇ ਖੜ੍ਹਾਂ, ਮੈਂ ਇੱਥੇ ਖੜ੍ਹੀ ਹਾਂ, ਆਹ ਮੁਸ਼ਕਲ ਹੋ ਗਈ, ਕਮਿਊਨਿਟੀ ਕੀ ਕਰ ਰਹੀ ਹੈ, ਕਮਿਊਨਿਟੀ ਹੁਣ ਉਹਦੇ ਵਿੱਚ ਇਹ ਦੂਜੀ ਭਾਵਨਾ ਨਹੀਂ ਹੈ ਕਿ ਉਹ ਦੁੱਖ ਨਹੀਂ ਹੈ, ਦੁੱਖ ਤਾਂ ਹੈ, ਪਰ ਕੋਈ ਚੀਜ਼ ਜਨਤਕ ਕਰਨ ਤੋਂ ਪਹਿਲਾਂ ਜਿਵੇਂ ਘਰ 'ਚ ਆਏ ਚਾਰ ਮਹਿਮਾਨਾਂ ਨੂੰ ਦਾਲ ਸਬਜ਼ੀ ਰੋਟੀ ਚਾਹ ਪਾਣੀ ਫੜਾਉਣ ਤੋਂ ਪਹਿਲਾਂ 10 ਵਾਰ ਆਪਾਂ ਵੇਖਦੇ ਹਾਂ ਵੀ ਸਾਡੀ ਟਰੇ ਸਾਫ਼ ਹੈ, ਗਲਾਸ ਜਿਹੜੇ ਨੇ ਉਹ ਸਾਫ਼ ਨੇ, ਡੁੱਲੇ ਤਾਂ ਨਹੀਂ ਹੋਏ, ਕਲੀਨਿਕਸ ਕੋਲ ਹੈ, ਚੀਜ਼ ਸਰਵ ਕਿਵੇਂ ਕਰਨੀ ਹੈ, ਕਿਹੜੀ ਜਗ੍ਹਾ 'ਚ ਪਾਈ ਹੈ, ਪਲੇਟਸ ਕਿੱਥੇ ਨੇ, ਕਟਲਰੀ ਕੀ ਹੈ, ਅਤੇ ਖਾਣਾ ਕੀ ਹੈ, ਸਮਾਂ ਕੀ ਹੈ, ਬਹਿਣਾ ਕੀ ਕਰਦੇ ਹਾਂ ਨਾ, ਨਹੀਂ ਅਗਲਾ ਜਾਣ ਵੇਲੇ ਕਾਰ 'ਚ ਬਹਿੰਦਾ ਕਹਿੰਦਾ ਜਲੂਸ ਕੱਢਤਾ ਇਹੋ ਜਿਹੀ ਜਨਾਨੀ ਨਾਲੋਂ ਤਾਂ ਬਿਨਾਂ ਹੀ ਚੰਗੇ ਆ, ਨਾ ਚਾਹ ਫੜਾਉਣੀ ਆਉਂਦੀ, ਅੱਧੀ ਚਾਹ ਜਿਹੜੀ ਟਰੇ 'ਤੇ ਡੋਲਤੀ, ਨਾ ਪਤਾ ਜੇ ਗਲਾਸ ਉੱਪਰ ਤੱਕ ਭਰੇ ਹੋਏ ਨੇ, ਨਾ ਗਲਾਸ ਮੂੰਹ ਨੂੰ ਲੱਗਦੇ ਨੇ ਗਰਮ ਹੋ ਗਏ ਬੁੱਲ ਸਾੜ 'ਤੇ, ਅਤੇ ਚੀਜ਼ ਕਿਹੜੀ ਫੜਾਉਣੀ ਹੈ ਉਹ ਨਹੀਂ ਪਤਾ, ਅਤੇ ਖੜਾਕ ਖੜਾਕ ਖੜਕਾ ਹੁੰਦਾ, ਅਤੇ ਇਹ ਵੀ ਨਹੀਂ ਪਤਾ ਵੀ ਰੱਖਣਾ ਕਿਵੇਂ ਆ, ਪਤਾ ਕੀ ਲੱਗ ਜੇ ਕੱਪ ਰੱਖੇ ਦਾ, ਕਰਦੇ ਹਾਂ ਨਾ ਗੱਲਾਂ ਇਸੇ ਤਰ੍ਹਾਂ ਹੀ। ਕੋਈ ਵੀ ਚੀਜ਼ ਜਦ ਜਨਤਕ ਕਰਦੇ ਹੋ, ਹੁਣ ਬਹੁਤ ਇਹ ਗਰਮੈਸ਼ ਆਈ ਹੋਈ ਆ, ਕਰਦੇ ਲਾਈਵ, ਆਹ ਦੇਖੋ ਜੀ ਮੈਂ 72 'ਤੇ ਅਤੇ ਸਕੋਟ 'ਤੇ ਖੜ੍ਹਾ, ਇੱਥੇ ਆਹ ਗੱਲ ਹੋ ਗਈ, ਇਹ ਕਮਿਊਨਿਟੀ ਲਈ ਬੜੀ ਮਾੜੀ ਦੀ ਗੱਲ ਹੈ, ਇਹ ਗੁੱਸੇ ਵਾਲੀ ਕਹਾਣੀ ਹੈ, ਕਮਿਊਨਿਟੀ ਦਾ ਸੱਤਿਆਨਾਸ਼ ਹੋ ਗਿਆ, ਕਮਿਊਨਿਟੀ ਕਰਦੀ ਕੀ ਹੈ, ਅਸੀਂ ਰੂਲ ਕਰ ਰਹੇ ਹਾਂ, ਕਮਿਊਨਿਟੀ ਜਿਵੇਂ ਸਾਡੀ ਫਰਜ਼ ਹੈ। ਪਿਛਲੇ ਦਿਨੀ ਇੱਕ ਕੱਲ੍ਹ ਦੀ ਵੀਡੀਓ ਵਾਇਰਲ ਹੋ ਰਹੀ ਹੈ, 80 ਅਤੇ ਸਕੋਟ ਰੋਡ ਦੇ ਸੁਪਰ ਸਟੋਰ ਦੇ ਥੱਲੇ ਪਾਰਕਿੰਗ 'ਚ, ਲਓ ਜੀ ਮੈਂ ਇਹ ਬਜ਼ੁਰਗ ਬੈਠੇ ਨੇ, ਇਹ ਆਂਟੀ ਬੈਠੀ ਹੈ, ਆਂਟੀ ਡਿਸੇਬਲ ਹੈ, ਬਜ਼ੁਰਗ ਬੈਠੇ ਨੇ, ਬਜ਼ੁਰਗ ਕਹਿ ਰਿਹਾ ਹਾਂਜੀ ਦੱਸੋ ਕੀ ਹੋਇਆ, ਦੇਖੋ ਜੀ ਆਹ ਗੁਰਦੁਆਰਾ ਫਲਾਣਾ ਗੁਰਦੁਆਰਾ ਫਲਾਣਾ ਗੁਰਦੁਆਰਾ ਫਲਾਣੇ ਗੁਰਦੁਆਰਿਆਂ ਨੇ ਸਾਨੂੰ ਇੱਥੋਂ ਕੱਢਤਾ, ਸਾਨੂੰ ਟਿਮ ਹੋਲਟਨ ਵਾਲਿਆਂ ਨੇ ਕੱਢਤਾ, ਅਸੀਂ ਕਿੱਥੇ ਜਾਈਏ। ਇੱਕ ਤਾਂ ਇਹ ਵੇਦਨਾ ਹੋਊਗੀ ਗੱਲ, ਘੱਟੋ ਘੱਟ 40 ਦੇ ਕਰੀਬ ਤੁਸੀਂ ਆਪਣੀ ਡਿਊਟੀ ਸਮਝੀ, ਉਹ 40 ਦੇ ਕਰੀਬ ਮੈਨੂੰ ਭੇਜਦੀ ਹੈ। ਅੱਛਾ ਹੁਣ ਉਹਦੀ ਤਹਿਕੀਕਾਤ ਕੀ ਆ, ਵੀ ਹੈ ਕੀ ਕਹਾਣੀ ਇਹ, ਇਹ ਅਸੀਂ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਨਾ ਕੋਈ ਗੱਲ ਕੁਛ ਕਰਨ ਤੋਂ ਪਹਿਲਾਂ ਸਮਝੀਏ ਹੁਣ ਕੀ ਕਹਾਣੀ ਹੈ। ਵੀ ਪਹਿਲੀ ਤਾਂ ਗੱਲ, ਬਜ਼ੁਰਗ ਨੇ, ਸਿਟੀਜ਼ਨ ਨੇ, ਡਿਸੇਬਲ ਨੇ, ਇਸ ਦੇਸ਼ ਦੇ ਵਿੱਚ ਤੁਸੀਂ ਸੜਕ 'ਤੇ ਤੁਹਾਨੂੰ ਰਹਿਣ ਦੀ ਲੋੜ ਨਹੀਂ ਹੈ, ਤੁਹਾਡੀ ਪੈਨਸ਼ਨ 1200-1500 ਡਾਲਰ ਤੁਸੀਂ ਕੰਮ ਕਰਦੇ ਹੋ ਨਹੀਂ ਕਰਦੇ, 65 ਤੋਂ ਉੱਪਰ ਹੈ ਡਾਲਰ 1500 ਤੁਹਾਨੂੰ ਮਿਲਣਾ ਹੀ ਮਿਲਣਾ, ਅਤੇ ਦੋ ਜਣੇ ਤਾਂ 3000 ਹੋ ਗਿਆ। ਹੁਣ ਉਹਦੇ ਬਾਅਦ ਰਹਿਣ ਲਈ ਘਰ ਨੇ, ਹਸਪਤਾਲ ਦੇ ਵਿੱਚੋਂ ਤੁਸੀਂ ਕਹੋ ਵੀ ਹਸਪਤਾਲ ਦੇ ਵਿੱਚ ਮੈਂ ਢਿੱਲਾਂ ਤੁਹਾਨੂੰ ਕੱਢ ਨਹੀਂ ਸਕਦੇ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਇੱਥੇ ਸਰਾਵਾਂ ਨਹੀਂ ਹੈਗੀਆਂ, ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੇ 5-7 ਰੂਮ ਨੇ ਜਿਨ੍ਹਾਂ 'ਚ ਉਹਨਾਂ ਦੇ ਰਾਗੀ ਰਹਿੰਦੇ ਨੇ, ਢਾਡੀ ਰਹਿੰਦੇ ਨੇ, ਅਤੇ ਉਹਨਾਂ ਦੇ ਗੁਰੂ ਦੇ ਵਜ਼ੀਰ ਰਹਿੰਦੇ ਨੇ, ਔਰ ਕਿਸੇ ਵੀ ਬਜ਼ੁਰਗ ਨੂੰ ਉਹਨਾਂ ਕੋਲ ਅਥੋਰਿਟੀ ਹੈ ਨਹੀਂ ਕਿ ਉਹ ਰੂਮ ਦੇ ਵਿੱਚ ਵਾੜ ਲੈਣ। ਉੱਥੇ ਕੋਈ ਗੱਲ ਹੋ ਜਾਵੇ, ਕੋਈ ਅਵੀ ਨਵੀਂ ਹੋ ਜਾਵੇ, ਕਿਸੇ ਦੀ ਡੈਥ ਹੋ ਜਾਵੇ, ਗੁਰਦੁਆਰੇ ਵਾਲੇ ਫਿਰ ਅਸੀਂ ਘੇਰ ਲੈਣਾ, ਅੱਛਾ ਛੱਤ ਇਹਨਾਂ ਨੇ ਦਿੱਤੀ, ਇਹਨਾਂ ਨੇ ਖਿਆਲ ਕਿਉਂ ਨਾ ਕੀਤਾ ਇਹਨਾਂ ਦਾ। ਦੇਖੋ ਜਿਹੜੀ ਕੰਸਰਨਡ ਅਥੋਰਿਟੀ ਆ ਉਹਦਾ ਉਹ ਕੰਮ ਹੈ। ਅੱਛਾ ਮੈਂ ਉਹ ਜਨਤਕ ਹੋਈ, ਜਨਤਕ ਤੋਂ ਬਾਅਦ ਜਿੰਨੇ ਇੱਕ ਭਾਈ ਸਾਹਿਬ ਦਾ ਫੋਨ ਆ ਗਿਆ, ਉਹ ਟੈਕਸੀ ਚਲਾਉਂਦੇ ਨੇ, ਉਹ ਕਹਿੰਦਾ ਮੈਂ 2 ਸਾਲ ਪਹਿਲਾਂ ਇਹ ਮਾਤਾ ਨੂੰ ਰਾਈਡ ਦਿੱਤੀ ਆ ਸਰੀ ਸਕਾਈ ਟ੍ਰੇਨ ਸਟੇਸ਼ਨ ਤੋਂ। ਇਹ ਮਾਤਾ ਕਹਿੰਦੀ ਮੈਂ ਬਰਨਵੀ ਤੋਂ ਰਹਿੰਦੀ ਹਾਂ, ਮੈਂ ਬਰਨਵੀ, ਮੈਨੂੰ ਜਵਾਕ ਨਹੀਂ ਰੱਖਦੇ, ਅਤੇ ਮੈਨੂੰ ਹੁਣ ਮੈਂ ਸਰੀ 'ਚ ਮੂਵ ਹੋਣਾ। ਉਹ ਕਹਿੰਦੇ ਮੈਂ ਇਮੀਡੀਏਟ ਜਾਂ ਤੰਗ ਮਾਤਾ ਪਿੱਛੇ ਬੈਠੀ, ਕਹਿੰਦਾ ਮੈਂ ਇੱਕ ਬੰਦੇ ਨੂੰ ਆਪਣੇ ਦੋਸਤ ਨੂੰ ਕਿਹਾ ਯਾਰ ਤੇਰਾ ਘਰ ਉਹ ਵੱਧ ਘਰ ਨੇ ਉਹਨਾਂ ਕੋਲ ਖਾਲੀ ਕਿਰਾਏ 'ਤੇ, ਉਹ ਕਹਿੰਦੇ ਘਰ ਹੈਗਾ ਤੇਰੇ ਕੋਲ, ਉਹ ਕਹਿੰਦਾ ਹੈਗਾ। ਦੇਖੋ ਤੁਸੀਂ ਕਿਉਂਕਿ ਸਾਡੇ ਇਹ ਖੂਨ 'ਚ ਹੈ, ਅਸੀਂ ਮਦਦ ਕਰਨੀ ਆ। ਉਹ ਕਹਿੰਦਾ ਮੈਂ ਇਮੀਡੀਏਟ, ਮਾਤਾ ਜਾ ਰਹੀ ਹੈ ਕਿਤੇ ਹੋਰ ਨੂੰ, ਕਹਿੰਦਾ ਮਾਤਾ ਤੈਨੂੰ ਘਰ ਚੱਲ ਉੱਥੇ ਬੇਸਮੈਂਟ 'ਚ ਮੂਵ।
2 महीने किराया देने तो बाद किराया बंद हो गया, कोविड आ गया, 1.5 साल किराया नहीं दिता, 1.5 साल। उहदे बाद उत्थे ड्रग की डीलिंग शुरू हो गई, उस एरिए ड्रग विकन लग गई, ड्रग खाण लग गए, बहुत कुछ होया जिहड़ा कुछ मैनू पता लग्या। वो फिर कहिंदे असीं मसां मिंतां तरलियां नाल घर विकिया, घर वालिआं ने उहनां नूं मूव कीता, तां आ जिहड़ी माता जी नाल खड़े आ उहनां दी गल है। सो ये जिहड़ी एक पासा सानूं दिसदा, मैं फलाणा बोलदा, मैं फलाणी कौर बोलदी हाँ, ये सरी चो बोलदी हाँ मैं, जां मैं बोलदा तो यह की होया, ये क्यों कम्यूनिटी सौंगी, कम्यूनिटी नूं आ हो गया, कम्यूनिटी का बेड़ा गर्क हो गया। कम्यूनिटी का क्यों बेड़ा गर्क हो गया बई, कादे लई हो गया बेड़ा गर्क? साडे अपने अपने पल्लियां दे विच बेर मसां कट्ठे करके लोग रोटी घर नूं मसां लैके जांदे, सारा दिहाड़ी कम करदे आ, कम्यूनिटी नूं हाक मारदे आ, मिलियनज ऑफ डॉलर इकट्ठा करके दिंदे, कुछ कारण होवे। इस देश च किवें भुखा मर सकदा कोई, इस देश दे विच छत तो बिना किवें रह सकदा कोई? ਤੁਸੀਂ 2 ਜਣੇ ਹੋ, 3000 ਡਾਲਰ ਆਉਂਦਾ, ਕਿਤੇ ਬੇਸਮੈਂਟ ਲੈ ਲਓ ਰੈਂਟ 1200 ਦੀ, 2000 ਡਾਲਰ ਬਚਦਾ ਤੁਹਾਨੂੰ, ਖਾਓ ਪੀਓ ਐਸ਼ਾਂ ਕਰੋ ਅਤੇ ਟੈਕਸੀ 'ਚ ਵਿੱਚ ਜਾ ਵਿੱਚ ਬੈਠ ਕੇ ਜਾ ਕੇ ਗਰੋਸਰੀ ਕਰਨ ਜਾਓ। ਤੁਸੀਂ ਕਿਉਂ ਬੈਠੇ ਹੋ ਬਈ ਕਿੰਗ ਜੋਰਜ ਦੀ ਪਾਰਕਿੰਗ ਦੇ ਵਿੱਚ? ਕਾਰਨ ਕੀ ਹੈ? ਉਹ ਵੀ ਕਮਿਊਨਿਟੀ ਆਵੇ, ਕਮਿਊਨਿਟੀ ਉੱਥੇ ਬੈਠੇ, ਕਮਿਊਨਿਟੀ ਦੁੱਖ ਹੋਵੇ, ਹਾਂ ਅੰਕਲ ਜੀ ਬਹੁਤ ਮਾੜੀ ਕੀਤੀ, ਅੰਕਲ ਜੀ ਮੈਂ ਲਾਈਵ ਕਰਦੀ ਹਾਂ ਹੁਣੇ, ਮੈਂ ਲਾਈਵ ਕਰਦਾ ਹੁਣੇ, ਇਹਦੇ ਵਿੱਚ ਮੈਂ ਵੇਦਨਾ ਦੀ ਨਹੀਂ ਗੱਲ ਕਰਦਾ, ਹਰ ਇੱਕ ਬੰਦੇ ਨੂੰ ਦੁੱਖ ਹੁੰਦਾ ਜਾਂ ਬਜ਼ੁਰਗ ਬੈਠੇ ਆ, ਪਰ ਉਸ ਗੱਲ ਦੀ ਇੱਕ ਹੋਰ ਤਹਿਕੀਕਾਤ ਵੀ ਹੈ, ਇੱਕ ਹੋਰ ਗੱਲ ਦਾ ਵੀ ਹਿੱਸਾ ਜਿਹੜਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਘਰ ਕਿਉਂ ਛੱਡਿਆ, ਕਿੱਥੇ ਆਏ, ਕਿਵੇਂ ਆਏ। 1.5 ਸਾਲ ਤੁਸੀਂ ਬਿਨਾਂ ਰੈਂਟ ਤੋਂ ਰਹਿਣਾ ਹੈ, ਅਤੇ ਹੁਣ ਜਾਂ ਬੇਸਮੈਂਟ ਕਿਸੇ ਨੇ ਰਹਿਣੀ, ਅਗਲਾ ਕਹਿੰਦਾ ਕਿੱਥੇ ਰਹਿੰਦੇ ਸੀ, ਉਹ ਤਾਂ ਸਾਨੂੰ ਪਤਾ ਨਹੀਂ, ਕੌਣ ਰੱਖੂ? ਇਹ ਜਿਹੜਾ ਇੱਕ ਗੱਲ, ਕੁਝ ਵੀ ਕਰਨ ਤੋਂ ਪਹਿਲਾਂ ਜਿਹੜਾ ਆਪਾਂ ਇਹਨੂੰ ਪੰਜਾਬ ਨਾਲ ਤਰਜੀਹ ਨਾ ਦਈਏ, ਭਾਰਤ ਨਾਲ ਤਰਜੀਹ ਨਾ ਦਈਏ, ਦੇਸ਼ ਦੁਨੀਆ ਦੇ ਕਿਸੇ ਦੇਸ਼ ਨਾਲ ਤਰਜੀਹ ਨਾ ਦਈਏ, ਅਸੀਂ ਇਹਨੂੰ ਦੇਖੀਏ ਵੀ ਕੀ ਇਹ 'ਚ ਹੱਕ ਹਕੂਕ ਕੀ ਨੇ। ਨੌਜਵਾਨ ਹੈ, ਕਿਸੇ ਦੇ ਸੱਟ ਲੱਗੀ ਹੋਈ ਹੈ, ਉਹ ਡਿਸੇਬਲ ਆ, ਤਾਂ ਉਹਨੂੰ ਪੈਨਸ਼ਨ ਮਿਲਣੀ ਆ 1000-1200 ਜਿੰਨੀ ਵੀ ਮਿਲਣੀ ਆ। ਓਲਡ ਏਜ ਆ, 65 ਤੋਂ ਟੱਪ ਗਿਆ ਤਾਂ 1400-1400 ਡਾਲਰ ਪੈਨਸ਼ਨ ਆ ਰਹੀ ਹੈ, $2800 ਹੋ ਗਿਆ, ਉਹਦੇ ਲਈ ਇਨਕਮ ਹੋਵੇ ਨਾ ਹੋਵੇ ਕੋਈ ਮਤਲਬ ਨਹੀਂ ਹੈ। ਨਹੀਂ ਪੈਨਸ਼ਨ ਲੱਗੀ ਹੋਈ, ਸਾਰੇ ਦਫ਼ਤਰ ਨੇ, ਕੋਈ ਨਹੀਂ, ਜਿਹੜਾ ਬੰਦਾ ਇੱਥੇ ਦਾ ਸਿਟੀਜ਼ਨ ਹੈ ਉਹਨੂੰ ਸਭ ਪਤਾ ਕੀ ਸਿਸਟਮ ਚੱਲਦਾ, ਕਿਉਂਕਿ ਮੈਂ ਤੁਹਾਡੇ ਵਾਲੀਆਂ ਹੱਥ 'ਚ ਅਤੇ ਮੈਂ ਆਪਣੇ ਵਾਲੀਆਂ ਲੁਕੋ ਲੈਣੀਆਂ ਨੇ। ਸੋ ਇਹਦੇ ਲਈ ਕਦੇ ਵੀ ਅਸੀਂ ਕਮਿਊਨਿਟੀ ਲਈ ਜਾਂ ਇਹ ਸੋਸ਼ਲ ਮੀਡੀਏ ਦੀ ਗੱਲ ਕਰਦੇ ਹਾਂ ਜਾਂ ਇਹਨੂੰ ਵਰਤਦੇ ਹਾਂ, ਥੋੜ੍ਹਾ ਬਹੁਤ ਅਸੀਂ ਖਿਆਲ ਨਾਲ ਗੱਲ ਕਰੀਏ ਵੀ ਅਸੀਂ ਕਰ ਕੀ ਰਹੇ ਹਾਂ। ਕਮਿਊਨਿਟੀ ਨੇ ਬਹੁਤ ਕੁਛ ਕੀਤਾ, ਭਾਈਚਾਰਾ ਬਹੁਤ ਕੁਛ ਕਰਦਾ, ਭਾਈਚਾਰੇ ਨੂੰ ਤਾਂ ਹਰ ਸਾਲ 5-4 ਤਾਂ ਘੱਟੋ ਘੱਟ ਰੇਡੀਓਥਾਨ ਨੇ ਜਿਹਦੇ ਵਿੱਚ ਆਪਣੇ ਦੇ ਦਿੰਦੇ ਹਾਂ ਥਾਪੀ ਆਪਾਂ, ਆ ਜਾਓ ਜੀ, ਫਿਰ 13 ਦੇ 13 ਹੰਸੇ ਜੁੜਦੇ ਨੇ, 113, 513, 1013, 5013 ਧਰਮ ਦੇ ਨਾਂ 'ਤੇ ਅਸੀਂ, ਜਾਂ ਕੋਈ ਸੰਸਥਾ ਬਣਾ ਲਈ ਜੀ, ਉਹਦੇ ਲਈ ਛੱਤ ਚਾਹੀਦੀ ਹੈ ਜੀ, ਉਹਦੇ ਏਅਰ ਚਾਹੀਦਾ ਜੀ, ਉਹਦੇ ਲਈ ਵੱਡੇ ਪ੍ਰੋਜੈਕਟ, ਗਵਰਨਮੈਂਟ ਦੇ ਏਡਡ ਪ੍ਰੋਜੈਕਟ ਮਿਲੀਅਨਸ। ਅਸੀਂ ਇਹ ਕੁਛ ਕਰਨ ਤੋਂ ਪਹਿਲਾਂ ਕਦੇ ਪੁੱਛਿਆ ਸੰਸਥਾ ਨੂੰ ਕਿਸੇ ਨੂੰ ਵੀ ਭਾਈ ਕਿੰਨੀ ਫੰਡਿੰਗ ਆਉਂਦੀ ਆ ਸਾਲ ਦੀ, ਕਿੰਨੇ ਮਿਲੀਅਨ ਆਉਂਦਾ, 2 ਮਿਲੀਅਨ, 4 ਮਿਲੀਅਨ, 5 ਮਿਲੀਅਨ, ਅਤੇ ਜਿਹੜੇ ਚੋਬਦਾਰ ਹੋ ਕਿੰਨੀ ਕਿੰਨੀ ਤਨਖਾਹ ਲੈਂਦੇ ਹੋ, ਕੀਤਾ ਜਨਤਕ ਕਦੇ ਦਸਤਖਤ ਕਰਾ ਕੇ ਲੋਕਾਂ ਤੋਂ ਲਏ ਅਦਾਰੇ, ਚਾਹੇ ਉਹ ਕੁਛ ਵੀ ਹੈ, ਚਾਹੇ ਮੀਡੀਆ, ਚਾਹੇ ਰੇਡੀਓ ਆ, ਚਾਹੇ ਕੋਈ ਸੰਸਥਾ, ਕੀ ਦੱਸਿਆ ਲੋਕਾਂ ਨੂੰ ਕਿਤੇ ਪੇਪਰ ਲਾਇਆ, ਕਿਸੇ ਜਨਤਕ ਕੀਤਾ? ਜਿੱਦਣ ਉਹ ਚੀਜ਼ ਲੈਣੀ ਆ ਦਸਤਖਤ ਕਰਾਉਣ ਲਈ, ਦਰ ਦਰ ਖੜ ਕੇ ਫਿਰਦਿਆਂ ਕਰਿਓ ਇੱਥੇ ਦਸਤਖਤ ਯਾਰ, ਆ ਮਾਰਿਓ ਘੁੱਗੀ, ਘੁੱਗੀ ਉਹ ਮਰਾਉਂਦੇ ਆ, ਫਿਰ ਘੁੱਗੀ ਮਾਰਨ ਵਾਲੇ ਨੂੰ ਦੱਸਿਆ ਵੀ ਕੀ ਬਣਾਉਂਦੇ ਹਾਂ, ਕੀ ਛੱਕਦੇ ਹਾਂ, ਕਿੰਨਾ ਆਉਂਦਾ, ਕਿੰਨਾ ਤਨਖਾਹਾਂ ਲੈਂਦੇ ਹਾਂ, ਕਿੰਨੀ ਔਰ ਕੰਮ ਕੀ ਕਰਦੇ ਹਾਂ। ਜੇ ਕਿਸੇ ਸੰਸਥਾ ਨੂੰ 2-4 ਮਿਲੀਅਨ ਡਾਲਰ ਆਉਂਦਾ, ਸਰਦਾਰੋ ਤੁਹਾਡੀ ਉਹ ਜੇਬ 'ਚੋਂ ਆਉਂਦਾ, ਤੁਸੀਂ ਟੈਕਸ ਪੇਅਰ ਹੋ, ਤੁਸੀਂ ਉਹ 25-30-40-50 ਜਿੰਨੇ ਬੰਦੇ ਨੇ ਉਹਨਾਂ ਦੀਆਂ ਤਨਖਾਹਾਂ ਦਿੰਦੇ ਹੋ, ਅਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਤਨਖਾਹ ਕਿੰਨੀ ਲੈਂਦੇ ਹੋ ਅਤੇ ਕੰਮ ਕੀ ਕਰਦੇ ਹੋ ਭਾਈ। ਕੋਈ 2 ਲੱਖ ਲਈ ਜਾਂਦਾ, ਕੋਈ 3.5 ਲਈ ਜਾਂਦਾ, ਕੋਈ 4 ਲਈ ਜਾਂਦਾ, ਦੇਖੋ ਤਾਂ ਸਹੀ ਵੀ ਕੁਆਲਿਟੀ ਹੈ 4 ਲੱਖ ਵਾਲੀ,
40,000 ਵਾਲੇ ਬੰਦੇ ਨੂੰ 4 ਲੱਖ ਕਾਹਦੇ ਲਈ ਮਿਲਦਾ? ਇਹਦਾ ਮਤਲਬ ਤੁਸੀਂ ਗੋਟੀਆਂ ਸੈੱਟ ਕਰ ਲਈਆਂ ਮੌਜਾਂ ਸਾਰੀ ਜ਼ਿੰਦਗੀ। ਭਾਈਚਾਰਾ ਕੀ ਕਰੇ? ਭਾਈਚਾਰਾ ਆਪਣਾ ਦੇਖ ਰਿਹਾ, ਪਰਿਵਾਰ ਦਾ ਦੇਖ ਰਿਹਾ। ਇਮੀਡੀਏਟ 20-30-40 ਬੰਦੇ ਪਰਿਵਾਰ ਦੇ ਆਲੇ ਦੁਆਲੇ ਇੱਥੇ ਪੰਜਾਬ 'ਚ ਜੁੜੇ ਨੇ, ਉਹਦੇ ਬਾਅਦ ਕੋਈ ਸੋਸ਼ਲ ਮੀਡੀਆ 'ਤੇ ਦੁੱਖ ਦੀ ਖਬਰ ਆ, ਉੱਥੇ 4 ਪੈਸੇ ਦੇ ਰਿਹਾ, ਉਸ ਤੋਂ ਬਾਅਦ ਅਸੀਂ ਹਾਕਾ ਮਾਰ ਦਿੰਦੇ, ਆਓ ਬਈ ਦਿਓ, 100 ਲੈ ਲਓ, 50 ਲੈ ਲਓ, ਲਿਖ ਲਓ ਬਾਈ ਜੀ, ਲਿਖ ਦਿਓ ਜੀ, ਆ ਵੀਜ਼ਾ ਲੈ ਲਓ ਜੀ। ਮੈਂ ਤੁਹਾਨੂੰ ਦੱਸਦਾ ਬਈ, ਛੋਟੀ ਜੀ ਇੱਕ ਆਪਣੀ ਆਪਾਂ ਸੰਸਥਾ ਬਣਾਈ ਹੋਈ ਹੈ ਜਿੱਥੇ ਪ੍ਰਸ਼ਾਦਾ ਛਕਾਉਂਦੇ ਆ ਜਾ ਕੇ ਡਾਊਨ ਟਾਊਨ, ਉੱਥੇ ਤੁਰੇ ਜਾਂਦੇ ਆਉਂਦੇ ਨੇ ਬੰਦੇ, ਆਹ ਫੜਿਓ ਜੀ ਪੈਸੇ, ਆਹ ਫੜਿਓ ਜੀ, ਉਹ ਰਸੀਦ ਲੈ ਜਾਓ, ਨਹੀਂ ਨਹੀਂ ਰਸੀਦ ਨਹੀਂ, ਬਿਨਾਂ ਰਸੀਦ ਤੋਂ ਤੁਰ ਨਹੀਂ ਦੇਣਾ ਕਿਸੇ ਨੂੰ, ਜਦੀ ਆਹ ਲੈ ਕੇ ਜਾਓ ਜੀ। ਉਹ $500-700 ਦਾ ਵੀਕ ਦਾ ਖਰਚਾ, ਅਤੇ ਉਹਦੇ ਵਿੱਚ ਵੀ ਹਾਲਾਂਕਿ ਅਸੀਂ ਆਪਣੇ ਤੌਰ ਤੋਂ ਹਰ ਮਹੀਨੇ $500 7-8 ਜਣੇ ਪਾਉਂਦੇ ਹਾਂ ਵੀ ਆਹ ਫੜੋ ਆਪਣੇ ਚੈੱਕ, $4,000 ਤਾਂ ਸਾਡਾ ਫਾਊਂਡਿੰਗ ਮੈਂਬਰ ਦਾ ਹੋ ਗਿਆ, ਉਹਦੇ ਬਾਅਦ ਕੋਈ ਪਰਿਵਾਰ ਆ ਗਿਆ। ਮੈਂ ਇਹ ਇਸ ਨੂੰ ਹੀ ਬੜੇ ਮਾਡਲ 'ਚ ਲੈ ਕੇ ਚੱਲਿਆ। ਉੱਥੇ 100-200 ਬੰਦਿਆਂ ਨੂੰ ਅਸੀਂ ਪ੍ਰਸ਼ਾਦਾ ਛਕਾਉਂਦੇ ਹਾਂ, ਉਹਦੇ 'ਚ ਸਾਡਾ ਇੰਨਾ ਕੁ ਬਜਟ ਹੈ, ਅਤੇ ਇਸ ਭਾਈਚਾਰੇ ਜਿਹੜਾ 5-7 ਲੱਖ ਬੰਦਾ ਵੱਸਦਾ, ਇਹਨਾਂ ਨੇ ਬਣਾਇਆ ਕੀ ਨਹੀਂ, ਤੁਸੀਂ ਦੇਖੋ ਤਾਂ ਸਹੀ ਸੈੱਟ ਕਰਕੇ। ਕਿੰਨੇ ਗੁਰਦੁਆਰਾ ਸਾਹਿਬਾਨ ਨੇ, ਇੱਕ ਗੁਰਦੁਆਰੇ ਸਾਹਿਬ ਤੋਂ ਕਿੰਨੇ ਸਰੀ 'ਚ ਗੁਰਦੁਆਰੇ ਬਣੇ ਨੇ, ਉਹਨਾਂ ਨੂੰ ਕੌਣ ਚਲਾਉਂਦਾ ਬਈ? ਉਹਨਾਂ ਦੇ ਗੋਲਕ 'ਚ ਦਮੜੇ ਕੌਣ ਪਾਉਂਦਾ? ਉਹਨਾਂ ਦੀ ਮੌਰਗੇਜ ਕੌਣ ਦਿੰਦਾ? ਉਹਨਾਂ ਜਿਹੜੇ ਰਾਗੀ ਢਾਡੀ ਆਉਂਦੇ ਨੇ ਉਹਨਾਂ ਦੇ ਖਰਚੇ ਕੌਣ ਦਿੰਦਾ? ਉਹ ਕਾਰਾਂ ਗੱਡੀਆਂ ਦੇ ਕੌਣ ਦਿੰਦਾ? ਗੁੰਬਦਾਂ ਦੇ ਕਲਸ ਦੇ ਕੌਣ ਪੈਸੇ ਦਿੰਦਾ? SGPC ਆ? ਨਹੀਂ, ਸਾਡੀ ਸਰੀ 'ਚੋਂ ਸਾਡੇ ਲੋਕ ਦਿੰਦੇ ਆ। ਐਬਸਫੋਰਡ 'ਚ ਇੱਕ ਗੁਰਦੁਆਰਾ ਸਾਹਿਬ 'ਚੋਂ 4 ਬਣ ਗਏ, ਕੌਣ ਔਰਗੇਨਾਈਜ਼ ਕਰਦਾ? ਕੌਣ ਦਿੰਦਾ? ਇਹ ਕੌਮ ਦਿੰਦੀ ਆ, ਗਲ ਇਹ ਲੋਕ ਦਿੰਦੇ ਆ। ਮੈਂ ਘੱਟੋ ਘੱਟ 3-4 ਹਜ਼ਾਰ ਕਰੋੜ ਦਾ ਖਰਚਾ ਲਾਉਣਾ 1 ਸਾਲ ਦਾ ਕਿਸਾਨ ਮੋਰਚੇ ਦਾ, ਅਤੇ ਉਹ 4 ਹਜ਼ਾਰ ਕਰੋੜ ਕਿਹਨੇ ਦਿੱਤਾ? ਕਿੱਥੋਂ ਗਿਆ? ਪ੍ਰਦੇਸ਼ਾਂ 'ਚੋਂ? ਸੋ ਕੀ ਕਮਿਊਨਿਟੀ ਕਰ ਲਵੇ? ਕਮਿਊਨਿਟੀ ਨੇ ਕਿਹੜੀ ਚੀਜ਼ ਦੀ ਕਮੀ ਛੱਡੀ ਆ? ਕਦੇ ਕਮਿਊਨਿਟੀ ਦੀ ਵੈਲਬੀਇੰਗ ਲਈ ਸੋਚਿਆ ਵੀ ਯਾਰ ਤੁਸੀਂ ਹਰ ਮਹੀਨੇ 20-25 ਹਜ਼ਾਰ 10 ਗੋਲਕਾਂ ਦੇ ਵਿੱਚੋਂ ਜੇ ਨਿਕਲਦਾ $2.5 ਲੱਖ ਹੋ ਗਿਆ, $2.5 ਲੱਖ ਕੌਣ ਡਾਲਰ ਦੇ ਰਿਹਾ? ਕੌਣ ਦੇ ਰਿਹਾ? ਵੱਡੇ ਵੱਡੇ, ਇਹ ਸਾਡੀ ਸ਼ਰਧਾ ਹੈ, ਅਸੀਂ ਆਪਣੇ ਗੁਰੂ ਨੂੰ ਜਾ ਕੇ ਨਤਮਸਤਕ ਹੁੰਦੇ ਹਾਂ, ਅਸੀਂ ਆਪਣਾ ਦਸਵੰਧ ਕੱਢਦੇ ਹਾਂ, ਔਰ ਇਹ ਸਾਡੀ ਰੀਤ ਚਲਾਈ ਹੋਈ ਹੈ। ਪਰ ਕਮਿਊਨਿਟੀ ਦੀ ਵੈਲਬੀਇੰਗ ਲਈ ਵੀ ਜਿਹੜੇ ਵਿਚਾਰੇ ਤੁਰੇ ਫਿਰਦੇ ਆ ਸਵੇਰੇ 5 ਵਜੇ ਤੋਂ ਲੈ ਕੇ 16 ਘੰਟੇ 10 ਵਜੇ ਰਾਤ ਨੂੰ ਘਰੇ ਵੜਦੇ ਆ, ਉਹਨਾਂ ਦੀ ਵੈਲਬੀਇੰਗ ਬਈ, ਉਹਨਾਂ ਦਾ ਕਿਹਨੇ ਖਿਆਲ ਰੱਖਣਾ? ਸੋ ਇਹ ਮਾਣ ਇਸ ਗੱਲ ਦਾ ਹੈ ਕਿ ਇਸ ਕੌਮ ਨੂੰ, ਇਸ ਭਾਈਚਾਰੇ ਨੂੰ ਗੁਰੂ ਨੇ ਕਿਰਪਾ ਦਿੱਤੀ ਹੈ। ਜਦੇ ਜਦ ਕਿਤੇ ਹਾਕ ਪੈ ਗਈ ਜੇਬ 'ਚ ਹੱਥ, ਜਦੇ ਹੀ ਜਾਂਦਾ, 5 ਹੋਣ 10 ਹੋਣ $2 ਹੋਣ, ਖੜੋ ਤਾਂ ਸਹੀ ਤੁਸੀਂ ਕਿਤੇ ਵੀ, ਆਹ ਲੋੜ ਪੈ ਗਈ, ਤੂੰ ਦੇਖੋ ਸਹੀ ਵੀ ਕਿਵੇਂ ਝੁਰਮਟ ਪੈਂਦਾ 10 ਮਿੰਟਾਂ 'ਚ, ਕਿਵੇਂ ਕਾਰਾਂ ਗੱਡੀਆਂ ਆਉਂਦੀਆਂ ਨੇ, ਫੜ ਆਹ ਚੱਕੋ ਆਹ ਚੱਕੋ, ਤੁਸੀਂ ਆਹ ਦੇਖ ਸਕਦੇ ਹੋ। ਹੋਪ ਦੇ ਵਿੱਚ ਮੈਨਿੰਗ ਪਾਰਕ ਦੇ ਵਿੱਚ ਭਾਈਚਾਰੇ ਦੇ ਤਾਂ 50-100 ਬੰਦਾ ਸੀ, ਬਾਕੀ ਕੌਣ ਕਿਹੜੀ ਕਮਿਊਨਿਟੀ ਦੇ ਬੰਦੇ ਸੀ, ਕਿਸੇ ਨੇ ਵੇਖਿਆ? 1.5 ਘੰਟੇ ਦੇ ਵਿੱਚ, 2 ਘੰਟੇ ਦੇ ਵਿੱਚ ਚਾਹਾਂ ਦਾਲਾਂ ਸਬਜ਼ੀਆਂ ਦੇ ਦੇਗੇ ਬਣ ਕੇ ਵੈਨ 'ਚ ਰੱਖ ਕੇ ਐਬਸਪੋਰਟ ਦੇ ਵਿੱਚ ਸੀ, ਅਤੇ ਹੈਲੀਕਾਪਟਰ ਲੱਭ ਰਹੇ ਸੀ ਵੀ ਕਿਵੇਂ ਜਾਵੇ, ਕੰਮ ਛੱਡ ਕੇ 2-2 ਵੈਨਾਂ ਸਿਰਫ ਜਿਹੜਾ ਕਰਕੇ ਖਾਣਾ। ਮਨਵੀਰ ਗਰੇਵਾਲ ਵਰਗੇ ਮੁੰਡੇ ਜਿਹੜੇ ਕਰਕੇ ਖਾਂਦੇ ਨੇ, ਵੈਨਾਂ ਖਿਲਾਰਤੀਆਂ ਵੀ, ਨਾ ਛੁੱਟੀ, ਆ ਜਾਓ ਤੁਸੀਂ ਵੀ ਨਾਲ, ਇਹ ਵਰਕਰ ਕਿਤੇ ਮਿੱਲਾਂ ਚੱਲਦੀਆਂ ਨੇ, ਖੰਗੂੜੇ ਆਉਣੀ ਦਿਹਾੜੀ ਕਰਨ ਵਾਲੇ ਮੁੰਡੇ ਦਿਹਾੜੀ ਛੱਡਤੀ ਵੀ ਨਾ ਨਾ ਆਹ ਕਰਨਾ, ਸਾਰਿਆਂ ਨੇ ਮਤਲਬ ਇਹ ਕਿਹਨੇ ਕੀਤਾ, ਕੌਣ ਕਰਦਾ ਯਾਰ? ਹਾਕ ਮਾਰੀ ਹੈ ਇੱਕ ਮਾੜੀ ਜਿਹੀ ਰੇਡੀਓ 'ਤੇ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ 'ਚ ਦੇਗੇ ਚੜ੍ਹ ਗਏ ਜਦੇ, ਅਤੇ ਲਾਲੀ ਫਾਰਮ ਵਾਲੇ ਨਾਲ ਗੱਲ ਸ਼ੁਰੂ ਹੋ ਗਈ, ਤੁਹਾਡਾ ਚੌਪਰ ਚਾਹੀਦਾ। ਇਦੋਂ ਵੱਧ ਕੌਮ ਕੀ ਕਰ ਦੇਵੇ? ਇਸ ਕੌਮ ਨੂੰ ਪੇਬੈਕ ਕਿਵੇਂ ਕਰਨਾ, ਇਹ ਗੱਲ ਜ਼ਰੂਰੀ ਹੈ। ਜਿਹੜਾ ਆਉਂਦਾ ਮੜੁੱਛਣ ਨੂੰ ਫਿਰਦਾ, ਜਿਹੜਾ ਆਉਂਦਾ ਮੜੁੱਛਣ ਨੂੰ ਫਿਰਦਾ, ਕਦੇ ਸੋਚਿਆ ਕਿਸੇ ਨੇ ਜਿਹੜੀਆਂ ਇਸ ਕੌਮ ਦੇ ਸਿਰ ਤੋਂ ਜਥੇਦਾਰੀਆਂ ਅਤੇ ਇੰਸਟੀਟਿਊਟ ਚੱਲ ਰਹੇ ਨੇ ਉਹ ਕਿੱਥੋਂ ਆਉਂਦੇ ਨੇ ਯਾਰ ਪੈਸੇ, ਇਹ ਕੌਣ ਲਿਆਉਂਦਾ? ਮਾਰਿਓ ਨਿਗਾਹ ਸਰੀ ਦੇ ਵਿੱਚ ਧਾਰਮਿਕ, ਸਮਾਜਿਕ ਅਤੇ ਉਸ ਤੋਂ ਬਾਅਦ ਰਾਜਨੀਤਿਕ ਕਿੰਨੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਮਨੀ ਕਿੱਥੋਂ ਜਾਂਦੀ ਹੈ ਭਾਈਚਾਰੇ 'ਚੋਂ? ਅੱਜ ਪਹਿਲਾਂ ਜਿੰਨੇ ਇੰਸਟੀਟਿਊਟ ਨੇ, ਅੱਜ ਧਾਰਮਿਕ ਇੰਸਟੀਟਿਊਟ ਹੋਰ ਖੜੂ ਸ਼ੁਰੂ ਕਰ ਦੇਵੇ, ਜਿੱਦਣ ਬਣ ਗਿਆ
ਜਿੱਦਣ ਗੁਰੂ ਸਾਹਿਬ ਸਵੈਮਾਨ ਹੋ ਗਏ, ਚਤਰ ਤਖ਼ਤ 'ਤੇ ਬੈਠ ਗਏ, ਛਤਰ ਸਿਰ 'ਤੇ ਝੂਲ ਗਏ, ਅਤੇ ਦੂਸਰੇ ਦਿਨ ਦੇਖਿਓ ਰੱਖ ਕੇ ਉੱਥੇ, ਖੋਲਿਓ ਜਿੰਦਾ 15 ਦਿਨਾਂ ਬਾਅਦ, ਫਿਰ ਕੀ ਨਿਕਲਦਾ ਉੱਥੋਂ? ਇਹ ਕੌਮ ਹੈ। ਸੋ ਇਹਦੇ ਲਈ ਵੀ ਇਹਨੂੰ ਵੀ ਕਦੇ ਥੱਕੀ ਹੰਭੀ ਹਾਰੀ ਨੂੰ ਇਹਨੂੰ ਵੀ ਗਰਮ ਪਾਣੀ ਦੀ ਟਕੋਰ ਚਾਹੀਦੀ ਹੈ। ਇਹਦੇ ਵੱਲ ਕੋਈ ਨਹੀਂ ਝਾਕਦਾ, ਬਸ ਕੋਠਾ ਉਤਰਿਆ ਉਸਰਿਆ, ਤਖਾਣ ਵਿਸਰਿਆ, ਜਿੱਦਣ ਮੇਰਾ ਕੰਮ ਨਿਕਲ ਗਿਆ ਬਸ ਚੱਲ ਮਿੱਤਰਾ ਐਸ਼ ਕਰ, ਕੱਲ੍ਹ ਨੂੰ ਫਿਰ ਦੇਖਾਂਗੇ, ਗਰਮ ਕਰਾਂਗੇ 5-7 ਮਹੀਨੇ ਨੂੰ ਜਿੱਦਣ ਲੋੜ ਪਈ, ਫਿਰ ਸ਼ਿਸ਼ਕਾਰ ਸ਼ਿਸ਼ਕੇਰ ਲੈਣੇ ਨੇ, ਜਿਵੇਂ ਸ਼ਿਕਾਰ ਸ਼ਾਹਾ ਅਠਾਲੀ ਦਾ, ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਦਿਨ ਦਾ ਆ ਗਿਆ, ਰਾਤ ਆ ਗਈ ਜੀ, ਧਰਮ ਦਾ ਦਿਨ ਆ ਗਿਆ, ਆਹ ਕਰ ਦਿਓ ਅਤੇ ਆਪਣੀ ਜੇਬ ਦੇ ਵਿੱਚੋਂ ਕੱਢ ਦਿਓ। ਹੁਣ ਜਿਹੜੇ ਜੇਬ 'ਚੋਂ ਕਢਾਉਂਦੇ ਆ, ਕਦੇ ਆਪਣਾ ਦਿਖਾਈ ਆ ਰਸੀਦ ਕਿਸੇ ਨੂੰ, ਵਿਆਹ ਲਓ ਮੈਂ $500 ਦਿੰਦਾ, ਦੇਖੋ ਮੈਂ ਵੀਜ਼ੇ 'ਤੇ ਆਪਣੇ ਦਿੰਦਾ, ਦੱਸਿਓ ਕਿਸੇ ਨੇ ਦਿੱਤੀ ਹੋਵੇ ਦਿਖਾਈ ਹੋਵੇ। ਜੱਕੜ 'ਤੇ ਜੱਕੜ, ਜੱਕੜ 'ਤੇ ਜੱਕੜ, ਬਾ ਗਰਮ ਕਰਨਾ ਲੋਹਿਆ ਕਰਨਾ ਅਤੇ ਘਣ ਮਾਰ ਕੇ ਗਾਂਹ ਲੰਘ ਜਾਣਾ। ਸੋ ਇਹ ਕੌਮ, ਇੱਕ ਕਮਿਊਨਿਟੀ ਕੀ ਕਰ ਦੇਵੇ, ਕਿੰਨਾ ਕੁ ਕਰ ਦੇਵੇ, ਮੈਂ ਇਹ ਗੱਲ ਬਹੁਤ ਜ਼ਰੂਰੀ ਹੈ। ਲਾਈਨ ਨੰਬਰ 1 ਤੁਸੀਂ ਏਅਰ 'ਤੇ ਹੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਜਗਤਾਰ ਕਲੇਰ ਆ ਜੀ। ਕਲੇਰ ਸਾਹਿਬ, ਤੁਹਾਡਾ ਟਾਕ ਸ਼ੋਅ ਮੈਂ ਸੁਣ ਰਿਹਾ, ਸਾਰੀਆਂ ਗੱਲਾਂ ਸੁਣ ਰਿਹਾ ਹੈਗਾ ਜੀ। ਇਹ ਆਪਣੀ ਜਿਹੜੀ ਕਮਿਊਨਿਟੀ ਹੈ ਨਾ ਵੀਰੇ, ਇਹਨਾਂ ਨੇ ਤੇ ਮਤਲਬ ਜਿਹੜੇ ਆਪਣੇ ਗੁਰੂ ਘਰ ਆ ਰਾਈਟ ਜੀ, ਇਹਨਾਂ ਦੇ ਵਿੱਚ ਕੋਈ ਲੱਸਣ ਨਹੀਂ ਹੈਗਾ। ਮਤਲਬ ਕਹਿਣ ਦਾ ਇਹ ਆ ਕਿ ਆਪਾਂ ਆਪ ਹੀ ਕੰਮ ਕਰ ਕਰਕੇ ਇਹਨਾਂ ਨੂੰ ਦਾਨ ਕਰੀ ਜਾ ਰਹੇ ਹਾਂ, ਇਹ ਆਪਣਾ ਕੋਈ ਗੁਰੂ ਘਰ ਨਹੀਂ ਇਹਨਾਂ ਨੇ ਮੰਨਿਆ ਰਾਈਟ। ਜੇ ਅਸੀਂ ਗੁਰੂ ਘਰ ਮੰਨਦੇ ਤੇ ਜਦੋਂ ਕਹਿੰਦੇ ਨਾ ਵੀ ਖਾਲਿਸਤਾਨ ਆਊਗਾ ਰਾਈਟ, ਖਾਲਿਸਤਾਨ ਹੁਣ ਕਿੱਦਾਂ ਆਊਗਾ ਵੀ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਦਿੱਲੀ ਦੇ ਵਿੱਚ ਜਾ ਕੇ ਬੰਦੇ ਬਹਿ ਗਏ ਰਾਈਟ। ਜੇ ਹੁਣ ਉਹਨਾਂ ਨੇ ਉਹ ਜਿੱਤ ਵੀ ਲਿਆ ਰਾਈਟ, ਕੋਈ ਮੁੱਦਾ ਪਾਸ ਵੀ ਹੋ ਗਿਆ, ਇਹਨਾਂ ਨੇ ਆਉਣ ਹੀ ਨਹੀਂ ਦੇਣਾ, ਤੁਹਾਡਾ ਕੀ ਵਿਚਾਰ ਆ? ਮੇਰੇ ਵਿਚਾਰ ਦੇ ਨਾਲ ਆਪਾਂ ਟਿਊਨ ਅਪ ਨਹੀਂ ਹੋਏ ਹੋਏ ਕਲੇਰ ਸਾਹਿਬ, ਮੈਂ ਇਹ ਵਿਸ਼ਾ ਨਹੀਂ ਕਰ ਰਿਹਾ, ਨਾ ਮੈਂ ਗੁਰਦੁਆਰਿਆਂ ਦਾ ਕਰ ਰਿਹਾ, ਨਾ ਮੈਂ ਖਾਲਿਸਤਾਨ ਦੀ ਗੱਲ ਕਰ ਰਿਹਾ, ਮੈਂ ਗੱਲ ਇਹ ਕਰ ਰਿਹਾ ਵੀ ਕਮਿਊਨਿਟੀ ਦੀ ਵੈਲਬੀਇੰਗ ਲਈ ਇਹ ਇੰਸਟੀਟਿਊਟ ਕੀ ਕਰਦੇ ਆ। ਮੈਂ ਆਹ ਨਹੀਂ ਗੱਲ ਕਰ ਰਿਹਾ ਜਿਹੜੀ ਤੁਸੀਂ ਕਰ ਰਹੇ ਹੋ, ਫਿਰ ਸੁਣਿਓ ਸਵਾਰ ਕੇ, ਪਕੜਿਓ ਗੱਲ, ਫਿਰ ਫੋਨ ਕਰ ਲਿਓ। ਲਾਈਨ ਨੰਬਰ 2, ਚਲੋ ਓਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤੁਹਾਨੂੰ ਨਹੀਂ ਕਿਹਾ, ਦੂਜੇ ਬੰਨੇ ਕਿਹਾ, ਤੁਸੀਂ ਥੈਂਕ ਯੂ ਹੋਰ ਪਾਸੇ ਕਹਿ ਗਏ। ਥੋੜ੍ਹਾ ਜਿਹਾ ਅਸੀਂ ਸਟੂਡੀਓ ਤੋਂ ਮੇਨ ਤੋਂ ਬਾਹਰ ਹਾਂ ਜੀ, ਰੈਨੋਵੇਸ਼ਨ ਚੱਲ ਰਹੀ ਹੈ ਅਤੇ ਕੁਛ ਕਈ ਵਾਰ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਕੌਣ ਹੋਲਡ 'ਤੇ ਹੋ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਸੋਮਵਾਰ ਨੂੰ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੋਵਾਂਗਾ ਜੀ, ਹੁਣ 7 ਵਜੇ, ਅਤੇ ਸ਼ੁਭ ਸ਼ਾਮਾਂ ਚੜ੍ਹਦੀ ਕਲਾ।